ਰਾਮਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ। ਰਾਗ ਰਾਮਕਲੀ ਵਿੱਚ ਉਚਾਰਨ ਕੀਤੀ ਹੋਈ ਇਹ ਸਿੱਧ ਗੋਸ਼ਟ ਧੰਨ ਗੁਰੂ ਨਾਨਕ ਦੇਵ ਜੀ ਦੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ। ਸਾਡੀ ਨਮਸਕਾਰ ਉਹਨਾਂ ਸੰਤਾਂ ਦੀ ਸਭਾ ਨੂੰ ਹੈ ਜੋ ਰੱਬੀ ਮਜਲਸ ਸਤਸੰਗ ਬਣਾ ਕੇ ਅਡੋਲ ਬੈਠੇ ਹਨ। ਤਿਸ ਆਗੈ ਰਹਿ ਰਾਸ ਹਮਾਰੀ ਸਾਚਾ ਆਪਰ ਅਪਾਰੋ। ਸਾਡੀ ਅਰਦਾਸ ਉਸ ਸੰਤ ਸਭਾ ਅੱਗੇ ਹੈ ਜਿਸ ਵਿੱਚ ਸਦਾ ਕਾਇਮ ਰਹਿਣ ਵਾਲਾ ਅਪਰ ਅਪਾਰ ਪ੍ਰਭੂ ਪ੍ਰਤੱਖ ਵਸਦਾ ਹੈ। ਮਸਤਕ ਕਾਟ ਧਰੀ ਤਿਸ ਆਗੈ ਤਨ ਮਨ ਆਗੈ ਦਿਓ। ਮੈਂ ਉਸ ਸੰਤ ਸਭਾ ਅੱਗੇ ਸਿਰ ਕੱਟ ਕੇ ਧਰਦਿਆਂ ਤਨ ਅਤੇ ਮਨ ਭੇਟ ਰੱਖਦਿਆਂ। ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਪਾਏ ਜਸ ਲਿਓ। ਤਾਂ ਕਿ ਸੁਖੇਣ ਹੀ ਪ੍ਰਭੂ ਦੇ ਗੁਣ ਗਾ ਸਕਾਂ, ਕਿਉਂਕਿ ਹੇ ਨਾਨਕ ਸੰਤ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ। ਕਿਆ ਪਾਈਐ ਸੱਚ ਸੂਚਾ ਹੋਏ। ਹੇ ਚਰਪਟ ਦੇਸ਼ ਦਸੰਤਰਾ ਅਤੇ ਤੀਰਥਾਂ 'ਤੇ ਭਾਉਣ ਦਾ ਕੀ ਲਾਭ। ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਜੁੜਿਆ ਹੀ ਪਵਿੱਤਰ ਹੋਈਦਾ ਹੈ। ਸਾਚ ਸ਼ਬਦ ਬਿਨ ਮੁਕਤ ਨਾ ਕੋਏ ਰਹਾਓ। ਸਤਿਗੁਰੂ ਦੇ ਸੱਚੇ ਸ਼ਬਦ ਤੋਂ ਬਿਨਾਂ ਦੁਨੀਆ ਸਾਗਰ ਤੁੱਤਰ ਤੋਂ ਖਲਾਸੀ ਨਹੀਂ ਹੁੰਦੀ। ਕਵਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਓ। ਚਰਪਟ ਜੋਗੀ ਨੇ ਪੁੱਛਿਆ, ਤੁਸੀਂ ਕੌਣ ਹੋ, ਤੁਹਾਡਾ ਕੀ ਨਾਮ ਹੈ, ਤੁਹਾਡਾ ਕੀ ਮਤ ਹੈ, ਉਸ ਮਤ ਦਾ ਕੀ ਮਨੋਰਥ ਹੈ। ਸਾਚ ਕਹੋ ਅਰਦਾਸ ਹਮਾਰੀ, ਹੋ ਸੰਤ ਜਨਾ ਵੱਲ ਜਾਓ। ਧੰਨ ਗੁਰੂ ਨਾਨਕ ਦੇਵ ਜੀ ਦਾ ਉੱਤਰ, ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪਦਾ ਹਾਂ। ਸਾਡੀ ਪ੍ਰਭੂ ਅੱਗੇ ਹੀ ਸਦਾ ਅਰਦਾਸ ਹੈ ਅਤੇ ਮੈਂ ਸੰਤ ਜਨਾ ਤੋਂ ਸਦਕੇ ਜਾਂਦਾ ਹਾਂ। ਬਸ ਇਹੀ ਮੇਰਾ ਮਤ ਹੈ। ਕਹਿ ਬੈਸੋ ਕਹਿ ਰਹੀਐ ਬਾਲੇ, ਕਹਿ ਆਵੋ ਕਹਿ ਜਾਹੋ। ਚਰਪਟ ਦਾ ਪ੍ਰਸ਼ਨ, ਹੇ ਬਾਲਕ ਤੁਸੀਂ ਕਿਸ ਦੇ ਆਸਰੇ ਸ਼ਾਂਤ ਚਿੱਤ ਹੋ, ਤੁਹਾਡੀ ਸੂਰਤ ਕਿਸ ਵਿੱਚ ਜੁੜਦੀ ਹੈ, ਕਿੱਥੋਂ ਆਉਂਦੇ ਹੋ ਕਿੱਥੋਂ ਜਾਂਦੇ ਹੋ। ਨਾਨਕ ਬੋਲੇ ਸੁਣ ਬੈਰਾਗੀ, ਕਿਆ ਤੁਮਾਰਾ ਰਾਹੋ। ਧੰਨ ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਚਰਪਟ ਨੇ ਪੁੱਛਿਆ, ਹੇ ਸੰਤ ਸੁਣ, ਤੇਰਾ ਕੀ ਮਤ ਹੈ। ਘੱਟ ਘੱਟ ਬੈਸ ਨਿਰੰਤਰ ਰਹੀਐ, ਚੱਲ ਐ ਸਤਿਗੁਰ ਪਾਏ। ਸਤਿਗੁਰੂ ਜੀ ਦਾ ਉੱਤਰ, ਹੇ ਚਰਪਟ ਸਰਵ ਵਿਆਪਕ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਸਦਾ ਸ਼ਾਂਤ ਚਿੱਤ ਰਹੀਦਾ ਹੈ। ਅਸੀਂ ਸਤਿਗੁਰੂ ਦੀ ਮਰਜ਼ੀ ਵਿੱਚ ਚੱਲਦੇ ਹਾਂ। ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜਾਏ। ਹੇ ਨਾਨਕ ਪ੍ਰਭੂ ਦੇ ਹੁਕਮ ਵਿੱਚ ਸੁੱਤੇ ਹੀ ਜਗਤ ਵਿੱਚ ਆਏ, ਹੁਕਮ ਵਿੱਚ ਵਿਚਰ ਰਹੇ ਹਾਂ, ਸਦਾ ਉਸ ਦੀ ਰਜਾ ਵਿੱਚ ਹੀ ਰਹਿੰਦੇ ਹਾਂ। ਆਸਨ ਬੈਸਨ ਥਿਰ ਨਾਰਾਇਣ, ਐਸੀ ਗੁਰਮਤ ਪਾਏ। ਪੱਕੇ ਆਸਨ ਵਾਲਾ, ਸਦਾ ਟਿਕੇ ਰਹਿਣ ਵਾਲਾ ਅਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਹੈ। ਅਸੀਂ ਇਹੀ ਗੁਰਸਿੱਖਿਆ ਲਈ ਹੈ। ਗੁਰਮੁਖ ਬੂਝੈ ਆਪ ਪਛਾਣੈ, ਸੱਚੇ ਸੱਚ ਸਮਾਏ। ਗੁਰੂ ਦੇ ਦੱਸੇ ਰਾਹ ਉੱਤੇ ਤੁਰਨ ਵਾਲਾ ਮਨੁੱਖ ਗਿਆਨਵਾਨ ਹੋ ਜਾਂਦਾ ਹੈ, ਆਪਣੇ ਆਪ ਨੂੰ ਪਛਾਣਦਾ ਹੈ ਅਤੇ ਸਦਾ ਸੱਚੇ ਪ੍ਰਭੂ ਵਿੱਚ ਜੁੜਿਆ ਰਹਿੰਦਾ ਹੈ। ਦੁਨੀਆ ਸਾਗਰ ਦੁੱਤਰ ਕਹੀਐ,
ਕਿਉਂ ਕਰ ਪਾਈਐ ਪਾਰੋ? ਚਰਪਟ ਦਾ ਪ੍ਰਸ਼ਨ। ਜਗਤ ਇੱਕ ਐਸਾ ਸਮੁੰਦਰ ਕਿਹਾ ਜਾਂਦਾ ਹੈ ਜਿਸ ਨੂੰ ਤਰਨਾ ਔਖਾ ਹੈ। ਇਸ ਸਮੁੰਦਰ ਦਾ ਪਰਲਾ ਕੰਡਾ ਕਿਵੇਂ ਲੱਭੇ? ਚਰਪਟ ਬੋਲੇ, ਔਧੂ ਨਾਨਕ ਦੇਹੋ ਸੱਚਾ ਵਿਚਾਰੋ। ਚਰਪਟ ਆਖਦਾ ਹੈ ਭਾਵ ਚਰਪਟ ਨੇ ਆਖਿਆ, ਹੇ ਵਿਰਕਤ ਨਾਨਕ ਠੀਕ ਵਿਚਾਰ ਦੱਸ। ਆਪੇ ਆਖੈ ਆਪੇ ਸਮਝੈ, ਤਿਸ ਕਿਆ ਉੱਤਰ ਦੀਜੈ। ਉੱਤਰ, ਜੋ ਮਨੁੱਖ ਜੋ ਕੁਝ ਆਪ ਆਖਦਾ ਹੈ ਅਤੇ ਆਪ ਹੀ ਉਸਨੂੰ ਸਮਝਦਾ ਵੀ ਹੈ, ਉਸਨੂੰ ਉਸਦੇ ਪ੍ਰਸ਼ਨ ਦਾ ਉੱਤਰ ਦੇਣ ਦੀ ਲੋੜ ਨਹੀਂ ਹੁੰਦੀ। ਸਾਚ ਕਹੋ ਤੁਮ ਪਾਰ ਗਰਾਮੀ, ਤੁਝ ਕਿਆ ਬੈਸਣ ਦੀਜੈ। ਇਸ ਵਾਸਤੇ ਹੇ ਚਰਪਟ, ਤੇਰੇ ਪ੍ਰਸ਼ਨ ਵਿੱਚ ਕੋਈ ਉਕਾਈ ਲੱਭਣ ਦੀ ਲੋੜ ਨਹੀਂ। ਉਂਝ ਉੱਤਰ ਇਹ ਹੈ ਕਿ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ, ਤਾਂ ਤੁਸੀਂ ਇਸ ਦੁੱਤ ਸੰਸਾਰ ਤੋਂ ਪਾਰ ਲੰਘ ਜਾਓਗੇ। ਜੈਸੇ ਜਲਮੈ ਕਮਲ ਨਿਰਾਲਮ, ਮੁਰਗਾਈ ਨੈ ਸਾਣੀ। ਜਿਵੇਂ ਪਾਣੀ ਵਿੱਚ ਉੱਗਿਆ ਹੋਇਆ ਕੋਲ ਫੁੱਲ ਪਾਲੀ ਨਾਲੋਂ ਨਿਰਾਲਾ ਰਹਿੰਦਾ ਹੈ, ਜਿਵੇਂ ਨਦੀ ਵਿੱਚ ਤਰਦੀ ਮੁਰਗਾਈ ਭਾਵ ਉਸਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ, ਇਸੇ ਤਰ੍ਹਾਂ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਹੇ ਨਾਨਕ, ਗੁਰੂ ਦੇ ਸ਼ਬਦ ਵਿੱਚ ਸੁਰਤੀ ਜੋੜ ਕੇ ਨਾਮ ਜਪਿਆ ਸੰਸਾਰ ਸਮੁੰਦਰ ਤਰ ਸਕੀਦਾ ਹੈ। ਰਹੇ ਏਕਾਂਤ ਏਕੋ ਮਨ ਵਸਿਆ, ਆਸਾ ਮਾਹੇ ਨਿਰਾਸੋ। ਜੋ ਮਨੁੱਖ ਸੰਸਾਰ ਦੀਆਂ ਆਸਾਂ ਵੱਲੋਂ ਨਿਰਾਸ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿੱਚ ਇੱਕ ਪ੍ਰਭੂ ਹੀ ਵੱਸਦਾ ਹੈ, ਉਹ ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਤੋਂ ਲਾਂਭੇ ਏਕਾਂਤ ਵਿੱਚ ਵੱਸਦੇ ਹਨ। ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦਾਸੋ। ਅਜਿਹੇ ਜੀਵਨ ਵਾਲਾ ਜੋ ਮਨੁੱਖ ਅਗਮ ਅਤੇ ਅਗੋਚਰ ਪ੍ਰਭੂ ਦਾ ਦਰਸ਼ਨ ਕਰਕੇ ਹੋਰਨਾਂ ਨੂੰ ਦਰਸ਼ਨ ਕਰਾਉਂਦਾ ਹੈ, ਨਾਨਕ ਉਸਦਾ ਦਾਸ ਹੈ। ਸੁਣ ਸੁਆਮੀ ਅਰਦਾਸ ਹਮਾਰੀ, ਪੁੱਛੋ ਸਾਚ ਵਿਚਾਰੋ। ਚਰਪਟ ਦਾ ਪ੍ਰਸ਼ਨ, ਹੇ ਸੁਆਮੀ ਮੇਰੀ ਬੇਨਤੀ ਸੁਣ, ਮੈਂ ਸਹੀ ਵਿਚਾਰ ਪੁੱਛਦਾ ਹਾਂ। ਰੋਸ ਨਾ ਕੀਜੈ ਉੱਤਰ ਦੀਜੈ, ਕਿਉਂ ਪਾਈਐ ਗੁਰਦੁਆਰੋ। ਗੁੱਸਾ ਨਾ ਕਰਨਾ ਉੱਤਰ ਦੇਣਾ, ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੁੰਦਾ ਹੈ, ਭਾਵ ਕਿਵੇਂ ਪਤਾ ਲੱਗੇ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ। ਇਹੋ ਮਨ ਚਲਤੋ ਸੱਚ ਕਰ ਬੈਸੈ, ਨਾਨਕ ਨਾਮ ਆਧਾਰੋ। ਉੱਤਰ, ਜਦੋਂ ਸੱਚਮੁੱਚ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ, ਤਦੋਂ ਹੇ ਨਾਨਕ ਇਹ ਚੰਚਲ ਮਨ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ, ਪ੍ਰਭੂ ਦਾ ਨਾਮ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ। ਆਪੇ ਮੇਲ ਮਿਲਾਏ ਕਰਤਾ, ਲਾਗੈ ਸਾਚ ਪਿਆਰੋ। ਪਰ ਇਹੋ ਜਿਹਾ ਪਿਆਰ ਸੱਚੇ ਪ੍ਰਭੂ ਵਿੱਚ ਤਦੋਂ ਹੀ ਲੱਗਦਾ ਹੈ ਜਦੋਂ ਕਰਤਾਰ ਆਪ ਜੀਵ ਨੂੰ ਆਪਣੀ ਯਾਦ ਵਿੱਚ ਜੋੜ ਲੈਂਦਾ ਹੈ। ਹਾਟੀ ਬਾਟੀ ਰਹਿ ਨਿਰਾਲੇ, ਰੋਖ ਬਿਰਖ ਉਦਿਆਨੇ। ਲੋਹਾ ਰੀਪਾ ਦਾ ਕਥਨ। ਅਸੀਂ ਦੁਨੀਆ ਦੇ ਮੇਲਿਆਂ ਮਸਾਧਿਆਂ ਭਾਵ ਸੰਸਾਰਕ ਝੰਬੇਲਿਆਂ ਤੋਂ ਵੱਖਰੇ ਜੰਗਲ ਵਿੱਚ ਕਿਸੇ ਰੁੱਖ ਬਿਰਖ ਹੇਠ ਰਹਿੰਦੇ ਹਾਂ। ਕੰਧ ਮੂਲ ਆਹਾਰੋ ਖਾਈਐ, ਉਦੂ ਬੋਲੇ ਗਿਆਨੇ। ਅਤੇ ਗਾਜਰ ਮੂਲੀ ਉੱਤੇ ਗੁਜ਼ਾਰਾ ਕਰਦੇ ਹਾਂ। ਜੋਗੀ ਲੋਹਾ ਰੂਪਾ ਨੇ ਯੋਗ ਦਾ ਗਿਆਨ ਮਾਰਗ ਇਉਂ ਦੱਸਿਆ। ਤੀਰਥ ਨਾਈਐ ਸੁਖ ਫਲ ਪਾਈਐ, ਮੈਲ ਨਾ ਲਾਗੈ ਕਾਈ।
ਤੀਰਥ ਤੇ ਇਸ਼ਨਾਨ ਕਰਦੇ ਹਾਂ, ਇਸ ਦਾ ਫਲ ਮਿਲਦਾ ਹੈ। ਸੁੱਖ ਅਤੇ ਮਨ ਨੂੰ ਕੋਈ ਮੈਲ ਵੀ ਨਹੀਂ ਲੱਗਦੀ। ਗੋਰਖ ਪੂਤ ਲੋਹਾ ਰੀਪਾ ਬੋਲੇ, ਜੋਗ ਜੁਗਤ ਵਿਦ ਸਾਈ। ਗੋਰਖਨਾਥ ਦਾ ਚੇਲਾ ਲੋਹਾ ਰੀਪਾ ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤ, ਜੋਗ ਦੀ ਵਿਧੀ। ਹਾਟੀ ਬਾਟੀ ਨੀਂਦ ਨਾ ਆਵੇ, ਪਰ ਕਰ ਚਿੱਤ ਨਾ ਡੋਲਾਈ। ਇਹ ਗੁਰੂ ਜੀ ਦਾ ਕਥਨ ਹੈ। ਹੇ ਨਾਨਕ, ਅਸਲ ਗਿਆਨ ਦੀ ਵਿਚਾਰ ਇਹ ਹੈ ਕਿ ਦੁਨੀਆਂ ਦੇ ਧੰਦਿਆਂ ਵਿੱਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਾ ਆਵੇ, ਭਾਵ ਧੰਦਿਆਂ ਵਿੱਚ ਹੀ ਨਾ ਗਰਕ ਹੋ ਜਾਏ, ਪਰਾਏ ਘਰ ਵਿੱਚ ਮਨ ਨੂੰ ਡੋਲਣ ਨਾ ਦੇਵੇ। ਬਿਨ ਨਾਵੈ ਮਨ ਟੇਕ ਨਾ ਟਿੱਕੇ, ਨਾਨਕ ਭੂਖ ਨਾ ਜਾਈ। ਪਰ ਹੇ ਨਾਨਕ, ਪ੍ਰਭੂ ਦੇ ਨਾਮ ਤੋਂ ਬਿਨਾਂ ਮਨ ਟਿੱਕ ਕੇ ਨਹੀਂ ਰਹਿ ਸਕਦਾ ਅਤੇ ਮਾਇਆ ਦੀ ਤ੍ਰਿਸ਼ਨਾ ਨਹੀਂ ਹਟਦੀ। ਹਾਟ ਪਟਨ ਕਰ ਗੁਰੂ ਦਿਖਾਇਆ, ਸਹਿਜੇ ਸੱਚ ਵਾਪਾਰੋ। ਜਿਸ ਮਨੁੱਖ ਨੂੰ ਸਤਿਗੁਰੂ ਨੇ ਨਾਮ ਵਿਹਾਜਨ ਦਾ ਅਸਲ ਟਿਕਾਣਾ ਸ਼ਹਿਰ ਅਤੇ ਘਰ ਵਿਖਾ ਦਿੱਤਾ ਹੈ, ਉਹ ਦੁਨੀਆਂ ਦੇ ਧੰਦਿਆਂ ਵਿੱਚ ਵੀ ਅਡੋਲ ਰਹਿ ਕੇ ਨਾਮ ਵਿਹਾਜਦਾ ਹੈ। ਪੰਡਿਤ ਨਿੰਦਰਾ ਅਲਪ ਆਹਾਰਨ, ਨਾਨਕ ਤੱਤ ਵਿਚਾਰੋ। ਉਸ ਮਨੁੱਖ ਦੀ ਨੀਂਦ ਵੀ ਘੱਟ ਅਤੇ ਖੁਰਾਕ ਵੀ ਥੋੜ੍ਹੀ ਹੁੰਦੀ ਹੈ, ਭਾਵ ਉਹ ਚਸਕਿਆਂ ਵਿੱਚ ਨਹੀਂ ਪੈਂਦਾ। ਦਰਸ਼ਨ ਭੇਖ ਕਰੋ ਜੋਗਿੰਦਰਾ, ਮੁਦਰਾ ਝੋਲੀ ਕਿੰਥਾ। ਨਾਨਕ ਆਖਦਾ ਹੈ ਕਿ ਜੋਗੀ ਨੇ ਕਿਹਾ, ਹੇ ਨਾਨਕ, ਜੋਗੀਆਂ ਦਾ ਮਤ ਸਵੀਕਾਰ ਕਰੋ, ਮੁੰਦਰਾ ਝੋਲੀ ਅਤੇ ਗੋਦੜੀ ਪਹਿਨੋ। ਬਾਹਰ ਅੰਤਰ ਏਕ ਸਰੇਵ ਹੋ, ਖੱਟ ਦਰਸ਼ਨ ਇੱਕ ਪੰਥਾ। ਛੇ ਭੇਖਾਂ ਵਿੱਚ ਇੱਕ ਜੋਗੀ ਪੰਥ ਹੈ, ਉਸਦੇ 12 ਫਿਕਰੇ ਹਨ, ਉਹਨਾਂ ਵਿੱਚੋਂ ਸਾਡੇ ਆਈ ਪੰਥ ਨੂੰ ਧਾਰਨ ਕਰੋ। ਇਨ ਵਿਦ ਮਨ ਸਮਝਾਈਐ ਪੁਰਖਾ, ਬਹੁੜ ਚੋਟ ਨਾ ਖਾਈਐ। ਹੇ ਪੁਰਖਾ, ਇਸ ਤਰ੍ਹਾਂ ਮਨ ਨੂੰ ਅਕਲ ਦਿੱਤੀ ਜਾ ਸਕਦੀ ਹੈ ਅਤੇ ਮੁੜ ਮਾਇਆ ਦੀ ਚੋਟ ਨਹੀਂ ਖਾਈਦੀ। ਨਾਨਕ ਬੋਲੇ ਗੁਰਮੁਖ ਬੂਝੈ, ਜੋਗ ਜੁਗਤ ਇਵ ਪਾਈਐ। ਉੱਤਰ, ਨਾਨਕ ਆਖਦਾ ਹੈ ਕਿ ਗੁਰੂ ਦੇ ਸਨਮੁਖ ਹੋਇਆ ਮਨੁੱਖ ਮਨ ਨੂੰ ਸਮਝਾਉਣ ਦਾ ਢੰਗ ਸਮਝਦਾ ਹੈ। ਜੋਗ ਦੀ ਜੁਗਤ ਇਸ ਤਰ੍ਹਾਂ ਲੱਭਦੀ ਹੈ ਕਿ ਅੰਤਰ ਸ਼ਬਦ ਨਿਰੰਤਰ ਮੁੰਦਰਾ, ਹੋ ਮੈਂ ਮਮਤਾ ਦੂਰ ਕਰੀ। ਮਨ ਵਿੱਚ ਸਤਿਗੁਰੂ ਦੇ ਸ਼ਬਦ ਨੂੰ ਇੱਕ ਰਸ ਵਸਾਉਣਾ, ਇਹੀ ਕੰਨਾਂ ਵਿੱਚ ਮੁੰਦਰਾ ਪਾਉਣੀਆਂ ਹਨ। ਜੋ ਮਨੁੱਖ ਗੁਰੂ ਸ਼ਬਦ ਨੂੰ ਵਸਾਉਂਦਾ ਹੈ, ਉਹ ਆਪਣੀ ਹਉਮੈ ਅਤੇ ਮਮਤਾ ਨੂੰ ਦੂਰ ਕਰ ਲੈਂਦਾ ਹੈ। ਕਾਮ ਕ੍ਰੋਧ ਅਹੰਕਾਰ ਨਿਵਾਰੈ, ਗੁਰ ਕੈ ਸ਼ਬਦ ਸੋ ਸਮਝ ਭਰੀ। ਕਾਮ ਕ੍ਰੋਧ ਅਤੇ ਅਹੰਕਾਰ ਨੂੰ ਮਿਟਾ ਲੈਂਦਾ ਹੈ। ਗੁਰੂ ਦੇ ਸ਼ਬਦ ਦੇ ਰਾਹੀਂ ਉਸ ਨੂੰ ਸੋਹਣੀ ਸੂਝ ਪੈ ਜਾਂਦੀ ਹੈ। ਖਿੰਥਾ ਝੋਲੀ ਭਰਪੂਰ ਰਹਿਆ, ਨਾਨਕ ਤਾਰੈ ਏਕ ਹਰੀ। ਹੇ ਨਾਨਕ, ਪ੍ਰਭੂ ਨੂੰ ਸਭ ਥਾਈਂ ਵਿਆਪਕ ਸਮਝਣਾ ਉਸ ਮਨੁੱਖ ਦੀ ਗੋਦੜੀ ਅਤੇ ਝੋਲੀ ਹੈ। ਸਾਚਾ ਸਾਹਿਬ ਸਾਚੀ ਨਾਈ, ਪਰਖੈ ਗੁਰ ਕੀ ਬਾਤ ਖਰੀ। ਸਤਿਗੁਰੂ ਦੇ ਸੱਚੇ ਸ਼ਬਦ ਦੇ ਰਾਹੀਂ ਉਹ ਮਨੁੱਖ ਇਹ ਨਿਰਣੈ ਕਰ ਲੈਂਦਾ ਹੈ ਕਿ ਇੱਕ ਪ੍ਰਭੂ ਹੀ ਮਾਇਆ ਦੀ ਚੋਟ ਤੋਂ ਬਚਾਉਂਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਅਤੇ ਜਿਸਦੀ ਵਡਿਆਈ ਵੀ ਸਦਾ ਟਿਕੀ ਰਹਿਣ ਵਾਲੀ ਹੈ। ਉਂਦੋ ਖੱਪਰ ਪੰਚ ਭੂ ਟੋਪੀ। ਸੰਸਾਰਕ ਖਹਾਸ਼ਾਂ ਵੱਲੋਂ ਮੁੜੀ ਹੋਈ ਸੂਰਤ ਉਸ ਮਨੁੱਖ ਦਾ ਖੱਪਰ ਹੈ। ਪੰਜ ਤੱਤਾਂ ਦੇ ਦੈਵੀ ਗੁਣ ਉਸ ਦੀ ਟੋਪੀ ਹੈ। ਕਾਇਆ ਕੜਾਸਨ ਮਨ ਜਾਗੋਟੀ।
ਸਰੀਰ ਨੂੰ ਵਿਕਾਰਾਂ ਤੋਂ ਨਿਰਮਲ ਰੱਖਣਾ ਉਸ ਦਾ ਤਪ ਦਾ ਆਸਨ ਹੈ। ਵਸ ਵਿੱਚ ਆਇਆ ਹੋਇਆ ਮਨ ਉਸ ਦੀ ਲੰਗੋਟੀ ਹੈ। ਸਤ ਸੰਤੋਖ ਸੰਜਮ ਹੈ ਨਾਲ। ਸਤ ਸੰਤੋਖ ਅਤੇ ਸੰਜਮ ਉਸਦੇ ਨਾਲ ਤਿੰਨ ਚੇਲੇ ਹਨ। ਨਾਨਕ ਗੁਰਮੁਖ ਨਾਮ ਸੰਭਾਲ। ਹੇ ਨਾਨਕ, ਜੋ ਮਨੁੱਖ ਗੁਰੂ ਦੇ ਰਾਹੀਂ ਪ੍ਰਭੂ ਦਾ ਨਾਮ ਯਾਦ ਕਰਦਾ ਹੈ, ਕਵਨ ਸੋ ਗੁਪਤਾ, ਕਵਨ ਸੋ ਮੁਕਤਾ। ਪ੍ਰਸ਼ਨ ਇਹ ਹੈ, ਲੁਕਿਆ ਹੋਇਆ ਕੌਣ ਹੈ? ਉਹ ਕੌਣ ਹੈ ਜੋ ਮੁਕਤ ਹੈ? ਕਵਨ ਸੋ ਅੰਤਰ ਬਾਹਰ ਜੁਗਤਾ। ਉਹ ਕੌਣ ਹੈ ਜੋ ਅੰਦਰੋਂ ਬਾਹਰੋਂ ਭਾਵ ਜਿਸਦਾ ਮਨ ਵੀ ਅਤੇ ਸਰੀਰਕ ਇੰਦਰੇ ਵੀ ਮਿਲੇ ਹੋਏ ਹਨ? ਕਵਨ ਸੋ ਆਵੈ, ਕਵਨ ਸੋ ਜਾਏ। ਸਦਾ ਜੰਮਦਾ ਮਰਦਾ ਕੌਣ ਹੈ? ਕਵਨ ਸੋ ਤ੍ਰਿਭਵਨ ਰਹਿਆ ਸਮਾਏ। ਤਰਲੋਕੀ ਦੇ ਨਾਥ ਵਿੱਚ ਲੀਨ ਕੌਣ ਹੈ? ਘਟ ਘਟ ਗੁਪਤਾ, ਗੁਰਮੁਖ ਮੁਕਤਾ। ਉੱਤਰ ਇਹ ਹੈ, ਜੋ ਪ੍ਰਭੂ ਹਰੇਕ ਸਰੀਰ ਵਿੱਚ ਮੌਜੂਦ ਹੈ ਉਹ ਗੁਪਤ ਹੈ। ਗੁਰੂ ਦੇ ਦੱਸੇ ਰਾਹ 'ਤੇ ਤੁਰਨ ਵਾਲਾ ਮਨੁੱਖ ਮਾਇਆ ਦੇ ਬੰਧਨਾਂ ਤੋਂ ਮੁਕਤ ਹੈ। ਅੰਤਰ ਬਾਹਰ ਸ਼ਬਦ ਸੋ ਜੁਗਤਾ। ਜੋ ਮਨੁੱਖ ਗੁਰੂ ਸ਼ਬਦ ਵਿੱਚ ਜੁੜਿਆ ਹੈ ਉਹ ਮਨ ਅਤੇ ਤਨ ਕਰਕੇ ਪ੍ਰਭੂ ਵਿੱਚ ਜੁੜਿਆ ਹੋਇਆ ਹੈ। ਮਨਮੁਖ ਬਿਨਸੈ ਆਵੈ ਜਾਏ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ। ਨਾਨਕ ਗੁਰਮੁਖ ਸਾਚ ਸਮਾਏ। ਹੇ ਨਾਨਕ, ਗੁਰਮੁਖ ਮਨੁੱਖ ਸੱਚੇ ਪ੍ਰਭੂ ਵਿੱਚ ਲੀਨ ਰਹਿੰਦਾ ਹੈ। ਕਿਉਂ ਕਰ ਬਾਧਾ ਸਰਪਨ ਖਾਧਾ? ਪ੍ਰਸ਼ਨ, ਇਹ ਜੀਵ ਕਿਵੇਂ ਐਸਾ ਵੱਜਾ ਪਿਆ ਹੈ ਕਿ ਸੱਪਣੀ ਮਾਇਆ ਇਸ ਨੂੰ ਖਾਈ ਜਾ ਰਹੀ ਹੈ ਅਤੇ ਇਹ ਅੱਗੋਂ ਆਪਣੇ ਬਚਾਅ ਲਈ ਭੱਜ ਵੀ ਨਹੀਂ ਸਕਦਾ? ਕਿਉਂ ਕਰ ਖੋਇਆ, ਕਿਉਂ ਕਰ ਲਾਧਾ? ਇਸ ਜੀਵ ਨੇ ਕਿਵੇਂ ਆਪਣੇ ਜੀਵਨ ਦਾ ਲਾਭ ਗਵਾ ਲਿਆ ਹੈ? ਕਿਵੇਂ ਮੁੜ ਉਹ ਲਾਹਾ ਲੱਭ ਸਕੇ? ਕਿਉਂ ਕਰ ਨਿਰਮਲ, ਕਿਉਂ ਕਰ ਅੰਧਿਆਰਾ? ਇਹ ਜੀਵ ਕਿਵੇਂ ਪਵਿੱਤਰ ਹੋ ਸਕੇ? ਕਿਵੇਂ ਇਸ ਦੇ ਅੱਗੇ ਹਨੇਰਾ ਟਿਕਿਆ ਹੋਇਆ ਹੈ? ਇਹੋ ਤੱਤ ਵਿਚਾਰੈ ਸੋ ਗੁਰੂ ਹਮਾਰਾ। ਜੋ ਇਸ ਅਸਲੀਅਤ ਨੂੰ ਠੀਕ ਤਰ੍ਹਾਂ ਵਿਚਾਰੇ ਸਾਡੀ ਉਸ ਨੂੰ ਨਮਸਕਾਰ ਹੈ। ਦੁਰਮਤ ਵਾਧਾ ਸਰਪਨ ਖਾਧਾ। ਉੱਤਰ, ਇਹ ਜੀਵ ਭੈੜੀ ਮਤ ਵਿੱਚ ਇਉਂ ਵੱਜਾ ਪਿਆ ਹੈ ਕਿ ਮਾਇਆ ਸੱਪਣੀ ਇਸ ਨੂੰ ਖਾਈ ਜਾ ਰਹੀ ਹੈ ਅਤੇ ਇਹਨਾਂ ਚਸਕਿਆਂ ਵਿੱਚੋਂ ਇਸਦਾ ਨਿਕਲਣ ਨੂੰ ਜੀ ਨਹੀਂ ਕਰਦਾ। ਮਨਮੁੱਖ ਖੋਇਆ, ਗੁਰਮੁੱਖ ਲਾਧਾ। ਮਨ ਦੇ ਪਿੱਛੇ ਲੱਗਣ ਵਾਲੇ ਨੇ ਜੀਵਨ ਦਾ ਲਾਹਾ ਗਵਾ ਲਿਆ ਹੈ ਅਤੇ ਗੁਰੂ ਦੇ ਹੁਕਮ ਵਿੱਚ ਤੁਰਨ ਵਾਲੇ ਨੇ ਕੱਟ ਲਿਆ ਹੈ। ਸਤਿਗੁਰ ਮਿਲੈ ਅੰਧੇਰਾ ਜਾਏ। ਮਾਇਆ ਦੇ ਚਸਕਿਆਂ ਦਾ ਹਨੇਰਾ ਤਾਂ ਹੀ ਦੂਰ ਹੁੰਦਾ ਹੈ ਜੇ ਸਤਿਗੁਰੂ ਮਿਲ ਪਏ, ਭਾਵ ਜੇ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਨ ਲੱਗ ਪਏ। ਨਾਨਕ ਹੋਮੈ ਮੇਟ ਸਮਾਏ। ਹੇ ਨਾਨਕ, ਮਨੁੱਖ ਹੋਮੇ ਮਿਟਾ ਕੇ ਹੀ ਪ੍ਰਭੂ ਵਿੱਚ ਲੀਨ ਹੋ ਸਕਦਾ ਹੈ। ਸੁਣ ਨਿਰੰਤਰ ਦੀਜੈ ਬੰਦ। ਜੇ ਮਾਇਆ ਦੇ ਹੱਲਿਆ ਦੇ ਰਾਹ ਵਿੱਚ ਇੱਕ ਰਸ ਆਫੁਰ ਪਰਮਾਤਮਾ ਦੀ ਯਾਦ ਦਾ ਇੱਕ ਅਤੁੱਟ ਬੰਨਾ ਬਣਾ ਦੇਈਏ, ਉੱਡੈ ਨਾ ਹੰਸਾ, ਪੜੈ ਨਾ ਕੰਧ, ਤਾਂ ਫਿਰ ਮਾਇਆ ਦੀ ਖਾਤਰ ਮਨ ਨਹੀਂ ਭਟਕਦਾ ਅਤੇ ਸਰੀਰ ਵੀ ਛਿੱਜਦਾ ਨਹੀਂ, ਭਾਵ ਸਰੀਰ ਦੀ ਸੱਤਿਆ ਨਾਸ ਨਹੀਂ ਹੁੰਦੀ। ਸਹਿਜ ਗੁਫਾ ਘਰ ਜਾਣੈ ਸਾਚਾ। ਜੋ ਮਨੁੱਖ ਸਹਿਜ ਅਵਸਥਾ ਦੀ ਗੁਫਾ ਨੂੰ ਆਪਣੇ ਸਦਾ ਟਿਕੇ ਰਹਿਣ ਦਾ ਘਰ ਸਮਝ ਲਏ,
ਭਾਵ ਜਿਸ ਮਨੁੱਖ ਦਾ ਮਨ ਸਦਾ ਅਡੋਲ ਰਹੇ। ਨਾਨਕ ਸਾਚੇ ਭਾਵੈ ਸਾਚਾ। ਹੇ ਨਾਨਕ, ਉਹ ਪਰਮਾਤਮਾ ਦਾ ਰੂਪ ਹੋ ਕੇ ਉਸ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਕਿਸ ਕਾਰਨ ਗ੍ਰਹਿਤ ਜਿਓ ਉਦਾਸੀ? ਪ੍ਰਸ਼ਨ। ਜੇ ਹਾਟੀ ਬਾਟੀ ਨੂੰ ਤਿਆਗਣਾ ਨਹੀਂ ਤਾਂ ਤੁਸੀਂ ਕਿਉਂ ਘਰ ਛੱਡਿਆ ਸੀ ਅਤੇ ਉਦਾਸੀ ਬਣੇ ਸੀ? ਕਿਸ ਕਾਰਨ ਇਹੋ ਭੇਖ ਨਿਵਾਸੀ? ਕਿਉਂ ਇਹ ਉਦਾਸੀ ਭੇਖ ਧਾਰਿਆ ਸੀ? ਕਿਸ ਵੱਖਰ ਕੇ ਤੁਮ ਬਣ ਜਾਏ? ਤੁਸੀਂ ਕਿਸ ਸੌਦੇ ਦੇ ਵਪਾਰੀ ਹੋ? ਕਿਉਂ ਘਰ ਸਾਥ ਲੰਘਾਵੋ ਪਾਰੇ? ਆਪਣੇ ਸ਼ਰਧਾਲੂਆਂ ਦੀ ਜਮਾਤ ਨੂੰ ਇਸ ਦੁੱਤਰ ਸਾਗਰ ਕਿਵੇਂ ਪਾਰ ਲੰਘਾਵੋਗੇ? ਭਾਵ ਆਪਣੇ ਸਿੱਖਾਂ ਨੂੰ ਇਸ ਸੰਸਾਰ ਤੋਂ ਪਾਰ ਲੰਘਣ ਲਈ ਤੁਸੀਂ ਕਿਹੜਾ ਰਾਹ ਦੱਸਿਆ ਹੈ? ਗੁਰਮੁਖ ਖੋਜਤ ਭੈ ਉਦਾਸੀ। ਉੱਤਰ। ਅਸੀਂ ਗੁਰਮੁੱਖਾਂ ਨੂੰ ਲੱਭਣ ਵਾਸਤੇ ਉਦਾਸੀ ਬਣੇ ਸਾਂ। ਦਰਸ਼ਨ ਕਹਿ ਤਾਈ ਭੇਖ ਨਿਵਾਸੀ। ਅਸੀਂ ਗੁਰਮੁੱਖਾਂ ਦੇ ਦਰਸ਼ਨਾਂ ਲਈ ਉਦਾਸੀ ਭੇਖ ਧਾਰਿਆ ਸੀ। ਸਾਚ ਵੱਖਰ ਕੇ ਹਮ ਬਣ ਜਾ ਰਹੇ। ਅਸੀਂ ਸੱਚੇ ਪ੍ਰਭੂ ਦੇ ਨਾਮ ਸੌਦੇ ਦੇ ਵਪਾਰੀ ਹਾਂ। ਨਾਨਕ ਗੁਰਮੁਖ ਉਤਰਸ ਪਾਰੇ। ਹੇ ਨਾਨਕ, ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ ਉਹ ਦੁੱਤਰ ਸਾਗਰ ਤੋਂ ਪਾਰ ਲੰਘਦਾ ਹੈ। ਕਿਤ ਬਿਦ ਪੁਰਖਾ ਜਨਮ ਵਟਾਇਆ? ਪ੍ਰਸ਼ਨ। ਹੇ ਪੁਰਖਾ, ਤੂੰ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਪਲਟ ਲਈ ਹੈ? ਕਾਹੇ ਕੋ ਤੁਝ ਇਹੋ ਮਨ ਲਾਇਆ? ਤੂੰ ਆਪਣਾ ਇਹ ਮਨ ਕਿਸ ਵਿੱਚ ਜੋੜਿਆ ਹੈ? ਕਿਤ ਬਿਦ ਆਸਾ ਮਨਸਾ ਖਾਈ? ਮਨ ਦੀਆਂ ਆਸਾ ਅਤੇ ਮਨਸਾ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ ਹਨ? ਕਿਤ ਬਿਤ ਜੋਤ ਨਿਰੰਤਰ ਪਾਈ? ਰੱਬੀ ਪ੍ਰਕਾਸ਼ ਤੈਨੂੰ ਇੱਕ ਰਸ ਕਿਵੇਂ ਮਿਲ ਪਿਆ ਹੈ? ਬਿਨ ਦੰਤਾਂ ਕਿਉਂ ਖਾਈਐ ਸਾਰ? ਮਾਇਆ ਦੇ ਇਸ ਪ੍ਰਭਾਵ ਤੋਂ ਬਚਣਾ ਇਉਂ ਹੀ ਔਖਾ ਹੈ ਜਿਵੇਂ ਬਿਨਾਂ ਦੰਦਾਂ ਦੇ ਲੋਹਾ ਚਬਾਉਣਾ। ਦੰਦਾਂ ਤੋਂ ਬਿਨਾਂ ਲੋਹਾ ਕਿਵੇਂ ਚਵਾਇਆ ਜਾਏ? ਨਾਨਕ ਸਾਚਾ ਕਰੋ ਵਿਚਾਰ। ਹੇ ਨਾਨਕ, ਕੋਈ ਸਹੀ ਵਿਚਾਰ ਦੱਸੋ। ਭਾਵ ਕੋਈ ਐਸਾ ਵਿਚਾਰ ਦੱਸੋ ਜੋ ਸਾਡੇ ਮਨ ਲੱਗ ਜਾਏ। ਸਤਿਗੁਰ ਕਹਿ ਜਨਮੈ ਗਵਨ ਮਿਟਾਇਆ। ਉੱਤਰ। ਜਿਉਂ ਜਿਉਂ ਸਤਿਗੁਰੂ ਦੀ ਸਿੱਖਿਆ 'ਤੇ ਤੁਰੇ ਤਿਉਂ ਤਿਉਂ ਮਨ ਦੀ ਭਟਕਣਾ ਮੁੱਕਦੀ ਗਈ। ਅਹਿਨਸ ਰਾਤੇ ਇਹੋ ਮਨ ਲਾਇਆ। ਜਿਉਂ ਜਿਉਂ ਇੱਕ ਰਸ ਵਿਆਪਕ ਪ੍ਰਭੂ ਵਿੱਚ ਜੁੜਨ ਦਾ ਆਨੰਦ ਆਇਆ ਤਿਉਂ ਤਿਉਂ ਇਹ ਮਨ ਪਚਦਾ ਗਿਆ। ਮਨਸਾ ਆਸਾ ਸ਼ਬਦ ਜਲਾਈ। ਮਨ ਦੇ ਫੁਰਨੇ ਅਤੇ ਦੁਨੀਆਂ ਵਾਲੀਆਂ ਆਸਾਂ ਅਸੀਂ ਗੁਰੂ ਦੇ ਸ਼ਬਦ ਦੇ ਰਾਹੀਂ ਸਾੜੀਆਂ ਹਨ। ਗੁਰਮੁਖ ਜੋਤ ਨਿਰੰਤਰ ਪਾਈ। ਗੁਰੂ ਦੇ ਸਨਮੁਖ ਹੋਇਆ ਹੀ ਇੱਕ ਰਸ ਰੱਬੀ ਪ੍ਰਕਾਸ਼ ਲੱਭਾ ਹੈ। ਤ੍ਰੈ ਗੁਣ ਮੇਟੇ ਖਾਈਐ ਸਾਰ। ਇਸ ਰੱਬੀ ਪ੍ਰਕਾਸ਼ ਦੀ ਬਰਕਤ ਨਾਲ ਅਸੀਂ ਮਾਇਆ ਦੇ ਝਲਕੇ ਦੇ ਤਿੰਨਾਂ ਹੀ ਕਿਸਮਾਂ ਦੇ ਅਸਰ ਤਮੋ ਰਜੋ ਸਤੋ ਆਪਣੇ ਉੱਤੇ ਪੈਣ ਨਹੀਂ ਦਿੱਤੇ ਅਤੇ ਇਸ ਤਰ੍ਹਾਂ ਮਾਇਆ ਦੀ ਚੋਟ ਤੋਂ ਬਚਣ ਦਾ ਇਹ ਅਤ ਔਖਾ ਕੰਮ ਰੂਪ ਲੋਹਾ ਚੱਬਿਆ ਗਿਆ ਹੈ। ਨਾਨਕ ਤਾਰੇ ਤਾਰਨ ਹਾਰ। ਪਰ ਹੇ ਨਾਨਕ, ਇਸ ਦੁੱਤਰ ਸਾਗਰ ਤੋਂ ਤਾਰਨ ਦੇ ਸਮਰੱਥ ਪ੍ਰਭੂ ਆਪ ਹੀ ਤਾਰਦਾ ਹੈ। ਆਦਿ ਕੋ ਕਵਣ ਵਿਚਾਰ ਕਥੀ ਅਲੇ, ਸੁਣ ਕਹਾਂ ਕਰ ਵਾਸੋ। ਪ੍ਰਸ਼ਨ। ਤੁਸੀਂ ਸ੍ਰਿਸ਼ਟੀ ਦੇ ਮੁੱਢ ਦਾ ਕੀ ਵਿਚਾਰ ਦੱਸਦੇ ਹੋ? ਤਦੋਂ ਆਫੁਰ ਪਰਮਾਤਮਾ ਦਾ ਟਿਕਾਣਾ ਕਿੱਥੇ ਸੀ?
ज्ञान की मुद्रा कवन कथियले घट घट कवन निवासो। परमात्मा नाल जान पछाण दा की साधन दसदे हो, हरेक घट विच किस दा निवास है। काल का ठीगा क्यों जलाई ले, क्यों निरपो कर जाइए। काल दी चोट किवें मुकाई जाए, निरपैता दे दरवाजे ते किवें आपड़ी दा है। सहज संतोख का आसन जाने, क्यों छेदे बैराई है। किवें होमे वैरी दा नास होवे, जिस करके सहज अते संतोख दा आसन पछाण लिया जाए। भाव जिस करके सहज अते संतोख प्राप्त होवे। गुर कै शब्द होमै बिख मारै, ता निज कर होवै वासो। उत्तर जो मनुख सतगुरु दे शब्द दे राही होमे दे जहर नूं मुका ले, ता निज सरूप विच टिक जांदा है। जिन रच रचिया तिस शब्द पछाणै, नानक ताका दासो। जिस प्रभु ने रचना रची है, जो मनुख उस नूं गुरू दे शब्द विच जुड़ के पछाणदा है, नानक उसका दास है। कहां ते आवै, कहां एहो जावै, कहां एहो रहै समाई। प्रश्न, यह जीव कित्थों आउंदा है, कित्थे जांदा है, कित्थे टिक्या रहिंदा है। भाव जीव किवें जीवन बतीत करदा है। इस शब्द को जो अर्थ आवै, तिस गुर तिल ना तमाई। जो एक गल समझा देवे, असी मन्नांगे के उस गुरु नूं रत्ता भी लोभ नहीं है। क्यों तत्ते अवगतै पावै, गुरमुख लगै प्यारो। जीव जगत दे मूल अते अदृष्ट प्रभु नूं किवें मिले, गुरु दे राही प्रभु नाल इसदा प्यार किवें बने। आपे सुरता आपे करता, कहो नानक बिचारो। हे नानक सानू उस प्रभु दी विचार दस, जो आप ही जीवां नूं पैदा करन वाला है अते आप ही उनां दी सुनन वाला है। हुक्मे आवै हुक्मे जावै, हुक्मे रहै समाई। उत्तर जी प्रभु दे हुक्म विच ही इत्थे आउंदा है, हुक्म विच ही इत्थों तुर जांदा है। जीव नूं हुक्म विच ही जीवन बतीत करना पैंदा है। पूरे गुरते साच कमावै, गत मित सबदै पाई। पूरे गुरु दे राही मनुख सच्चे प्रभु दे सिमरन दी कमाई करदा है। यह गल गुरु दे शब्द तो ही मिलदी है कि प्रभु किहो जिहा है अते किन्ना बेअंत है। आद को बिस्माद विचार कथियले, सुन निरंतर वास लिया। उपरोक्त पौड़ी नंबर 21 अते 22 दा उत्तर। ਸ੍ਰਿਸ਼ਟੀ ਦੇ ਮੁੱਢ ਦਾ ਵਿਚਾਰ ਤਾਂ ਅਚਰਜ ਅਚਰਜ ਹੀ ਕਿਹਾ ਜਾ ਸਕਦਾ ਹੈ। ਤਦੋਂ ਇੱਕ ਰਸ ਅਫੁੱਲ ਪਰਮਾਤਮਾ ਦਾ ਹੀ ਵਜੂਦ ਸੀ। ਅਕਲਪਤ ਮੁਦਰਾ ਗੁਣ ਗਿਆਨ ਵਿਚਾਰੀਅਲੇ, ਘੱਟ ਘੱਟ ਸਾਚਾ ਸਰਬ ਜੀਆ। ਗਿਆਨ ਦਾ ਅਸਲੀ ਸਾਧਨ ਇਹ ਸਮਝੋ ਕਿ ਸਤਿਗੁਰੂ ਤੋਂ ਮਿਲਿਆ ਗਿਆਨ ਹੋਵੇ। ਭਾਵ ਗਿਆਨ ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰੂ ਦੀ ਸ਼ਰਨ ਹੀ ਹੈ। ਹਰੇਕ ਘੱਟ ਵਿੱਚ ਸਾਰੇ ਜੀਵਾਂ ਵਿੱਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਵਸਦਾ ਹੈ। ਗੁਰਬਚਨੀ ਅਵਗਤ ਸਮਾਈਐ, ਤਤ ਨਿਰੰਜਨ ਸਹਿਜ ਲਹੈ। ਅਦ੍ਰਿਸ਼ਟ ਪ੍ਰਭੂ ਵਿੱਚ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਲੀਨ ਹੋਈਦਾ ਹੈ। ਗੁਰੂ ਸ਼ਬਦ ਦੇ ਰਾਹੀਂ ਅਡੋਲ ਅਵਸਥਾ ਵਿੱਚ ਟਿਕਿਆਂ ਜਗਤ ਦਾ ਮੂਲ ਨਿਰੰਜਨ ਮਾਇਆ ਤੋਂ ਰਹਿਤ ਪ੍ਰਭੂ ਲੱਭ ਪੈਂਦਾ ਹੈ। ਨਾਨਕ ਦੂਜੀ ਕਾਰ ਨਾ ਕਰਨੀ, ਸੇਵੈ ਸਿੱਖ ਜੋ ਖੋਜ ਲਹੈ।
ਨਿਰੰਜਨ ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੁੱਟ। ਹੋਰ ਕੋਈ ਕਾਰ ਕਰਨ ਦੀ ਲੋੜ ਨਹੀਂ। ਜੋ ਸਿੱਖ ਗੁਰੂ ਆਸ਼ੇ ਅਨੁਸਾਰ ਸੇਵਾ ਕਰਦਾ ਹੈ ਉਹ ਭਾਲ ਕੇ ਨਿਰੰਜਨ ਨੂੰ ਲੱਭ ਲੈਂਦਾ ਹੈ। ਹੁਕਮ ਬਿਸਮਾਦ ਹੁਕਮ ਪਛਾਣੈ, ਜੀ ਜੁਗਤ ਸੱਚ ਜਾਣੈ ਸੋਈ। ਹੇ ਨਾਨਕ, ਹੁਕਮ ਮੰਨਣਾ ਅਚਰਜ ਖਿਆਲ ਹੈ, ਭਾਵ ਇਹ ਖਿਆਲ ਕਿ ਗੁਰੂ ਦੇ ਹੁਕਮ ਵਿੱਚ ਤੁਰਿਆਂ ਅਵਿਗਤ ਵਿੱਚ ਸਮਾਈਦਾ ਹੈ, ਹੈਰਾਨਗੀ ਪੈਦਾ ਕਰਨ ਵਾਲਾ ਹੈ। ਪਰ ਜੋ ਮਨੁੱਖ ਹੁਕਮ ਵਿੱਚ ਤੁਰ ਕੇ ਹੁਕਮ ਨੂੰ ਪਛਾਣਦਾ ਹੈ ਉਹ ਜੀਵਨ ਦੀ ਸਹੀ ਜੁਗਤ ਅਤੇ ਸੱਚ ਨੂੰ ਜਾਣ ਲੈਂਦਾ ਹੈ। ਆਪੇ ਮੇਟ ਨਿਰਾਲਮ ਹੋਵੇ, ਅੰਤਰ ਸਾਚ ਜੋਗੀ ਕਹੀਐ ਸੋਈ। ਉਹ ਆਪਾ ਭਾਵ ਮਿਟਾ ਕੇ ਦੁਨੀਆਂ ਵਿੱਚ ਰਹਿੰਦਾ ਹੋਇਆ ਵੀ ਦੁਨੀਆਂ ਤੋਂ ਵੱਖਰਾ ਹੁੰਦਾ ਹੈ, ਕਿਉਂਕਿ ਉਸਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਾਕਸ਼ਾਤ ਹੁੰਦਾ ਹੈ। ਬਸ ਐਸਾ ਮਨੁੱਖ ਹੀ ਜੋਗੀ ਅਖਵਾਣ ਦੇ ਯੋਗ ਹੈ। ਅਵਿਗਤੋ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀਆ। ਜਦੋਂ ਅਦ੍ਰਿਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਪ੍ਰਗਟ ਹੁੰਦਾ ਹੈ ਅਤੇ ਨਿਰਗੁਣ ਰੂਪ ਤੋਂ ਸਰਗੁਣ ਬਣਦਾ ਹੈ, ਭਾਵ ਆਪਣੇ ਅਦ੍ਰਿਸ਼ਟ ਆਤਮਿਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਖਮ ਅਤੇ ਅਸਥੂਲ ਰੂਪ ਧਾਰ ਲੈਂਦਾ ਹੈ। ਸਤਿਗੁਰ ਪਰਚੈ ਪਰਮ ਪਦ ਪਾਈਐ, ਸੱਚੈ ਸ਼ਬਦ ਸਮਾਏ ਲਿਆ। ਤਦੋਂ ਇਸ ਦਿਸ਼ਟ ਮਾਨ ਸੰਸਾਰ ਵਿੱਚੋਂ ਜਿਸ ਜੀਵ ਦਾ ਮਨ ਸਤਿਗੁਰੂ ਦੇ ਸ਼ਬਦ ਨਾਲ ਭਤੀਜਦਾ ਹੈ ਉਸ ਜੀਵ ਨੂੰ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਤਦੋਂ ਸਮਝੋ ਕਿ ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ ਉਸ ਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ। ਏਕੇ ਕੋ ਸੱਚ ਏਕਾ ਜਾਣੈ, ਹੋ ਮੈਂ ਦੂਜਾ ਦੂਰ ਕੀਆ। ਤਦੋਂ ਉਹ ਕੇਵਲ ਇੱਕ ਪ੍ਰਭੂ ਨੂੰ ਹੀ ਸਦਾ ਰਹਿਣ ਵਾਲੀ ਹਸਤੀ ਜਾਣਦਾ ਹੈ। ਉਸਨੇ ਹੋਮੇ ਅਤੇ ਦੂਜਾ ਭਾਵ, ਭਾਵ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਅਜਿਹੀ ਹਸਤੀ ਦੀ ਸੰਭਾਵਨਾ ਦਾ ਖਿਆਲ ਦੂਰ ਕਰ ਲਿਆ ਹੁੰਦਾ ਹੈ। ਸੋ ਜੋਗੀ ਗੁਰ ਸ਼ਬਦ ਪਛਾਣੈ, ਅੰਤਰ ਕਮਲ ਪ੍ਰਗਾਸ ਥੀਆ। ਬਸ ਉਹੀ ਅਸਲ ਜੋਗੀ ਹੈ, ਉਹ ਸਤਿਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਉਸਦੇ ਅੰਦਰ ਹਿਰਦਾ ਰੂਪ ਕੋਲ ਫੁੱਲ ਖਿੜ ਪਿਆ ਹੁੰਦਾ ਹੈ। ਜੀਵਤ ਮਰੇ ਤਾਂ ਸਭ ਕਿਛ ਸੂਝੈ, ਅੰਤਰ ਜਾਣੈ ਸਰਬ ਦਇਆ। ਜੋ ਮਨੁੱਖ ਜਿਉਂਦਾ ਹੀ ਮਰਦਾ ਹੈ, ਭਾਵ ਹੋਮੇ ਦਾ ਤਿਆਗ ਕਰਦਾ ਹੈ, ਸਵਾਰਥ ਮਿਟਾਉਂਦਾ ਹੈ, ਉਸ ਨੂੰ ਜ਼ਿੰਦਗੀ ਦੇ ਹਰੇਕ ਪਹਿਲੂ ਦੀ ਸਮਝ ਆ ਜਾਂਦੀ ਹੈ। ਉਹ ਮਨੁੱਖ ਸਾਰੇ ਜੀਵਾਂ ਉੱਤੇ ਦਇਆ ਕਰਨ ਦਾ ਅਸੂਲ ਆਪਣੇ ਮਨ ਵਿੱਚ ਪੱਕਾ ਕਰ ਲੈਂਦਾ ਹੈ। ਨਾਨਕ ਤਾਕੋ ਮਿਲੈ ਵਡਾਈ, ਆਪ ਪਛਾਣੈ ਸਰਬ ਜੀਆ। ਹੇ ਨਾਨਕ, ਉਸੇ ਮਨੁੱਖ ਨੂੰ ਇੱਜ਼ਤ ਮਿਲਦੀ ਹੈ, ਉਹ ਸਾਰੇ ਜੀਵਾਂ ਵਿੱਚ ਆਪਣੇ ਆਪ ਨੂੰ ਵੇਖਦਾ ਹੈ, ਭਾਵ ਉਹ ਉਸੇ ਜੋਤ ਨੂੰ ਸਭ ਵਿੱਚ ਵੇਖਦਾ ਹੈ ਜੋ ਉਸਦੇ ਆਪਣੇ ਅੰਦਰ ਹੈ। ਸਾਚੋ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਾਇਆ। ਗੁਰਮੁਖ ਸੱਚੇ ਪ੍ਰਭੂ ਤੋਂ ਪੈਦਾ ਹੁੰਦਾ ਹੈ ਅਤੇ ਸੱਚੇ ਵਿੱਚ ਹੀ ਲੀਨ ਰਹਿੰਦਾ ਹੈ। ਪ੍ਰਭੂ ਅਤੇ ਗੁਰਮੁਖ ਇੱਕ ਰੂਪ ਹੋ ਜਾਂਦੇ ਹਨ। ਝੂਠੇ ਆਵੈ ਠਵਰ ਨਾ ਪਾਵੈ ਹੈ, ਦੂਜੈ ਆਵਾ ਗੌਣ ਪਿਆ। ਪਰ ਝੂਠੇ ਭਾਵ ਨਾਸਵੰਤ ਮਾਇਆ ਵਿੱਚ ਲੱਗੇ ਹੋਏ ਬੰਦੇ ਜਗਤ ਆਉਂਦੇ ਹਨ, ਉਹਨਾਂ ਨੂੰ ਮਨ ਦਾ ਟਿਕਾਓ ਨਹੀਂ ਹਾਸਲ ਹੁੰਦਾ। ਸੋ ਇਸ ਦੂਜੇ ਭਾਵ ਦੇ ਕਾਰਨ ਉਹਨਾਂ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ। ਆਵਾ ਗੌਣ ਮਿਟੈ ਗੁਰਸਬਦੀ, ਆਪੇ ਪਰਖੈ ਬਖਸ ਲਿਆ।
ਇਹ ਜਨਮ ਮਰਨ ਦਾ ਚੱਕਰ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਮਿਟਦਾ ਹੈ। ਗੁਰੂ ਸ਼ਬਦ ਵਿੱਚ ਜੁੜੇ ਮਨੁੱਖ ਨੂੰ ਪ੍ਰਭੂ ਆਪ ਪਛਾਣ ਲੈਂਦਾ ਹੈ ਅਤੇ ਉਸ ਉੱਤੇ ਮਿਹਰ ਕਰਦਾ ਹੈ। ਏਕਾ ਬੇਦਨ ਦੂਜੇ ਵਿਆਪੀ ਨਾਮ ਰਸਾਇਣ ਵਿਸਰਿਆ। ਪਰ ਜਿਨ੍ਹਾਂ ਨੂੰ ਸਾਰੇ ਰਸਾਂ ਦਾ ਘਰ ਪ੍ਰਭੂ ਦਾ ਨਾਮ ਵਿਸਰ ਜਾਂਦਾ ਹੈ, ਉਹਨਾਂ ਨੂੰ ਦੂਜੇ ਭਾਵ ਵਿੱਚ ਫਸਣ ਦੇ ਕਾਰਨ ਇਹ ਹਉਮੈ ਦੀ ਪੀੜਾ ਸਤਾਉਂਦੀ ਹੈ। ਸੋ ਬੂਝੈ ਜਿਸ ਆਪ ਬੁਝਾਏ, ਗੁਰ ਕੈ ਸ਼ਬਦ ਸੋ ਮੁਕਤ ਭਇਆ। ਇਹ ਭੇਤ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖਸ਼ਦਾ ਹੈ। ਗੁਰੂ ਦੇ ਸ਼ਬਦ ਵਿੱਚ ਜੁੜਨ ਦੇ ਕਾਰਨ ਉਹ ਮਨੁੱਖ ਹਉਮੈ ਤੋਂ ਆਜ਼ਾਦ ਹੋ ਜਾਂਦਾ ਹੈ। ਨਾਨਕ ਤਾਰੇ ਤਾਰਨ ਹਾਰਾ, ਹਉਮੈ ਦੂਜਾ ਪਰ ਹਰਿਆ। ਹੇ ਨਾਨਕ, ਜਿਸ ਨੇ ਹਉਮੈ ਅਤੇ ਦੂਜਾ ਭਾਵ ਤਿਆਗ ਦਿੱਤਾ ਹੈ ਉਸ ਨੂੰ ਤਾਰਨਹਾਰ ਪ੍ਰਭੂ ਤਾਰ ਲੈਂਦਾ ਹੈ। ਮਨ ਮੁਖ ਭੁੱਲੈ ਜਮ ਕੀ ਕਾਣ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਜੀਵਨ ਦਾ ਸਹੀ ਰਸਤਾ ਖੁੰਜ ਜਾਂਦਾ ਹੈ ਅਤੇ ਜਮ ਦੀ ਮੁਥਾਜੀ ਵਿੱਚ ਹੋ ਜਾਂਦਾ ਹੈ। ਪਰ ਘਰ ਜੋ ਹੈ ਹਾਣੇ ਹਾਣ। ਪਰਾਇਆ ਘਰ ਤੱਕਦਾ ਹੈ, ਉਸ ਨੂੰ ਇਸ ਗੁਕਰਮ ਵਿੱਚ ਘਾਟਾ ਹੀ ਘਾਟਾ ਰਹਿੰਦਾ ਹੈ। ਮਨ ਮੁਖ ਭਰਮ ਭਵੈ ਬੇਬਾਨ। ਭੁਲੇਖੇ ਵਿੱਚ ਪਿਆ ਹੋਇਆ ਮਨਮੁਖ ਮਾਨੋ ਜੰਗਲ ਵਿੱਚ ਭਟਕ ਰਿਹਾ ਹੈ। ਵੇ ਮਾਰਗ ਮੂਸੈ ਮੰਤਰ ਮਸਾਣ। ਕੁਰਾਹੇ ਪੈ ਕੇ ਇਉਂ ਠੇਗਿਆ ਜਾ ਰਿਹਾ ਹੈ ਜਿਵੇਂ ਮਸਾਣ ਵਿੱਚ ਮੰਤਰ ਪੜਨ ਵਾਲਾ ਮਨੁੱਖ ਭੈੜੇ ਪਾਸੇ ਪਿਆ ਹੈ। ਸ਼ਬਦ ਨਾ ਚੀਨੈ ਲਵੈ ਕੁਬਾਨ। ਮਨਮੁਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ, ਭਾਵ ਗੁਰੂ ਦੇ ਸ਼ਬਦ ਦੀ ਉਸ ਨੂੰ ਕਦਰ ਨਹੀਂ ਪੈਂਦੀ ਅਤੇ ਦੁਰਬਚਨ ਹੀ ਬੋਲਦਾ ਹੈ। ਨਾਨਕ ਸਾਚ ਰਤੇ ਸੁਖ ਜਾਣ। ਹੇ ਨਾਨਕ, ਸੁਖ ਉਸ ਨੂੰ ਮਿਲਿਆ ਜਾਣੋ ਜੋ ਸੱਚੇ ਪ੍ਰਭੂ ਵਿੱਚ ਰੰਗਿਆ ਹੋਇਆ ਹੈ। ਗੁਰਮੁਖ ਸਾਚੇ ਕਾ ਭਾਉ ਪਾਵੈ। ਜੋ ਮਨੁੱਖ ਸਤਿਗੁਰੂ ਦੇ ਅਨੁਸਾਰ ਹੋ ਕੇ ਤੁਰਦਾ ਹੈ ਉਹ ਸੱਚੇ ਪ੍ਰਭੂ ਦਾ ਡਰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ। ਗੁਰਮੁਖ ਬਾਣੀ ਅੱਗੜ ਕੜਾਵੈ। ਗੁਰੂ ਦੀ ਬਾਣੀ ਦੇ ਰਾਹੀਂ ਅਮੋੜ ਮਨ ਨੂੰ ਸੁਚੱਜਾ ਬਣਾਉਂਦਾ ਹੈ। ਗੁਰਮੁਖ ਨਿਰਮਲ ਹਰ ਗੁਣ ਗਾਵੈ। ਨਿਰਮਲ ਪਰਮਾਤਮਾ ਦੀ ਸਿਫ ਸਲਾਹ ਕਰਦਾ ਹੈ। ਗੁਰਮੁਖ ਪਵਿੱਤਰ ਪਰਮ ਪਦ ਪਾਵੈ ਅਤੇ ਇਸ ਤਰ੍ਹਾਂ ਪਵਿੱਤਰ ਅਤੇ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਗੁਰਮੁਖ ਮਨੁੱਖ ਤਨੋ ਮਨੋ ਪਰਮਾਤਮਾ ਨੂੰ ਯਾਦ ਕਰਦਾ ਹੈ। ਨਾਨਕ ਗੁਰਮੁਖ ਸਾਚ ਸਮਾਵੈ। ਇਹ ਨਾਨਕ, ਬੰਦਗੀ ਦੇ ਰਾਹੀਂ ਗੁਰਮੁਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਲੀਨ ਰਹਿੰਦਾ ਹੈ। ਗੁਰਮੁਖ ਪਰਚੈ ਭੇਦ ਵਿਚਾਰੀ। ਜੋ ਮਨੁੱਖ ਗੁਰੂ ਨਾਲ ਡੂੰਘੀ ਸਾਂਝ ਬਣਾ ਲੈਂਦਾ ਹੈ, ਭਾਵ ਜਿਸ ਨੂੰ ਸਤਿਗੁਰੂ ਵਿੱਚ ਪੂਰਨ ਵਿਸ਼ਵਾਸ ਹੋ ਜਾਂਦਾ ਹੈ, ਉਹ ਮਾਨੋ ਵੇਦਾਂ ਦਾ ਗਿਆਤਾ ਹੋ ਜਾਂਦਾ ਹੈ, ਉਸ ਨੂੰ ਵੇਦਾਂ ਦੀ ਲੋੜ ਨਹੀਂ ਰਹਿ ਜਾਂਦੀ। ਗੁਰਮੁਖ ਪਰਚੈ ਧਰਿਐ ਧਾਰੀ। ਗੁਰੂ ਨਾਲ ਡੂੰਘੀ ਸਾਂਝ ਬਣਾਇਆ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ। ਗੁਰ ਸ਼ਬਦ ਦੇ ਰਾਹੀਂ ਪ੍ਰਭੂ ਨਾਲ ਜਾਣ ਪਛਾਣ ਵਾਲਾ ਹੋ ਜਾਈਦਾ ਹੈ। ਗੁਰਮੁਖ ਪਰਚੈ ਅੰਤਰ ਵਿਦ ਜਾਨੀ। ਅਤੇ ਗੁਰਸ਼ਬਦ ਦੇ ਰਾਹੀਂ ਅੰਦਰਲੇ ਦੀ ਸੂਝ ਪੈ ਜਾਂਦੀ ਹੈ। ਗੁਰਮੁਖ ਪਾਈਐ ਅਲਖ ਅਪਾਰ।
ਗੁਰੂ ਦੇ ਸਨਮੁਖ ਹੋਇਆਂ ਅਦ੍ਰਿਸ਼ਟ ਅਤੇ ਬੇਅੰਤ ਪ੍ਰਭੂ ਮਿਲ ਪੈਂਦਾ ਹੈ। ਨਾਨਕ ਗੁਰਮੁਖ ਮੁਕਤ ਦੁਆਰ। ਹੇ ਨਾਨਕ, ਗੁਰੂ ਦੇ ਰਾਹੀਂ ਹੀ ਹੋਮੇ ਤੋਂ ਖਲਾਸੀ ਦਾ ਰਸਤਾ ਲੱਭਦਾ ਹੈ। ਗੁਰਮੁਖ ਅਕਥ ਕਥੈ ਵਿਚਾਰ। ਗੁਰੂ ਦੇ ਦੱਸੇ ਰਾਹ 'ਤੇ ਤੁਰਨ ਵਾਲਾ ਮਨੁੱਖ ਗੁਰੂ ਦੀ ਦੱਸੀ ਵਿਚਾਰ ਨਾਲ ਉਸ ਪ੍ਰਭੂ ਦੇ ਗੁਣ ਗਾਉਂਦਾ ਹੈ, ਜਿਸ ਦਾ ਸਹੀ ਸਰੂਪ ਬਿਆਨ ਨਹੀਂ ਹੋ ਸਕਦਾ। ਗੁਰਮੁਖ ਨਿਭੈ ਸਭ ਪਰਿਵਾਰ। ਇਸ ਤਰ੍ਹਾਂ ਗੁਰਮੁਖ ਘਰ ਬਾਰੀ ਹੁੰਦਾ ਹੋਇਆ ਹੀ ਜ਼ਿੰਦਗੀ ਦੀ ਬਾਜ਼ੀ ਵਿੱਚ ਭੁੱਗ ਜਾਂਦਾ ਹੈ। ਗੁਰਮੁਖ ਜਪੀਐ ਅੰਤਰ ਪਿਆਰ। ਗੁਰੂ ਦੇ ਸਨਮੁਖ ਹੋਇਆਂ ਹੀ ਹਿਰਦੇ ਵਿੱਚ ਪਿਆਰ ਨਾਲ ਪ੍ਰਭੂ ਨੂੰ ਜਪ ਸਕੀਦਾ ਹੈ। ਗੁਰਮੁਖ ਪਾਈਐ ਸ਼ਬਦ ਆਚਾਰ ਅਤੇ ਗੁਰ ਸ਼ਬਦ ਦੇ ਰਾਹੀਂ ਉੱਚਾ ਆਚਰਣ ਬਣ ਕੇ ਪ੍ਰਭੂ ਮਿਲਦਾ ਹੈ। ਸ਼ਬਦ ਭੇਦ ਜਾਣੈ ਜਾਣਾਈ। ਗੁਰੂ ਦੇ ਦੱਸੇ ਰਾਹ 'ਤੇ ਤੁਰਨ ਵਾਲਾ ਮਨੁੱਖ ਗੁਰੂ ਦੇ ਸ਼ਬਦ ਨਾਲ ਆਪਣੇ ਮਨ ਨੂੰ ਪਰੋ ਕੇ ਪ੍ਰਭੂ ਨੂੰ ਪਛਾਣਦਾ ਹੈ ਅਤੇ ਹੋਰਨਾਂ ਨੂੰ ਪਛਾਣ ਕਰਾਉਂਦਾ ਹੈ। ਨਾਨਕ ਹੋਮੈ ਚਾਲ ਸਮਾਈ। ਹੇ ਨਾਨਕ, ਗੁਰਮੁਖ ਆਪਣੀ ਹੋਮੈ ਖੁਦਗਰਜੀ ਸਾੜ ਕੇ ਪ੍ਰਭੂ ਵਿੱਚ ਲੀਨ ਰਹਿੰਦਾ ਹੈ। ਗੁਰਮੁਖ ਧਰਤੀ ਸੱਚ ਹੈ ਸਾਜੀ। ਸੱਚੇ ਪ੍ਰਭੂ ਨੇ ਗੁਰਮੁਖ ਮਨੁੱਖ ਪੈਦਾ ਕਰਨ ਵਾਸਤੇ ਧਰਤੀ ਬਣਾਈ ਹੈ। ਤਿਸਮੈ ਓਪਤ ਖਪਤ ਸੋ ਬਾਜੀ। ਇਸ ਧਰਤੀ ਵਿੱਚ ਉਤਪੱਤੀ ਅਤੇ ਨਾਸ ਗੁਰਮੁਖਤਾ ਦੇ ਵਿਕਾਸ ਲਈ ਇੱਕ ਖੇਡ ਹੈ। ਗੁਰ ਕੈ ਸ਼ਬਦ ਰਪੈ ਰੰਗ ਲਾਏ। ਜਦੋਂ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀਂ ਪ੍ਰਭੂ ਨਾਲ ਪਿਆਰ ਜੋੜ ਕੇ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਸਾਚ ਰਤੋ ਪਤ ਸਿਉਂ ਕਰ ਜਾਏ, ਤਾਂ ਸੱਚੇ ਵਿੱਚ ਰੱਤਾ ਹੋਇਆ ਗੁਰਮੁਖ ਇੱਜ਼ਤ ਲੈ ਕੇ ਆਪਣੇ ਘਰ ਵਿੱਚ ਆਪੜਦਾ ਹੈ ਅਤੇ ਉਸਦੀ ਘੜਨ ਭੱਜਣ ਦੀ ਖੇਡ ਮੁੱਕ ਜਾਂਦੀ ਹੈ। ਸਾਚ ਸ਼ਬਦ ਬਿਨ ਪਤ ਨਹੀਂ ਪਾਵੈ। ਸੱਚੇ ਸ਼ਬਦ ਤੋਂ ਬਿਨਾਂ ਕੋਈ ਮਨੁੱਖ ਇੱਜ਼ਤ ਹਾਸਲ ਨਹੀਂ ਕਰ ਸਕਦਾ। ਨਾਨਕ ਬਿਨ ਨਾਮ ਹੈ ਕਿਉਂ ਸਾਚ ਸਮਾਵੈ। ਹੇ ਨਾਨਕ, ਪ੍ਰਭੂ ਦੇ ਨਾਮ ਤੋਂ ਬਿਨਾਂ ਪ੍ਰਭੂ ਵਿੱਚ ਮਨੁੱਖ ਕਿਵੇਂ ਸਮਾ ਸਕਦਾ ਹੈ, ਭਾਵ ਨਹੀਂ ਸਮਾ ਸਕਦਾ। ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ। ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਸਾਰੀਆਂ ਅੱਠੇ ਕਰਾਮਾਤੀ ਤਾਕਤਾਂ ਅਤੇ ਅਕਲਾਂ ਦੀ ਪ੍ਰਾਪਤੀ ਹੈ। ਗੁਰਮੁਖ ਭਵਜਲ ਧਰੀਐ ਸੱਚ ਸੁੱਧੀ। ਗੁਰੂ ਦੇ ਸਨਮੁਖ ਹੋਇਆਂ ਸੰਸਾਰ ਸਮੁੰਦਰ ਤਰ ਜਾਈਦਾ ਹੈ ਅਤੇ ਸੱਚੇ ਦੀ ਸੋਹਣੀ ਮੱਤ ਆ ਜਾਂਦੀ ਹੈ। ਗੁਰਮੁਖ ਸਰ ਅਪਸਰ ਵਿਧ ਜਾਣੈ। ਗੁਰੂ ਦੇ ਦੱਸੇ ਰਾਹ 'ਤੇ ਤੁਰਨ ਵਾਲਾ ਮਨੁੱਖ ਚੰਗੇ ਮੰਦੇ ਸਮੇਂ ਦਾ ਹਾਲਤ ਜਾਣ ਲੈਂਦਾ ਹੈ। ਗੁਰਮੁਖ ਪਰ ਵਿਰਤ ਨਰ ਵਿਰਤ ਪਛਾਣੈ ਅਤੇ ਗੁਰੂ ਦੇ ਦੱਸੇ ਰਾਹ 'ਤੇ ਤੁਰਨ ਵਾਲਾ ਮਨੁੱਖ ਪਛਾਣ ਲੈਂਦਾ ਹੈ ਕੀ ਛੱਡਣਾ ਹੈ ਅਤੇ ਕੀ ਗ੍ਰਹਿਣ ਕਰਨਾ ਹੈ। ਗੁਰਮੁਖ ਤਾਰੇ ਪਾਰ ਉਤਾਰੇ। ਗੁਰਮੁਖ ਮਨੁੱਖ ਹੋਰਨਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਤਾਰ ਕੇ ਪਰਲੇ ਕੰਢੇ ਲਾ ਦਿੰਦਾ ਹੈ। ਨਾਨਕ ਗੁਰਮੁਖ ਸ਼ਬਦ ਨਿਸਤਾਰੇ। ਹੇ ਨਾਨਕ, ਗੁਰੂ ਦੀ ਸਿੱਖਿਆ 'ਤੇ ਤੁਰਨ ਵਾਲਾ ਬੰਦਾ ਗੁਰੂ ਦੇ ਸ਼ਬਦ ਦੇ ਰਾਹੀਂ ਦੂਜਿਆਂ ਨੂੰ ਵੀ ਤਾਰ ਦਿੰਦਾ ਹੈ। ਨਾਮੇ ਰਾਤੇ ਹੋਮੈ ਜਾਏ। ਪ੍ਰਭੂ ਦੇ ਨਾਮ ਵਿੱਚ ਹੀ ਰੱਤੇ ਹੋਏ ਦੀ ਹੋਮੈ ਨਾਸ ਹੁੰਦੀ ਹੈ। ਨਾਮ ਰਤੇ ਸੱਚ ਰਹੇ ਸਮਾਏ। ਜੋ ਮਨੁੱਖ ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਹਨ ਉਹ ਪ੍ਰਭੂ ਵਿੱਚ ਸਮਾਏ ਰਹਿੰਦੇ ਹਨ।
ਨਾਮ ਰਤੇ ਜੋਗ ਜੁਗਤ ਵਿਚਾਰ। ਜੋ ਪ੍ਰਾਣੀ ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਹਨ, ਉਹਨਾਂ ਨੂੰ ਹੀ ਜੋਗ ਦੀ ਜੁਗਤ ਅਤੇ ਸਹੀ ਵਿਚਾਰ ਪ੍ਰਾਪਤ ਹੋਈ ਹੈ। ਨਾਮ ਰਤੇ ਭਾਵ ਹੈ ਮੋਕ ਦੁਆਰ। ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਬੰਦੇ ਹੀ ਹਉਮੈ ਤੋਂ ਛੁਟਕਾਰਾ ਪਾਉਣ ਦਾ ਰਾਹ ਲੱਭਦੇ ਹਨ। ਨਾਮ ਰਤੇ ਤ੍ਰਿਭਵਨ ਸੋਝੀ ਹੋਏ। ਕਿਉਂਕਿ ਨਾਮ ਵਿੱਚ ਰੱਤੇ ਹੋਏ ਬੰਦਿਆਂ ਨੂੰ ਤ੍ਰਿਲੋਕੀ ਦੀ ਸੂਝ ਪੈ ਜਾਂਦੀ ਹੈ, ਭਾਵ ਆਪਣੀ ਨਿੱਕੀ ਜਿਹੀ ਅਪਣਤ ਦੀ ਥਾਂ ਸਾਰੀ ਤ੍ਰਿਲੋਕੀ ਹੀ ਉਹਨਾਂ ਨੂੰ ਰੱਬੀ ਸਾਂਝ ਦੇ ਕਾਰਨ ਆਪਣੀ ਦਿਸਦੀ ਹੈ। ਨਾਨਕ ਨਾਮ ਰਤੇ ਸਦਾ ਸੁਖ ਹੋਏ। ਹੇ ਨਾਨਕ, ਪ੍ਰਭੂ ਦੇ ਨਾਮ ਵਿੱਚ ਰੱਤੇ ਹੋਏ ਨੂੰ ਸਦਾ ਟਿੱਕੇ ਰਹਿਣ ਵਾਲਾ ਸੁੱਖ ਮਿਲਦਾ ਹੈ। ਨਾਮ ਰਤੇ ਸਿੱਧ ਗੋਸ਼ਟ ਹੋਏ। ਪ੍ਰਭੂ ਦੇ ਨਾਮ ਵਿੱਚ ਰੱਤਿਆਂ ਹੀ ਪ੍ਰਭੂ ਨਾਲ ਮਿਲਾਪ ਹੁੰਦਾ ਹੈ। ਨਾਮ ਰਤੇ ਸਦਾ ਤਪ ਹੋਏ। ਪ੍ਰਭੂ ਨਾਮ ਵਿੱਚ ਰੰਗੇ ਰਹਿਣਾ ਹੀ ਸਦਾ ਕਹਿਮ ਰਹਿਣ ਵਾਲਾ ਪੁੰਨ ਕਰਮ ਹੈ। ਨਾਮ ਰਤੇ ਸੱਚ ਕਰਨੀ ਸਾਰ। ਨਾਮ ਵਿੱਚ ਲੱਗਣਾ ਹੀ ਸੱਚੀ ਅਤੇ ਉੱਤਮ ਕਰਨੀ ਹੈ। ਨਾਮ ਰਤੇ ਗੁਣ ਗਿਆਨ ਵਿਚਾਰ। ਨਾਮ ਵਿੱਚ ਰੱਤੇ ਰਹਿਣਾ ਹੀ ਪ੍ਰਭੂ ਦੇ ਗੁਣਾਂ ਨਾਲ ਜਾਣ ਪਛਾਣ ਹੁੰਦੀ ਹੈ ਅਤੇ ਸਾਂਝ ਬਣਦੀ ਹੈ। ਬਿਨ ਨਾਵੈ ਬੋਲੈ ਸਭ ਵੇਕਾਰ। ਪ੍ਰਭੂ ਦੇ ਨਾਮ ਤੋਂ ਬਿਨਾਂ ਮਨੁੱਖ ਜੋ ਬੋਲਦਾ ਹੈ ਉਹ ਵਿਅਰਥ ਹੈ। ਨਾਨਕ ਨਾਮ ਰਤੇ ਤਿੰਨ ਕੋ ਜੈਕਾਰ। ਹੇ ਨਾਨਕ, ਜੋ ਮਨੁੱਖ ਨਾਮ ਵਿੱਚ ਰੱਤੇ ਹੋਏ ਹਨ ਉਹਨਾਂ ਨੂੰ ਸਾਡੀ ਨਮਸਕਾਰ ਹੈ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਪ੍ਰਭੂ ਦਾ ਨਾਮ ਪੂਰੇ ਗੁਰੂ ਤੋਂ ਮਿਲਦਾ ਹੈ। ਜੋਗ ਜੁਗਤ ਸੱਚ ਰਹਿ ਸਮਾਏ। ਸੱਚੇ ਪ੍ਰਭੂ ਵਿੱਚ ਲੀਨ ਰਹਿਣਾ ਇਹੀ ਹੈ ਅਸਲ ਜੋਗ ਦੀ ਜੁਗਤੀ। ਬਾਰਾਂ ਮੈਂ ਜੋਗੀ ਪਰਮਾਏ ਸੰਨਿਆਸੀ ਛੈ ਚਾਰ। ਪਰ ਜੋਗੀ ਲੋਕ ਆਪਣੇ ਬਾਰਾਂ ਫਿਕਰਿਆਂ ਦੀ ਵੰਡ ਵਿੱਚ ਇਸ ਅਸਲ ਨਿਸ਼ਾਨੇ ਤੋਂ ਭੁੱਲ ਰਹੇ ਹਨ ਅਤੇ ਸੰਨਿਆਸੀ ਲੋਕ ਆਪਣੇ 10 ਫਿਰਕਿਆਂ ਦੇ ਵੱਖੋ ਵੱਖ ਸਾਧਨਾਂ ਵਿੱਚ। ਗੁਰ ਕੈ ਸ਼ਬਦ ਜੋ ਮਰ ਜੀਵੈ ਸੋ ਪਾਏ ਮੋਖ ਦੁਆਰ। ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਮਾਇਆ ਵੱਲੋਂ ਮਰ ਕੇ ਜਿਉਂਦਾ ਹੈ ਉਹ ਹਉਮੈ ਤੋਂ ਖਲਾਸੀ ਦਾ ਰਾਹ ਲੱਭ ਲੈਂਦਾ ਹੈ। ਬਿਨ ਸ਼ਬਦੈ ਸਭ ਦੂਜੈ ਲਾਗੇ ਦੇਖੋ ਹਿਰਦੈ ਵਿਚਾਰ। ਹਿਰਦੇ ਵਿੱਚ ਵਿਚਾਰ ਕਰਕੇ ਵੇਖ ਲਵੋ, ਭਾਵ ਆਪਣਾ ਜਾਤੀ ਤਜਰਬਾ ਹੀ ਇਸ ਗੱਲ ਦੀ ਗਵਾਹੀ ਦੇ ਦੇਵੇਗਾ ਕਿ ਗੁਰੂ ਦੇ ਸ਼ਬਦ ਵਿੱਚ ਜੁੜਨ ਤੋਂ ਬਿਨਾਂ ਸਾਰੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਰੁਝੇਵੇਂ ਵਿੱਚ ਲੱਗੇ ਰਹਿੰਦੇ ਹਨ। ਨਾਨਕ ਵੱਡੇ ਸੇਵਟ ਭਾਗੀ ਜਿਨ ਸੱਚ ਰੱਖਿਆ ਉਰ ਤਾਰ। ਹੇ ਨਾਨਕ, ਉਹ ਮਨੁੱਖ ਵੱਡੇ ਹਨ ਅਤੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਟਿਕਾ ਰੱਖਿਆ ਹੈ। ਗੁਰਮੁਖ ਰਤਨ ਲਹਿ ਲਿਵ ਲਾਏ। ਜੋ ਮਨੁੱਖ ਗੁਰੂ ਦੇ ਕਹੇ ਤੇ ਤੁਰਦਾ ਹੈ ਉਹ ਪ੍ਰਭੂ ਵਿੱਚ ਸੁਰਤ ਜੋੜ ਕੇ ਪ੍ਰਭੂ ਨਾਮ ਰੂਪ ਰਤਨ ਲੱਭ ਲੈਂਦਾ ਹੈ। ਗੁਰਮੁਖ ਪਰਖੈ ਰਤਨ ਸੁਭਾਏ। ਉਹ ਮਨੁੱਖ ਇਸ ਆਪਣੀ ਲਗਨ ਨਾਲ ਹੀ ਨਾਮ ਰਤਨ ਦੀ ਕਦਰ ਜਾਣ ਲੈਂਦਾ ਹੈ। ਗੁਰਮੁਖ ਸਾਚੀ ਕਾਰ ਕਮਾਏ। ਬਸ ਇਹੀ ਸੱਚੀ ਕਾਰ ਗੁਰਮੁਖ ਕਮਾਉਂਦਾ ਹੈ। ਗੁਰਮੁਖ ਸਾਚੇ ਮਨ ਪਤਿਆਏ ਅਤੇ ਗੁਰਮੁਖ ਸੱਚੇ ਪ੍ਰਭੂ ਵਿੱਚ ਆਪਣੇ ਮਨ ਨੂੰ ਗਿਝਾ ਲੈਂਦਾ ਹੈ। ਗੁਰਮੁਖ ਅਲਖ ਲਖਾਏ ਤਿਸ ਭਾਵੈ। ਜੋ ਉਸ ਪ੍ਰਭੂ ਨੂੰ ਭਾਉਂਦਾ ਹੈ
ਤਾਂ ਗੁਰਮੁਖ ਉਸ ਅਲੱਖ ਪ੍ਰਭੂ ਦੇ ਗੁਣਾਂ ਦੀ ਹੋਰਨਾਂ ਨੂੰ ਵੀ ਸੂਝ ਪਾ ਦਿੰਦਾ ਹੈ। ਨਾਨਕ ਗੁਰਮੁਖ ਚੋਟ ਨਾ ਖਾਵੇ। ਹੇ ਨਾਨਕ, ਜੋ ਮਨੁੱਖ ਗੁਰੂ ਦੇ ਕਹੇ 'ਤੇ ਤੁਰਦਾ ਹੈ ਉਹ ਵਿਕਾਰਾਂ ਦੀ ਮਾਰ ਨਹੀਂ ਖਾਂਦਾ। ਗੁਰਮੁਖ ਨਾਮ ਦਾਨ ਇਸਨਾਨ। ਜੋ ਮਨੁੱਖ ਗੁਰੂ ਦੇ ਦੱਸੇ ਰਾਹ 'ਤੇ ਤੁਰਦਾ ਹੈ ਉਸਦਾ ਨਾਮ ਜਪਣਾ, ਦਾਨ ਕਰਨਾ ਅਤੇ ਇਸ਼ਨਾਨ ਕਰਨਾ ਪ੍ਰਵਾਨ ਹੈ। ਗੁਰਮੁਖ ਲਾਗੈ ਸਹਿਜ ਧਿਆਨ। ਗੁਰੂ ਦੇ ਸਨਮੁਖ ਹੋਇਆ ਹੀ ਅਡੋਲ ਅਵਸਥਾ ਵਿੱਚ ਸੁਰਤ ਜੁੜਦੀ ਹੈ। ਗੁਰਮੁਖ ਪਾਵੈ ਦਰਗਹਿ ਮਾਨ। ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਪਾਉਂਦਾ ਹੈ। ਗੁਰਮੁਖ ਭਉ ਭੰਜਨ ਪ੍ਰਦਾਨ। ਉਹ ਉਸ ਪ੍ਰਭੂ ਨੂੰ ਮਿਲ ਪੈਂਦਾ ਹੈ ਜੋ ਡਰ ਸਹਿਮ ਨਾਸ ਕਰਨ ਵਾਲਾ ਹੈ ਅਤੇ ਜੋ ਸਭ ਦਾ ਮਾਲਕ ਹੈ। ਗੁਰਮੁਖ ਕਰਨੀ ਕਾਰ ਕਰਾਏ। ਗੁਰਮੁਖ ਮਨੁੱਖ ਹੋਰਨਾਂ ਪਾਸੋਂ ਵੀ ਇਹੀ ਭਾਵ ਗੁਰੂ ਦੇ ਹੁਕਮ ਵਿੱਚ ਤੁਰਨ ਵਾਲਾ ਕਰਨ ਯੋਗ ਕੰਮ ਕਰਾਉਂਦਾ ਹੈ। ਨਾਨਕ ਗੁਰਮੁਖ ਮੇਲ ਮਿਲਾਏ। ਅਤੇ ਇਸ ਤਰ੍ਹਾਂ ਉਹਨਾਂ ਨੂੰ ਹੇ ਨਾਨਕ ਪ੍ਰਭੂ ਦੇ ਮੇਲ ਵਿੱਚ ਮਿਲਾ ਦਿੰਦਾ ਹੈ। ਗੁਰਮੁਖ ਸ਼ਾਸਤਰ ਸਮ੍ਰਿਤ ਵੇਦ। ਜੋ ਮਨੁੱਖ ਗੁਰੂ ਦੇ ਦੱਸੇ ਰਾਹ 'ਤੇ ਤੁਰਦਾ ਹੈ ਉਹ ਮਾਨੋ ਸ਼ਾਸਤਰ ਸਿਮ੍ਰਤੀਆਂ ਅਤੇ ਵੇਦਾਂ ਦਾ ਗਿਆਨ ਹਾਸਲ ਕਰ ਚੁੱਕਾ ਹੈ। ਭਾਵ ਗੁਰੂ ਦੇ ਹੁਕਮ ਵਿੱਚ ਤੁਰਨਾ ਹੀ ਗੁਰਮੁਖ ਲਈ ਵੇਦਾਂ ਸ਼ਾਸਤਰਾਂ ਅਤੇ ਸਿਮ੍ਰਤੀਆਂ ਦਾ ਗਿਆਨ ਹੈ। ਗੁਰਮੁਖ ਪਾਵੈ ਘੱਟ ਘੱਟ ਭੇਦ। ਗੁਰੂ ਦੇ ਹੁਕਮ ਵਿੱਚ ਤੁਰ ਕੇ ਉਹ ਹਰੇਕ ਘੱਟ ਵਿੱਚ ਵਿਆਪਕ ਪ੍ਰਭੂ ਦਾ ਸਰਵ ਵਿਆਪਕਤਾ ਦਾ ਭੇਤ ਸਮਝ ਲੈਂਦਾ ਹੈ। ਗੁਰਮੁਖ ਵੈਰ ਵਿਰੋਧ ਗਵਾਵੈ। ਇਸ ਵਾਸਤੇ ਗੁਰਮੁਖ ਦੂਜਿਆਂ ਨਾਲ ਵੈਰ ਵਿਰੋਧ ਰੱਖਣਾ ਭੁਲਾ ਦਿੰਦਾ ਹੈ। ਗੁਰਮੁਖ ਸਗਲੀ ਗਣਤ ਮਿਟਾਵੈ। ਇਸ ਵੈਰ ਵਿਰੋਧ ਦਾ ਸਾਰਾ ਲੇਖਾ ਹੀ ਮਿਟਾ ਦਿੰਦਾ ਹੈ। ਭਾਵ ਕਦੇ ਇਹ ਸੋਚ ਮਨ ਵਿੱਚ ਆਉਣ ਹੀ ਨਹੀਂ ਦਿੰਦਾ ਕਿ ਕਿਸੇ ਨੇ ਕਦੇ ਉਸ ਨਾਲ ਵਧੀਕੀ ਕੀਤੀ। ਗੁਰਮੁਖ ਰਾਮ ਨਾਮ ਰੰਗ ਰਾਤਾ। ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਪ੍ਰਭੂ ਦੇ ਨਾਮ ਦੇ ਪਿਆਰ ਵਿੱਚ ਰਤਾ ਰਹਿੰਦਾ ਹੈ। ਨਾਨਕ ਗੁਰਮੁਖ ਖਸਮ ਪਛਾਤਾ। ਹੇ ਨਾਨਕ, ਗੁਰੂ ਦੇ ਸਨਮੁਖ ਮਨੁੱਖ ਨੇ ਖਸਮ ਪ੍ਰਭੂ ਨੂੰ ਪਛਾਣ ਲਿਆ ਹੈ। ਬਿਨ ਗੁਰ ਭਰਮੈ ਆਵੈ ਜਾਏ। ਸਤਿਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਮਨੁੱਖ ਮਾਇਆ ਵਿੱਚ ਭਟਕਦਾ ਹੈ ਅਤੇ ਜੰਮਦਾ ਮਰਦਾ ਰਹਿੰਦਾ ਹੈ। ਬਿਨ ਗੁਰ ਘਾਲ ਨਾ ਪਵੇ ਥਾਏ। ਗੁਰੂ ਸ਼ਰਨ ਤੋਂ ਬਿਨਾਂ ਕੋਈ ਮਿਹਨਤ ਕਬੂਲ ਨਹੀਂ ਪੈਂਦੀ, ਕਿਉਂਕਿ ਹਉਮੈ ਟਿੱਕੀ ਰਹਿੰਦੀ ਹੈ। ਬਿਨ ਗੁਰ ਮਨੁਆ ਹੱਤ ਡੋਲਾਏ। ਸਤਿਗੁਰੂ ਤੋਂ ਬਿਨਾਂ ਇਹ ਚੰਚਲ ਮਨ ਬਹੁਤ ਸਹਿਸਿਆਂ ਵਿੱਚ ਰਹਿੰਦਾ ਹੈ। ਬਿਨ ਗੁਰ ਤਿਪਤ ਨਹੀਂ ਬਿਖ ਖਾਏ। ਸਤਿਗੁਰੂ ਤੋਂ ਬਿਨਾਂ ਇਹ ਜ਼ਹਿਰ ਖਾ ਖਾ ਕੇ ਭਾਵ ਦੁਨੀਆ ਦੇ ਪਦਾਰਥ ਮਾਣ ਮਾਣ ਕੇ ਰੱਜਦਾ ਨਹੀਂ। ਬਿਨ ਗੁਰ ਬਸੀਅਰ ਡਸੈ ਮਰ ਵਾਟ। ਗੁਰੂ ਦੇ ਰਾਹ 'ਤੇ ਤੁਰਨ ਤੋਂ ਬਿਨਾਂ ਜਗਤ ਦਾ ਮੋਹ ਰੂਪ ਸੱਪ ਡੰਗ ਮਾਰਦਾ ਰਹਿੰਦਾ ਹੈ। ਜ਼ਿੰਦਗੀ ਦੇ ਸਫ਼ਰ ਦੇ ਅੱਧ ਵਿੱਚ ਹੀ ਆਤਮਕ ਮੋਤੇ ਮਰੀਦਾ ਹੈ। ਨਾਨਕ ਗੁਰਬਿਨ ਘਾਟੇ ਘਾਟ। ਹੇ ਨਾਨਕ, ਸਤਿਗੁਰੂ ਦੇ ਹੁਕਮ ਵਿੱਚ ਤੁਰਨ ਤੋਂ ਬਿਨਾਂ ਮਨੁੱਖ ਨੂੰ ਆਤਮਕ ਜੀਵਨ ਦਾ ਘਾਟਾ ਹੀ ਘਾਟਾ ਰਹਿੰਦਾ ਹੈ। ਜਿਸ ਗੁਰ ਮਿਲੈ ਤਿਸ ਭਾਰ ਉਤਾਰੈ। ਜਿਸ ਮਨੁੱਖ ਨੂੰ ਸਤਿਗੁਰੂ ਮਿਲ ਪੈਂਦਾ ਹੈ ਉਸ ਨੂੰ ਉਹ ਦੁੱਤਰ ਸਾਗਰ ਤੋਂ ਪਾਰ ਲੰਘਾ ਲੈਂਦਾ ਹੈ। ਅਵਗਣ ਮੇਟੈ ਗੁਣ ਨਿਸਤਾਰੈ। ਗੁਰੂ ਉਸਦੇ ਔਗਣ ਮਿਟਾ ਦਿੰਦਾ ਹੈ
ਅਤੇ ਗੁਣ ਦੇ ਕੇ ਉਸ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਮੁਕਤ ਮਹਾਂਸੁਖ ਗੁਰ ਸ਼ਬਦ ਵਿਚਾਰ। ਸਤਿਗੁਰੂ ਦਾ ਸ਼ਬਦ ਵਿਚਾਰ ਕੇ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਆਜ਼ਾਦੀ ਦਾ ਵੱਡਾ ਸੁੱਖ ਮਿਲਦਾ ਹੈ। ਗੁਰਮੁਖ ਕਦੇ ਨਾ ਆਵੇ ਹਾਰ। ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਜ਼ਿੰਦਗੀ ਦੀ ਬਾਜ਼ੀ ਕਦੇ ਹਾਰ ਕੇ ਨਹੀਂ ਆਉਂਦਾ। ਤਨ ਹੱਟੜੀ ਇਹੋ ਮਨ ਵਣਜਾਰਾ। ਗੁਰਮੁਖ ਆਪਣੇ ਸਰੀਰ ਨੂੰ ਸੋਹਣੀ ਜਿਹੀ ਹੱਟੀ ਅਤੇ ਮਨ ਨੂੰ ਵਪਾਰੀ ਬਣਾਉਂਦਾ ਹੈ। ਨਾਨਕ ਸਹਿਜੇ ਸੱਚ ਵਪਾਰਾ। ਹੇ ਨਾਨਕ ਅਡੋਲਤਾ ਵਿੱਚ ਰਹਿ ਕੇ ਪ੍ਰਭੂ ਦਾ ਨਾਮ ਵਣਜ ਕਰਦਾ ਹੈ। ਗੁਰਮੁਖ ਬੰਧਿਓ ਸੇਤ ਵਿਧਾਤਾ। ਕਰਤਾਰ ਨੇ ਸੰਸਾਰ ਸਮੁੰਦਰ ਅਤੇ ਗੁਰਮੁਖ ਰੂਪ ਪੁੱਲ ਬਣਾ ਦਿੱਤਾ। ਜਿਵੇਂ ਰਾਮ ਚੰਦਰ ਜੀ ਨੇ ਸੀਤਾ ਨੂੰ ਲਿਆਉਣ ਵਾਸਤੇ ਸਮੁੰਦਰ 'ਤੇ ਪੁੱਲ ਪੱਦਾ ਸੀ। ਲੰਕਾ ਲੁੱਟੀ ਦੈਤ ਸੰਤਾਪੈ। ਰਾਮ ਚੰਦਰ ਜੀ ਨੇ ਲੰਕਾ ਲੁੱਟੀ ਅਤੇ ਰਾਖਸ਼ ਮਾਰੇ। ਤਿਵੇਂ ਗੁਰੂ ਨੇ ਕਾਮਾਦਿਕ ਦੇ ਵਸ ਵਿੱਚ ਪਏ ਹੋਏ ਸਰੀਰ ਨੂੰ ਉਹਨਾਂ ਤੋਂ ਛੁਡਾ ਲਿਆ ਅਤੇ ਉਹ ਪੰਜ ਦੂਤ ਵਸ ਵਿੱਚ ਹੋ ਗਏ। ਰਾਮ ਚੰਦ ਮਾਰਿਓ ਇਹ ਰਾਵਣ। ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ, ਤਿਵੇਂ ਗੁਰਮੁਖ ਨੇ ਮਨ ਸੱਪ ਨੂੰ ਮਾਰ ਦਿੱਤਾ। ਭੇਦ ਬਭੀਖਣ ਗੁਰਮੁਖ ਪਰਚਾਇਣ। ਸਤਿਗੁਰੂ ਦਾ ਉਪਦੇਸ਼ ਮਨ ਨੂੰ ਮਾਰਨ ਵਿੱਚ ਇਉਂ ਕੰਮ ਆਇਆ ਜਿਵੇਂ ਭਵਿੱਖਣ ਦਾ ਭੇਤ ਦੱਸਣਾ ਰਾਵਣ ਨੂੰ ਮਾਰਨ ਲਈ ਕੰਮ ਆਇਆ। ਗੁਰਮੁਖ ਸਾਇਰ ਪਾਹਣ ਤਾਰੇ। ਰਾਮ ਚੰਦਰ ਜੀ ਨੇ ਪੁੱਲ ਬੰਨਣ ਵੇਲੇ ਪੱਥਰ ਸਮੁੰਦਰ 'ਤੇ ਤਾਰੇ। ਸਤਿਗੁਰੂ ਨੇ ਸੰਸਾਰ ਸਮੁੰਦਰ ਤੋਂ ਪੱਥਰ ਦਿਲਾਂ ਨੂੰ ਤਾਰ ਦਿੱਤਾ। ਗੁਰਮੁਖ ਕੋਟ 33 ਉਧਾਰੇ। ਗੁਰੂ ਦੇ ਰਾਹੀਂ 33 ਕਰੋੜ ਭਾਵ ਬੇਅੰਤ ਜੀਵ ਤਰ ਗਏ ਹਨ। ਗੁਰਮੁਖ ਚੁੱਕੈ ਆਵਣ ਜਾਣ। ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਸਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ। ਗੁਰਮੁਖ ਦਰਗਹਿ ਪਾਵੈ ਮਾਣ। ਉਹ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਲੈਂਦਾ ਹੈ। ਗੁਰਮੁਖ ਖੋਟੇ ਖਰੇ ਪਛਾਣ। ਗੁਰੂ ਦੇ ਸਨਮੁਖ ਮਨੁੱਖ ਖੋਟੇ ਅਤੇ ਖਰੇ ਕੰਮਾਂ ਦਾ ਭੇਤੀ ਹੋ ਜਾਂਦਾ ਹੈ। ਗੁਰਮੁਖ ਲਾਗੈ ਸਹਿਜ ਧਿਆਨ। ਇਸ ਵਾਸਤੇ ਖੋਟੇ ਕੰਮਾਂ ਵਿੱਚ ਫਸਦਾ ਨਹੀਂ ਅਤੇ ਅਡੋਲਤਾ ਵਿੱਚ ਉਸਦੀ ਸੁਰਤ ਜੁੜੀ ਰਹਿੰਦੀ ਹੈ। ਗੁਰਮੁਖ ਦਰਗਹਿ ਸਿਫਤ ਸਮਾਏ। ਗੁਰਮੁਖ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਦੇ ਰਾਹੀਂ ਪ੍ਰਭੂ ਦੀ ਹਜ਼ੂਰੀ ਵਿੱਚ ਟਿਕਿਆ ਰਹਿੰਦਾ ਹੈ। ਨਾਨਕ ਗੁਰਮੁਖ ਬੰਦ ਨਾ ਪਾਏ। ਇਸ ਤਰ੍ਹਾਂ ਹੇ ਨਾਨਕ ਗੁਰਮੁਖ ਦੀ ਜ਼ਿੰਦਗੀ ਦੇ ਰਾਹ ਵਿੱਚ ਵਿਕਾਰਾਂ ਦੀ ਕੋਈ ਰੋਕ ਨਹੀਂ ਪੈਂਦੀ। ਗੁਰਮੁਖ ਨਾਮ ਨਿਰੰਜਨ ਪਾਏ। ਗੁਰੂ ਦੇ ਹੁਕਮ ਵਿੱਚ ਤੁਰਨ ਵਾਲਾ ਮਨੁੱਖ ਨਿਰੰਜਨ ਦਾ ਨਾਮ ਪ੍ਰਾਪਤ ਕਰਦਾ ਹੈ। ਗੁਰਮੁਖ ਹੋਮੈ ਸ਼ਬਦ ਜਲਾਏ। ਕਿਉਂਕਿ ਉਹ ਆਪਣੀ ਹੋਮੇ ਗੁਰੂ ਦੇ ਸ਼ਬਦ ਦੇ ਰਾਹੀਂ ਸਾੜ ਦਿੰਦਾ ਹੈ। ਗੁਰਮੁਖ ਸਾਚੇ ਕੇ ਗੁਣ ਗਾਏ। ਗੁਰੂ ਦੇ ਸਨਮੁਖ ਹੋ ਕੇ ਮਨੁੱਖ ਸੱਚੇ ਪ੍ਰਭੂ ਦੇ ਗੁਣ ਗਾਉਂਦਾ ਹੈ। ਗੁਰਮੁਖ ਸਾਚੈ ਰਹਿ ਸਮਾਏ ਅਤੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਲੀਨ ਰਹਿੰਦਾ ਹੈ। ਗੁਰਮੁਖ ਸਾਚ ਨਾਮ ਪਤ ਉੱਤਮ ਹੋਏ। ਸੱਚੇ ਨਾਮ ਵਿੱਚ ਜੁੜ ਕੇ ਰਹਿਣ ਕਰਕੇ ਗੁਰਮੁਖ ਨੂੰ ਉੱਚੀ ਇੱਜ਼ਤ ਮਿਲਦੀ ਹੈ। ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ। ਹੇ ਨਾਨਕ ਗੁਰਮੁਖ ਮਨੁੱਖ ਨੂੰ ਸਾਰੇ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਭਾਵ ਗੁਰਮੁਖ ਨੂੰ ਇਹ ਸਮਝ ਆ ਜਾਂਦੀ ਹੈ
ਕਿ ਪ੍ਰਭੂ ਸਾਰੇ ਹੀ ਭਵਨਾਂ ਵਿੱਚ ਮੌਜੂਦ ਹੈ। ਕਵਨ ਮੂਲ ਕਵਨ ਮਤ ਵੇਲਾ। ਪ੍ਰਸ਼ਨ, ਜੀਵਨ ਦਾ ਕੀ ਮੂਲ ਹੈ? ਕਿਹੜੀ ਸਿੱਖਿਆ ਲੈਣ ਦਾ ਇਹ ਮਨੁੱਖਾ ਜਨਮ ਦਾ ਸਮਾਂ ਹੈ? ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਤੇਰਾ ਗੁਰੂ ਕੌਣ ਹੈ ਜਿਸ ਦਾ ਤੂੰ ਚੇਲਾ ਹੈ? ਕਵਨ ਕਥਾ ਲੈ ਰਹੋ ਨਿਰਾਲੇ, ਕਿਹੜੀ ਗੱਲ ਨਾਲ ਤੂੰ ਨਿਰਲੇਪ ਰਹਿੰਦਾ ਹੈ? ਬੋਲੇ ਨਾਨਕ ਸੁਣੋ ਤੁਮ ਪਾਲੇ, ਨਾਨਕ ਕਹਿੰਦਾ ਹੈ ਜੋਗੀਆਂ ਨੇ ਕਿਹਾ, ਹੇ ਬਾਲਕ ਨਾਨਕ ਸੁਣ ਇਸ ਕਥਾ ਕਾ ਦੇ ਵਿਚਾਰ, ਸਾਨੂੰ ਇਸ ਗੱਲ ਦਾ ਵੀ ਵਿਚਾਰ ਦੱਸ, ਪਵਜਲ ਸ਼ਬਦ ਲੰਘਾਵਨ ਹਾਰ। ਸਾਨੂੰ ਇਹ ਗੱਲ ਵੀ ਸਮਝਾ ਕਿ ਕਿਵੇਂ ਸ਼ਬਦ ਦੇ ਰਾਹੀਂ ਗੁਰੂ ਜੀਵਨ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਦੇ ਸਮਰੱਥ ਹੈ। ਪਵਨ ਆਰੰਭ ਸਤਿਗੁਰ ਮਤ ਵੇਲਾ। ਉੱਤਰ, ਪ੍ਰਾਣ ਹੀ ਹਸਤੀ ਦਾ ਮੁੱਢ ਹੈ। ਇਹ ਮਨੁੱਖਾ ਜਨਮ ਦਾ ਸਮਾਂ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ। ਸ਼ਬਦ ਗੁਰੂ, ਸੁਰਤ ਤੁਨ ਚੇਲਾ। ਸ਼ਬਦ ਮੇਰਾ ਗੁਰੂ ਹੈ, ਮੇਰੀ ਸੁਰਤ ਦਾ ਟਿਕਾਓ ਉਸ ਗੁਰੂ ਦਾ ਸਿੱਖ ਹੈ। ਅਕਥ ਕਥਾ ਲੈ ਰਹੋ ਨਿਰਾਲਾ, ਮੈਂ ਅਕਥ ਪ੍ਰਭੂ ਦੀਆਂ ਗੱਲਾਂ ਕਰਕੇ ਭਾਵ ਗੁਣ ਗਾ ਕੇ ਮਾਇਆ ਤੋਂ ਨਿਰਲੇਪ ਰਹਿੰਦਾ ਹਾਂ। ਨਾਨਕ ਜੁਗ ਜੁਗ ਗੁਰ ਗੋਪਾਲਾ, ਅਤੇ ਹੇ ਨਾਨਕ ਉਹ ਗੁਰ ਗੋਪਾਲ ਹਰੇਕ ਯੁੱਗ ਵਿੱਚ ਮੌਜੂਦ ਹੈ। ਏਕ ਸ਼ਬਦ ਜਿਤ ਕਥਾ ਵਿਚਾਰੀ, ਕੇਵਲ ਗੁਰ ਸ਼ਬਦ ਹੀ ਹੈ ਜਿਸ ਦੇ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ। ਗੁਰਮੁਖ ਹੋਮੈ ਅਗਨ ਨਿਵਾਰੀ, ਇਸ ਸ਼ਬਦ ਦੇ ਰਾਹੀਂ ਹੀ ਗੁਰਮੁਖ ਮਨੁੱਖ ਨੇ ਹੋਮੇ ਖੁਦਗਰਜੀ ਦੀ ਅੱਗ ਆਪਣੇ ਅੰਦਰੋਂ ਦੂਰ ਕੀਤੀ ਹੈ। ਮੈਨ ਕੇ ਦੰਤ ਕਿਉਂ ਖਾਈਐ ਸਾਰ। ਪ੍ਰਸ਼ਨ, ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾਏ? ਜਿਤ ਗਰਭ ਜਾਏ ਸੋ ਕਵਨ ਆਹਾਰ। ਉਹ ਕਿਹੜਾ ਖਾਣਾ ਹੈ ਜਿਸ ਨਾਲ ਮਨ ਦਾ ਅਹੰਕਾਰ ਦੂਰ ਹੋ ਜਾਏ? ਹਿਵੇ ਕਾ ਘਰ ਮੰਦਰ ਅਗਨ ਪਿਰਾਹਨ, ਜੇ ਬਰਫ਼ ਦਾ ਮੰਦਰ ਹੋਵੇ ਉਸ ਉੱਤੇ ਅੱਗ ਦਾ ਚੋਲਾ ਹੋਵੇ। ਕਵਨ ਗੁਫਾ ਜਿਤ ਰਹੇ ਆਵਾਹਨ, ਤਾਂ ਉਸਨੂੰ ਕਿਸ ਗੁਫਾ ਵਿੱਚ ਰੱਖੀਏ ਕਿ ਟਿਕਿਆ ਰਹੇ? ਇਤ ਉਤ ਕਿਸ ਕੋ ਜਾਣ ਸਮਾਵੈ, ਇੱਥੇ ਉੱਥੇ ਹਰ ਥਾਂ ਕਿਸ ਨੂੰ ਪਛਾਣ ਕੇ ਉਸ ਵਿੱਚ ਇਹ ਮਨ ਲੀਨ ਰਹੇ? ਕਵਨ ਧਿਆਨ ਮਨ ਮਨ ਹੈ ਸਮਾਵੈ, ਉਹ ਕਿਹੜਾ ਟਿਕਾਵਾਂ ਬਜਵਾ ਖਿਆਲ ਹੈ ਜਿਸ ਕਰਕੇ ਮਨ ਆਪਣੇ ਅੰਦਰ ਹੀ ਟਿਕਿਆ ਰਹੇ ਅਤੇ ਬਾਹਰ ਨਾ ਪਟਕੇ? ਹੋ ਹੋ ਮੈਂ ਵਿੱਚੋਂ ਖੋਵੈ। ਉੱਤਰ, ਜੋ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਮਨ ਵਿੱਚੋਂ ਖੁਦਗਰਜੀ ਦੂਰ ਕਰਦਾ ਹੈ। ਦੂਜਾ ਮੇਟੈ ਇੱਕੋ ਹੋਵੈ, ਵਿਤਕਰਾ ਮਿਟਾ ਦਿੰਦਾ ਹੈ, ਸਭ ਨਾਲ ਸਾਂਝ ਬਣਾਉਂਦਾ ਹੈ। ਜੁਗ ਕਰੜਾ ਮਨ ਮੁੱਖ ਗਾਵਾਰ, ਪਰ ਜੋ ਮੂਰਖ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹਦੇ ਲਈ ਜਗਤ ਕਰੜਾ ਹੈ, ਭਾਵ ਜੀਵਨ ਦੁੱਖਾਂ ਦੀ ਖਾਣ ਹੈ। ਸ਼ਬਦ ਕਮਾਈਐ ਖਾਈਐ ਸਾਰ, ਇਹ ਜਗਤ ਦਾ ਦੁਖਦਾਈਪਨ ਰੂਪ ਲੋਹਾ ਤਦੋਂ ਹੀ ਖਾਧਾ ਜਾ ਸਕਦਾ ਹੈ ਜੇ ਸਤਿਗੁਰੂ ਦਾ ਸ਼ਬਦ ਕਮਾਈਏ, ਭਾਵ ਗੁਰੂ ਦੇ ਹੁਕਮ ਵਿੱਚ ਤੁਰੀਏ। ਬਸ ਇਹੀ ਮੋਮ ਦੇ ਦੰਦਾਂ ਨਾਲ ਲੋਹੇ ਨੂੰ ਚਬਾਉਣਾ ਹੈ। ਅੰਤਰ ਬਾਹਰ ਇੱਕੋ ਜਾਣ ਹੈ। ਜੋ ਮਨੁੱਖ ਆਪਣੇ ਅੰਦਰ ਅਤੇ ਬਾਹਰ ਸਾਰੇ ਜਗਤ ਵਿੱਚ
ਇੱਕ ਪ੍ਰਭੂ ਨੂੰ ਮੌਜੂਦ ਸਮਝਦਾ ਹੈ। ਨਾਨਕ ਅਗਨ ਮਰੈ ਸਤਿਗੁਰ ਕੈ ਪਾਣੈ। ਹੇ ਨਾਨਕ, ਉਸਦੀ ਤ੍ਰਿਸ਼ਨਾ ਦੀ ਅੱਗ ਸਤਿਗੁਰੂ ਦੀ ਰਜ਼ਾ ਵਿੱਚ ਤੁਰਿਆਂ ਮਿੱਟ ਜਾਂਦੀ ਹੈ। ਸੱਚ ਭੈ ਰਾਤਾ ਗਰਭ ਨਿਵਾਰੈ। ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਡਰ ਵਿੱਚ ਰੱਤਾ ਹੋਇਆ ਹੈ, ਭਾਵ ਜਿਸ ਦੇ ਅੰਦਰ ਸਦਾ ਪ੍ਰਭੂ ਦਾ ਡਰ ਮੌਜੂਦ ਹੈ, ਉਹ ਅਹੰਕਾਰ ਦੂਰ ਕਰ ਦਿੰਦਾ ਹੈ। ਏਕੋ ਜਾਤਾ ਸ਼ਬਦ ਵਿਚਾਰ ਹੈ, ਉਹ ਸਦਾ ਸਤਿਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ਅਤੇ ਸ਼ਬਦ ਦੀ ਸਹਾਇਤਾ ਨਾਲ ਉਸਨੇ ਹਰ ਥਾਂ ਇੱਕ ਪ੍ਰਭੂ ਨੂੰ ਪਛਾਣ ਲਿਆ ਹੈ। ਸ਼ਬਦ ਵਸੈ ਸੱਚ ਅੰਤਰ ਹੀ ਆ। ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵੱਸਦਾ ਹੈ, ਉਸਦੇ ਅੰਦਰ ਪ੍ਰਭੂ ਆਪ ਵੱਸਦਾ ਹੈ। ਤਨ ਮਨ ਸੀਤਲ ਰੰਗ ਰੰਗੀਆ। ਪ੍ਰਭੂ ਦੇ ਪਿਆਰ ਵਿੱਚ ਰੰਗ ਕੇ ਉਸਦਾ ਮਨ ਉਸਦਾ ਤਨ ਠੰਡਾ ਠਾਰ ਹੋ ਜਾਂਦਾ ਹੈ। ਕਾਮ ਕ੍ਰੋਧ ਬਿਖ ਅਗਨ ਨਿਵਾਰੇ। ਕਿਉਂਕਿ ਉਹ ਆਪਣੇ ਅੰਦਰੋਂ ਕਾਮ ਕ੍ਰੋਧ ਰੂਪ ਜ਼ਹਿਰ ਅਤੇ ਤ੍ਰਿਸ਼ਨਾ ਦੀ ਅੱਗ ਮਿਟਾ ਲੈਂਦਾ ਹੈ। ਨਾਨਕ ਨਦਰੀ ਨਦਰ ਪਿਆਰੇ। ਹੇ ਨਾਨਕ, ਉਹ ਮਨੁੱਖ ਮਿਹਰ ਕਰਨ ਵਾਲੇ ਪਿਆਰੇ ਪ੍ਰਭੂ ਦੀ ਨਜ਼ਰ ਵਿੱਚ ਰਹਿੰਦਾ ਹੈ। ਕਵਨ ਮੁਖ ਚੰਦ ਹਿਵੈ ਘਰ ਛਾਇਆ। ਜੋਗੀਆਂ ਦਾ ਪ੍ਰਸ਼ਨ, ਕਿਸ ਤਰ੍ਹਾਂ ਮਨੁੱਖ ਦੇ ਮਨ ਵਿੱਚ ਸੀਤਲਤਾ ਦਾ ਘਰ ਚੰਦਰਮਾ ਟਿਕਿਆ ਰਹੇ, ਭਾਵ ਕਿਸ ਤਰ੍ਹਾਂ ਮਨ ਵਿੱਚ ਸਦਾ ਠੰਡ ਸ਼ਾਂਤੀ ਬਣੀ ਰਹੇ। ਕਵਨ ਮੁਖ ਸੂਰਜ ਤਪੈ ਤਪਾਇਆ। ਕਿਸ ਤਰ੍ਹਾਂ ਮਨ ਵਿੱਚ ਗਿਆਨ ਦਾ ਸੂਰਜ ਤਪਾਇਆ ਤਪਦਾ ਰਹੇ, ਭਾਵ ਕਿਵੇਂ ਗਿਆਨ ਦਾ ਪ੍ਰਕਾਸ਼ ਸਦਾ ਬਣਿਆ ਰਹੇ। ਕਵਨ ਮੁਖ ਕਾਲ ਜੋ ਹਤ ਨਿਤ ਰਹੇ। ਕਿਸ ਤਰ੍ਹਾਂ ਕਾਲ ਨਿਤ ਤੱਕਣੋਂ ਰਹਿ ਜਾਏ, ਭਾਵ ਕਿਵੇਂ ਹਰ ਵੇਲੇ ਦਾ ਮੌਤ ਦਾ ਸਹਿਮ ਮੁੱਕ ਜਾਏ। ਕਵਨ ਬੁੱਧ ਗੁਰਮੁਖ ਪਤ ਰਹੇ। ਉਹ ਕਿਹੜੀ ਸਮਝ ਹੈ ਜਿਸ ਕਰਕੇ ਗੁਰਮੁਖ ਮਨੁੱਖ ਦੀ ਇੱਜ਼ਤ ਬਣੀ ਰਹਿੰਦੀ ਹੈ। ਕਵਨ ਜੋਧ ਜੋ ਕਾਲ ਸੰਗਾਰੈ। ਉਹ ਕਿਹੜਾ ਸੂਰਮਾ ਹੈ ਜੋ ਮੌਤ ਨੂੰ, ਭਾਵ ਜੋ ਮੌਤ ਦੇ ਭੋ ਨੂੰ ਮਾਰ ਲੈਂਦਾ ਹੈ। ਬੋਲੇ ਬਾਣੀ ਨਾਨਕ ਵਿਚਾਰੈ। ਨਾਨਕ ਕਹਿੰਦਾ ਹੈ, ਗੋਸ਼ਤ ਦੇ ਸਿਲਸਿਲੇ ਵਿੱਚ ਜੋਗੀਆਂ ਨੇ ਪੁੱਛਿਆ ਕਿ ਇਹ ਵਿਚਾਰ ਦੀ ਗੱਲ ਦੱਸੋ। ਸ਼ਬਦ ਭਾਖਤ ਸੱਸ ਜੋਤ ਅਪਾਰਾ। ਉੱਤਰ, ਜਦੋਂ ਸਤਿਗੁਰੂ ਦਾ ਸ਼ਬਦ ਉਚਾਰਦਿਆਂ ਹਿਰਦੇ ਵਿੱਚ ਚੰਦਰਮਾ ਦੀ ਅਪਾਰ ਜੋਤ ਪ੍ਰਗਟ ਹੋ ਜਾਂਦੀ ਹੈ, ਭਾਵ ਹਿਰਦੇ ਵਿੱਚ ਸ਼ਾਂਤੀ ਪੈਦਾ ਹੁੰਦੀ ਹੈ। ਸੱਸ ਘਰ ਸੂਰ ਵਸੈ ਮਿਟੈ ਅੰਧਿਆਰਾ। ਚੰਦਰਮਾ ਦੇ ਘਰ ਵਿੱਚ ਸੂਰਜ ਆ ਵੱਸਦਾ ਹੈ, ਭਾਵ ਸ਼ਾਂਤੀ ਹਿਰਦੇ ਵਿੱਚ ਗਿਆਨ ਦਾ ਸੂਰਜ ਚੜ ਪੈਂਦਾ ਹੈ, ਤਦੋਂ ਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਸੁੱਖ ਦੁੱਖ ਸਮ ਕਰ ਨਾਮ ਆਧਾਰਾ। ਗੁਰੂ ਸ਼ਬਦ ਦੀ ਬਰਕਤ ਨਾਲ ਜਦੋਂ ਗੁਰਮੁਖ ਸੁੱਖ ਅਤੇ ਦੁੱਖ ਨੂੰ ਇੱਕੋ ਜਿਹਾ ਜਾਣ ਕੇ ਨਾਮ ਨੂੰ ਜ਼ਿੰਦਗੀ ਦਾ ਆਸਰਾ ਬਣਾਉਂਦਾ ਹੈ, ਭਾਵ ਜਦੋਂ ਨਾ ਸੁੱਖ ਵਿੱਚ ਅਤੇ ਨਾ ਦੁੱਖ ਵੇਲੇ ਪ੍ਰਭੂ ਨੂੰ ਭੁਲਾਵੇ। ਆਪੇ ਪਾਰ ਉਤਾਰਨ ਹਾਰਾ। ਤਦੋਂ ਉਤਾਰਨ ਹਾਰ ਪ੍ਰਭੂ ਉਸਨੂੰ ਆਪ ਹੀ ਦੁੱਤਰ ਸਾਗਰ ਤੋਂ ਪਾਰ ਲੰਘਾ ਲੈਂਦਾ ਹੈ। ਗੁਰਪਰਚੈ ਮਨ ਸਾਚ ਸਮਾਏ। ਸਤਿਗੁਰੂ ਨਾਲ ਡੂੰਘੀ ਸਾਂਝ ਬਣਾਇਆ ਗੁਰਮੁਖ ਦਾ ਮਨ ਸੱਚੇ ਪ੍ਰਭੂ ਵਿੱਚ ਲੀਨ ਰਹਿੰਦਾ ਹੈ। ਪ੍ਰਣਵਤ ਨਾਨਕ ਕਾਲ ਨਾ ਖਾਏ।
ਅਤੇ ਨਾਨਕ ਬੇਨਤੀ ਕਰਦਾ ਹੈ ਉਸ ਨੂੰ ਮੌਤ ਦਾ ਡਰ ਨਹੀਂ ਵਿਆਪਦਾ। ਨਾਮ ਤਤ ਸਭ ਹੀ ਸਿਰ ਚਾਪੈ। ਪ੍ਰਭੂ ਦੇ ਨਾਮ ਦੀ ਸੱਚਾਈ ਹਿਰਦੇ ਵਿੱਚ ਸਹੀ ਕਰਨੀ ਸਾਰੇ ਜਪਾਂ ਦਾ ਸ਼੍ਰੋਮਣੀ ਜਾਪ ਹੈ। ਬਿਨ ਨਾਮੈ ਦੁੱਖ ਕਾਲ ਸੰਤਾਪੈ। ਜਦ ਤੱਕ ਹਿਰਦੇ ਵਿੱਚ ਨਾਮ ਤੱਤ ਸਹੀ ਨਹੀਂ ਹੁੰਦਾ, ਮਨੁੱਖ ਨੂੰ ਕਈ ਕਿਸਮ ਦਾ ਦੁੱਖ ਸਤਾਉਂਦਾ ਹੈ, ਮੌਤ ਦਾ ਡਰ ਦੁਖੀ ਕਰਦਾ ਹੈ। ਤੱਤੋ ਤੱਤ ਮਿਲੈ ਮਨ ਮਾਨੈ। ਜਦੋਂ ਹਿਰਦੇ ਵਿੱਚ ਨਿਰੋਲ ਪ੍ਰਭੂ ਨਾਮ ਦੀ ਸੱਚਾਈ ਭਾਵ ਇਹ ਸ਼ਰਧਾ ਕਿ ਪ੍ਰਭੂ ਦਾ ਨਾਮ ਹੀ ਸਦਾ ਥਿਰ ਰਹਿਣ ਵਾਲਾ ਹੈ ਪ੍ਰਗਟ ਹੋ ਜਾਂਦੀ ਹੈ, ਤਾਂ ਮਨੁੱਖ ਦਾ ਮਨ ਉਸ ਸੱਚਾਈ ਵਿੱਚ ਪਤੀਤ ਜਾਂਦਾ ਹੈ। ਦੂਜਾ ਜਾਏ ਇਕਤ ਕਰ ਆਨੈ। ਮੇਰ ਤੇਰ ਵਾਲਾ ਸੁਭਾਅ ਦੂਰ ਹੋ ਜਾਂਦਾ ਹੈ, ਮਨੁੱਖ ਏਕਤਾ ਦੇ ਘਰ ਵਿੱਚ ਆ ਟਿਕਦਾ ਹੈ। ਬੋਲੇ ਪਵਨਾ ਗਗਨ ਗਰਜੈ। ਰੱਬੀ ਜੀਵਨ ਦੀ ਲਹਿਰ ਚੱਲ ਪੈਂਦੀ ਹੈ, ਰੱਬੀ ਮਿਲਾਪ ਦੀ ਅਵਸਥਾ ਪਲਵਾਨ ਹੋ ਜਾਂਦੀ ਹੈ। ਨਾਨਕ ਨਿਹਚਲ ਮਿਲਣ ਸਹਿਜੈ। ਅਤੇ ਇਸ ਤਰ੍ਹਾਂ ਹੇ ਨਾਨਕ, ਸਹਿਜ ਅਵਸਥਾ ਵਿੱਚ ਟਿਕਿਆਂ ਜੀਵ ਤੇ ਪ੍ਰਭੂ ਦਾ ਮਿਲਾਪ ਸਦਾ ਲਈ ਪੱਕਾ ਹੋ ਜਾਂਦਾ ਹੈ। ਅੰਤਰ ਸੁਨ ਬਾਹਰ ਸੁਨ ਤ੍ਰਿਭਵਨ ਸੁਨ ਮਸੁਨ। ਜਦੋਂ ਹਿਰਦੇ ਵਿੱਚ ਨਿਰੋਲ ਪ੍ਰਭੂ ਨਾਮ ਦੀ ਸੱਚਾਈ ਪ੍ਰਗਟ ਹੋ ਪੈਂਦੀ ਹੈ, ਤਾਂ ਇਹ ਯਕੀਨ ਬਣ ਜਾਂਦਾ ਹੈ ਕਿ ਅੰਦਰ ਅਤੇ ਬਾਹਰ ਭਾਵ ਗੁਪਤ ਅਤੇ ਪ੍ਰਗਟ, ਦਿਸਦੇ ਅਤੇ ਅਣਦਿਸਦੇ ਪਦਾਰਥਾਂ ਵਿੱਚ ਹਰ ਥਾਂ ਸਾਰੀ ਤ੍ਰਿਲੋਕੀ ਵਿੱਚ ਉਹੀ ਪ੍ਰਭੂ ਵਿਆਪਕ ਹੈ, ਜਿਸ ਵਿੱਚ ਮਾਇਆ ਵਾਲੇ ਫੁਰਨੇ ਨਹੀਂ ਉੱਡਦੇ, ਕਿਉਂਕਿ ਮਾਇਆ ਤਾਂ ਉਸਦੀ ਆਪਣੀ ਬਣਾਈ ਖੇਡ ਹੈ। ਚੌਥੇ ਸੁਨੈ ਜੋ ਨਰ ਜਾਣੈ ਤਾਂ ਕੋ ਪਾਪ ਨਾ ਪੁੰਨ। ਜੋ ਮਨੁੱਖ ਤ੍ਰਿਗੁਣੀ ਮਾਇਆ ਦੇ ਅਸਰ ਤੋਂ ਉੱਚੇ ਰਹਿਣ ਵਾਲੇ ਉਸ ਪ੍ਰਭੂ ਨੂੰ ਸਹੀ ਤੌਰ 'ਤੇ ਸਮਝ ਲੈਂਦਾ ਹੈ, ਉਸਨੂੰ ਵੀ ਚੌਥੀ ਅਵਸਥਾ ਵਿੱਚ ਟਿਕਿਆ ਹੋਣ ਕਰਕੇ ਪਾਪ ਅਤੇ ਪੁੰਨ ਪੋ ਨਹੀਂ ਸਕਦਾ। ਭਾਵ ਕੋਈ ਪਾਪ ਕਿਸੇ ਕੋ ਕਰਮ ਵੱਲ ਨਹੀਂ ਪ੍ਰੇਰਦਾ, ਅਤੇ ਕੋਈ ਪੁੰਨ ਕਰਮ ਉਸਦੇ ਅੰਦਰ ਕਿਸੇ ਸਵਰਗ ਆਦਿਕ ਦੀ ਲਾਲਸਾ ਪੈਦਾ ਨਹੀਂ ਕਰਦਾ। ਘੱਟ ਘੱਟ ਸੁਣ ਕਾ ਜਾਣੈ ਪੇਓ। ਜੋ ਮਨੁੱਖ ਹਰੇਕ ਘੱਟ ਵਿੱਚ ਵਿਆਪਕ ਨਿਰਗੁਣ ਪ੍ਰਭੂ ਦਾ ਭੇਤ ਜਾਣ ਲੈਂਦਾ ਹੈ, ਭਾਵ ਜੋ ਮਨੁੱਖ ਇਹ ਦ੍ਰਿੜ ਕਰ ਲੈਂਦਾ ਹੈ ਕਿ ਪ੍ਰਭੂ ਹਰੇਕ ਘੱਟ ਵਿੱਚ ਮੌਜੂਦ ਵੀ ਹੈ ਅਤੇ ਫਿਰ ਵੀ ਨਿਰਲੇਪ ਹੈ, ਉਹ ਮਨੁੱਖ ਵੀ ਦੁਨੀਆਂ ਵਿੱਚ ਰਹਿੰਦਾ ਹੋਇਆ ਨਿਰਲੇਪ ਹੋ ਕੇ ਆਦਿ ਪੁਰਖ ਨਿਰੰਜਨ ਦੇਉ। ਆਦਿ ਪੁਰਖ ਨਿਰੰਜਨ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਜੋ ਜਨ ਨਾਮ ਨਿਰੰਜਨ ਰਾਤਾ। ਜੋ ਮਨੁੱਖ ਮਾਇਆ ਤੋਂ ਰਹਿਤ ਪ੍ਰਭੂ ਦੇ ਨਾਮ ਦਾ ਮਤਵਾਲਾ ਹੈ, ਨਾਨਕ ਸੋਈ ਪੁਰਖ ਵਿਧਾਤਾ। ਹੇ ਨਾਨਕ, ਉਹੀ ਸਿਰਜਣਹਾਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਸੁਨੋ ਸੁਨ ਕਹਿ ਸਭ ਕੋਈ। ਹਰੇਕ ਮਨੁੱਖ ਅਫੁਰ ਅਵਸਥਾ ਦਾ ਜ਼ਿਕਰ ਕਰਦਾ ਹੈ, ਅਨਹਤ ਸੁਨ ਕਹਾਂ ਤੇ ਹੋਈ, ਪਰ ਅਸਲੀ ਜੀਵਨ ਵਿੱਚ ਇਹ ਗੱਲ ਕੋਈ ਵਿਰਲਾ ਹੀ ਜਾਣਦਾ ਹੈ ਕਿ ਸਦਾ ਟਿਕੀ ਰਹਿਣ ਵਾਲੀ ਅਫੁਰ ਅਵਸਥਾ ਕਿਵੇਂ ਬਣ ਸਕਦੀ ਹੈ, ਕਿਉਂਕਿ ਇਸ ਅਵਸਥਾ ਵਾਲਾ ਜੀਵਨ ਜਿਵਿਆਂ ਹੀ ਇਸ ਅਵਸਥਾ ਦੀ ਸਮਝ ਪੈ ਸਕਦੀ ਹੈ। ਅਨਹਤ ਸੁਨ ਰਤੇ ਸੇ ਕੈਸੇ। ਕਹਿਣ ਮਾਤਰ ਜੇ ਕੋਈ ਪੁੱਛੇ ਕਿ ਅਫਰ ਅਵਸਥਾ ਵਿੱਚ ਜੁੜੇ ਹੋਏ ਬੰਦੇ ਕਿਹੋ ਜਿਹੇ ਹੁੰਦੇ ਹਨ, ਜਿਸ 'ਤੇ ਉਪਜੇ ਤਿਸ ਹੀ ਜੈਸੇ।
ਤਾਂ ਇਸ ਦਾ ਉੱਤਰ ਇਹ ਹੈ ਕਿ ਉਹ ਮਨੁੱਖ ਉਸ ਪ੍ਰਭੂ ਵਰਗੇ ਹੀ ਹੋ ਜਾਂਦੇ ਹਨ ਜਿਸ ਤੋਂ ਉਹ ਪੈਦਾ ਹੋਏ ਹਨ। ਉਹ ਜਨਮ ਨਾ ਮਰੈ ਨਾ ਆਵਹਿ ਜਾਹੇ, ਨਾਨਕ ਗੁਰਮੁਖ ਮਨ ਸਭ ਜਾਵਹਿ। ਹੇ ਨਾਨਕ, ਜੋ ਮਨੁੱਖ ਗੁਰੂ ਦੇ ਹੁਕਮ ਉੱਤੇ ਤੁਰ ਕੇ ਮਨ ਨੂੰ ਸੁਮੱਤੇ ਲਾਉਂਦੇ ਹਨ, ਉਹ ਮਨੁੱਖ ਮੁੜ ਮੁੜ ਨਾ ਜੰਮਦੇ ਹਨ ਨਾ ਮਰਦੇ ਹਨ। ਉਹਨਾਂ ਦਾ ਆਵਾਗਮਨ ਦਾ ਚੱਕਰ ਮੁੱਕ ਜਾਂਦਾ ਹੈ। ਨੋ ਸਰ ਸੁਬਰ ਦਸਵੈ ਪੂਰੇ, ਨਾਮ ਦੀ ਬਰਕਤ ਨਾਲ ਜਦੋਂ ਨੌ ਗੋਲਕਾਂ ਨੱਕਾ ਨੱਕ ਪਰੀਜ ਕੇ ਭਾਵ ਬਾਹਰ ਵੱਲ ਦੇ ਵਹਿਣ ਬੰਦ ਕਰਕੇ ਮਾਇਕ ਪਦਾਰਥਾਂ ਵੱਲ ਦੀ ਦੌੜ ਮਿਟਾ ਕੇ ਦਸਵੇਂ ਸਰ ਵਿੱਚ ਭਾਵ ਪ੍ਰਭੂ ਮਿਲਾਪ ਦੀ ਅਵਸਥਾ ਵਿੱਚ ਜਾ ਪੈਂਦੀਆਂ ਹਨ। ਤੈ ਅਨਹਤ ਸੁਨ ਵਜਾਵਹਿ ਤੂਰੇ, ਤਦੋਂ ਗੁਰਮੁਖ ਇੱਕ ਰਸ ਆਫਰ ਅਵਸਥਾ ਦੇ ਵਾਜੇ ਵਜਾਉਂਦੇ ਹਨ, ਭਾਵ ਆਫਰ ਅਵਸਥਾ ਉਹਨਾਂ ਦੇ ਅੰਦਰ ਇਤਨੀ ਬਲ ਵਾਲੀ ਹੋ ਜਾਂਦੀ ਹੈ ਕਿ ਹੋਰ ਫੁਰਨੇ ਉੱਥੇ ਆ ਹੀ ਨਹੀਂ ਸਕਦੇ। ਸਾਚੈ ਰਾਚੇ ਦੇਖ ਹਜੂਰੇ, ਇਸ ਅਵਸਥਾ ਵਿੱਚ ਆਪਣੇ ਹੋਏ ਗੁਰਮੁਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਅੰਗ ਸੰਗ ਵੇਖ ਕੇ ਉਸ ਵਿੱਚ ਟਿੱਕੇ ਰਹਿੰਦੇ ਹਨ। ਘੱਟ ਘੱਟ ਸਾਚ ਰਹਿਆ ਭਰਪੂਰੇ, ਉਹਨਾਂ ਨੂੰ ਉਹ ਸੱਚਾ ਪ੍ਰਭੂ ਹਰੇਕ ਘੱਟ ਵਿੱਚ ਵਿਆਪਕ ਦਿਸਦਾ ਹੈ। ਗੁਪਤੀ ਬਾਣੀ ਪ੍ਰਗਟ ਹੋਏ, ਇਸ ਤਰ੍ਹਾਂ ਜਿਸ ਮਨੁੱਖ ਦੇ ਅੰਦਰ ਉਹ ਲੁਕਵੀਂ ਰੱਬੀ ਜੀਵਨ ਦੀ ਰੋਹ ਪ੍ਰਗਟ ਹੁੰਦੀ ਹੈ, ਭਾਵ ਜਿਸ ਨੂੰ ਉਹ ਆਪਣੇ ਅੰਗ ਸੰਗ ਅਤੇ ਸਭ ਵਿੱਚ ਵਿਆਪਕ ਦਿਸ ਪੈਂਦਾ ਹੈ। ਨਾਨਕ ਪਰਖਲੇ ਸੱਚ ਸੋਏ, ਹੇ ਨਾਨਕ, ਉਹ ਮਨੁੱਖ ਉਸ ਸੱਚੇ ਪ੍ਰਭੂ ਦੇ ਨਾਮ ਰੂਪ ਸੌਦੇ ਦੀ ਕਦਰ ਸਮਝ ਲੈਂਦਾ ਹੈ। ਸਹਿਜ ਭਾਏ ਮਿਲੀਏ ਸੁੱਖ ਹੋਵੇ, ਜੇ ਅਡੋਲਤਾ ਵਿੱਚ ਰਹਿ ਕੇ ਪ੍ਰਭੂ ਨੂੰ ਮਿਲੀਏ ਤਾਂ ਪੂਰਨ ਸੁੱਖ ਹੁੰਦਾ ਹੈ। ਗੁਰਮੁਖ ਜਾਗੈ ਨੀਂਦ ਨਾ ਸੋਵੇ, ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਹ ਸੁਚੇਤ ਰਹਿੰਦਾ ਹੈ, ਮਾਇਆ ਦੀ ਨਿੰਦਰ ਵਿੱਚ ਨਹੀਂ ਸੌਂਦਾ। ਸੁਨ ਸ਼ਬਦ ਅਪਰੰਪਰ ਤਾਰੈ, ਪ੍ਰਭੂ ਦੀ ਸਿਫਸਲਾ ਦੀ ਬਾਣੀ ਉਸ ਨੂੰ ਬੇਅੰਤ ਪ੍ਰਭੂ ਵਿੱਚ ਟਿਕਾਈ ਰੱਖਦੀ ਹੈ। ਕਹਿਤੇ ਮੁਕਤ ਸ਼ਬਦ ਨਿਸਤਾਰੈ, ਇਸ ਬਾਣੀ ਨੂੰ ਉਚਾਰ ਉਚਾਰ ਕੇ ਗੁਰਮੁਖ ਹਉਮੈ ਤੋਂ ਸੁਤੰਤਰ ਹੋ ਜਾਂਦਾ ਹੈ ਅਤੇ ਹੋਰਨਾਂ ਨੂੰ ਇਸ ਸ਼ਬਦ ਦੇ ਰਾਹੀਂ ਮੁਕਤ ਕਰਾਉਂਦਾ ਹੈ। ਗੁਰ ਕੀ ਦਿੱਖਿਆ ਸੇ ਸੱਚ ਰਾਤੇ, ਜਿਨ੍ਹਾਂ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਉਹ ਸੱਚੇ ਪ੍ਰਭੂ ਵਿੱਚ ਰੰਗੇ ਗਏ ਹਨ। ਨਾਨਕ ਆਪ ਗਵਾਏ ਮਿਲਣ ਨਹੀਂ ਪ੍ਰਾਪਤੇ, ਹੇ ਨਾਨਕ, ਆਪਾ ਭਾਵ ਮਿਟਾ ਕੇ ਉਹਨਾਂ ਦਾ ਮੇਲ ਪ੍ਰਭੂ ਨਾਲ ਹੋ ਜਾਂਦਾ ਹੈ, ਮਨ ਦੀ ਭਟਕਣਾ ਮਿਟ ਜਾਂਦੀ ਹੈ। ਕੋ ਬੁੱਧ ਚਵਾਵੈ ਸੋ ਕਿਤ ਠਾਏ, ਪ੍ਰਸ਼ਨ, ਇਹ ਗੱਲ ਕਿਸ ਥਾਂ 'ਤੇ ਹੋ ਸਕਦੀ ਹੈ ਕਿ ਮਨੁੱਖ ਆਪਣੀ ਭੈੜੀ ਮਤ ਦੂਰ ਕਰ ਲਏ, ਕਿਉਂ ਤੱਤ ਨਾ ਬੂਝੈ ਝੋਟਾ ਖਾਏ, ਮਨੁੱਖ ਕਿਉਂ ਅਸਲੀਅਤ ਨਹੀਂ ਸਮਝਦਾ ਅਤੇ ਦੁਖੀ ਹੁੰਦਾ ਹੈ। ਜਮ ਦਰ ਬਾਧੇ ਕੋਏ ਨਾ ਰਾਖੈ, ਜਮ ਦੇ ਦਰ 'ਤੇ ਬੱਧੇ ਹੋਏ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ, ਬਿਨ ਸ਼ਬਦੈ ਨਾ ਹੀ ਪਤ ਸਾਖੈ, ਸਤਿਗੁਰੂ ਦੇ ਸ਼ਬਦ ਤੋਂ ਬਿਨਾਂ ਇਸ ਦੀ ਕਿਤੇ ਇੱਜ਼ਤ ਨਹੀਂ ਇਤਬਾਰ ਨਹੀਂ, ਭਾਵ ਗੁਰੂ ਦੇ ਸ਼ਬਦ ਅਨੁਸਾਰ ਨਾ ਤੁਰਨ ਕਰਕੇ ਮਨੁੱਖ ਲੋਕਾਂ ਵਿੱਚ ਇੱਜ਼ਤ ਇਤਬਾਰ ਗਵਾ ਲੈਂਦਾ ਹੈ। ਦੁਨੀਆ ਦੀਆਂ ਮੌਜਾਂ ਵਿੱਚ ਫਸਿਆ ਹੋਣ ਕਰਕੇ ਮੌਤ ਤੋਂ ਵੀ ਹਰ ਵੇਲੇ ਡਰਦਾ ਹੈ, ਇਹੋ ਜਿਹੀਆਂ ਸੱਟਾਂ ਸਦਾ ਖਾਂਦਾ ਰਹਿੰਦਾ ਹੈ
ਦੁਖੀ ਰਹਿੰਦਾ ਹੈ ਫਿਰ ਵੀ ਅਸਲੀਅਤ ਨੂੰ ਨਹੀਂ ਸਮਝਦਾ। ਇਹ ਕਿਉਂ ਹੈ? ਕਿਉਂ ਘਰ ਬੁੱਝੈ ਭਾਵੈ ਪਾਰ। ਇਹ ਕਿਵੇਂ ਸਮਝੇ ਅਤੇ ਦੁੱਤਰ ਸਾਗਰ ਦੇ ਪਰਲੇ ਕੰਢੇ ਲੱਗੇ। ਨਾਨਕ ਮਨਮੁਖ ਨਾ ਬੁੱਝੈ ਗਵਾਰ। ਹੇ ਨਾਨਕ, ਮਨਮੁਖ ਮੂਰਖ ਸਮਝਦਾ ਨਹੀਂ, ਗੁਬੁੱਧ ਮਿਟੈ ਗੁਰਸ਼ਬਦ ਵਿਚਾਰ। ਉੱਤਰ, ਸਤਿਗੁਰੂ ਦਾ ਸ਼ਬਦ ਵਿਚਾਰਿਆਂ ਭੈੜੀ ਮਤ ਦੂਰ ਹੁੰਦੀ ਹੈ। ਸਤਿਗੁਰ ਭੇਟੈ ਮੋਖ ਦੁਆਰ। ਜਦੋਂ ਗੁਰੂ ਮਿਲ ਪੈਂਦਾ ਹੈ ਤਦੋਂ ਇਸ ਭੈੜੀ ਮਤ ਤੋਂ ਖਲਾਸੀ ਦਾ ਰਾਹ ਲੱਭ ਪੈਂਦਾ ਹੈ। ਤਤ ਨਾ ਚੀਨੈ ਮਨਮੁਖ ਜਲ ਜਾਏ। ਪਰ ਜੋ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹ ਅਸਲੀਅਤ ਨਹੀਂ ਪਛਾਣਦਾ, ਵਿਕਾਰਾਂ ਵਿੱਚ ਸੜਦਾ ਰਹਿੰਦਾ ਹੈ। ਦੁਰਮਤ ਵਿਛੜ ਝੋਟਾ ਖਾਏ। ਦੁਰਮਤ ਦੇ ਕਾਰਨ ਪ੍ਰਭੂ ਤੋਂ ਵਿਛੜ ਕੇ ਦੁਖੀ ਹੁੰਦਾ ਹੈ। ਮਾਨੈ ਹੁਕਮ ਸਭੈ ਗੁਣ ਗਿਆਨ। ਜੋ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ ਉਸ ਵਿੱਚ ਸਾਰੇ ਗੁਣ ਆ ਜਾਂਦੇ ਹਨ, ਉਸ ਨੂੰ ਸਾਰੀ ਸੂਝ ਪ੍ਰਾਪਤ ਹੋ ਜਾਂਦੀ ਹੈ। ਨਾਨਕ ਦਰਗਹਿ ਹੈ ਭਾਵੈ ਮਾਨ। ਹੇ ਨਾਨਕ, ਉਹ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਪਾਉਂਦਾ ਹੈ। ਸਾਚ ਵੱਖਰ ਧਨ ਪੱਲੈ ਹੋਏ। ਜਿਸ ਮਨੁੱਖ ਨੇ ਸੱਚਾ ਸੌਦਾ ਨਾਮ ਧਨ ਖੱਟਿਆ ਹੈ, ਆਪ ਤਰੈ ਤਾਰੈ ਵੀ ਸੋਏ। ਉਹ ਆਪ ਦੁੱਤਰ ਸਾਗਰ ਤੋਂ ਤਰਦਾ ਹੈ ਅਤੇ ਹੋਰਨਾਂ ਨੂੰ ਤਾਰਦਾ ਹੈ। ਸਹਿਜ ਰਤਾ ਬੂਝੈ ਪਤ ਹੋਏ। ਅਡੋਲ ਅਵਸਥਾ ਵਿੱਚ ਮਸਤ ਰਹਿ ਕੇ ਅਸਲੀਅਤ ਨੂੰ ਸਮਝਦਾ ਹੈ ਅਤੇ ਆਦਰ ਪਾਉਂਦਾ ਹੈ, ਤਾਂ ਕਿ ਕੀਮਤ ਕਰੈ ਨਾ ਹੋਏ। ਅਜਿਹੇ ਮਨੁੱਖ ਦਾ ਕੋਈ ਮੁੱਲ ਨਹੀਂ ਪਾ ਸਕਦਾ। ਜਹ ਦੇਖਾ ਤੈ ਰਹਿਆ ਸਮਾਏ। ਉਹ ਜਿੱਧਰ ਤੱਕਦਾ ਹੈ ਉੱਧਰ ਪ੍ਰਭੂ ਹੀ ਪ੍ਰਭੂ ਉਸਨੂੰ ਵਿਆਪਕ ਦਿਸਦਾ ਹੈ। ਨਾਨਕ ਪਾਰ ਪਰੈ ਸੱਚ ਪਾਏ। ਹੇ ਨਾਨਕ, ਸੱਚੇ ਦੀ ਰਜਾ ਵਿੱਚ ਰਹਿ ਕੇ ਉਹ ਮਨੁੱਖ ਦੁੱਤਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ। ਸੋ ਸ਼ਬਦ ਕਾ ਕਹਾ ਵਾਸ ਕਥਿਅਲੇ, ਜਿਤ ਧਰੀਐ ਭਵ ਜਲ ਸੰਸਾਰੋ। ਪ੍ਰਸ਼ਨ, ਜਿਸ ਸ਼ਬਦ ਦੇ ਰਾਹੀਂ ਸੰਸਾਰ ਸਮੁੰਦਰ ਧਰੀਦਾ ਹੈ ਉਹ ਸ਼ਬਦ ਦਾ ਟਿਕਾਣਾ ਕਿੱਥੇ ਕਿਹਾ ਜਾ ਸਕਦਾ ਹੈ? ਤ੍ਰੈ ਸੱਤ ਅੰਗੁਲ ਵਾਈ ਕਹੀਐ, ਤਿਸ ਕਹੋ ਕਵਨ ਆਧਾਰੋ। ਪ੍ਰਾਣ ਭਾਵ ਸਵਾਸ ਨੂੰ 10 ਉਂਗਲ ਪ੍ਰਣਾਮ ਕਹੀਦਾ ਹੈ, ਦੱਸੋ ਇਸਦਾ ਕੀ ਆਸਰਾ ਹੈ? ਬੋਲੇ ਖੇਲੇ ਅਸਥਿਰ ਹੋਵੇ, ਕਿਉਂ ਕਰ ਅਲਖ ਲਖਾਏ। ਜੋ ਜੀਵਾਤਮਾ ਇਸ ਸਰੀਰ ਵਿੱਚ ਬੋਲਦਾ ਹੈ ਅਤੇ ਕਲੋਲ ਕਰਦਾ ਹੈ ਉਹ ਸਦਾ ਲਈ ਕਿਵੇਂ ਅਡੋਲ ਹੋ ਸਕਦਾ ਹੈ ਅਤੇ ਕਿਵੇਂ ਉਸ ਪ੍ਰਭੂ ਨੂੰ ਵੇਖੇ ਜਿਸਦਾ ਕੋਈ ਖਾਸ ਚਹਿਨ ਚੱਕਰ ਨਹੀਂ? ਸੁਣ ਸੁਆਮੀ ਸੱਚ ਨਾਨਕ ਪ੍ਰਣਵੈ, ਆਪਣੇ ਮਨ ਸਮਝਾਏ। ਨਾਨਕ ਕਹਿੰਦਾ ਹੈ, ਜੋਗੀਆਂ ਨੇ ਪੁੱਛਿਆ, ਹੇ ਸੁਆਮੀ, ਸੱਚੇ ਪ੍ਰਭੂ ਦੀ ਗੱਲ ਸੁਣ ਕੇ ਮਨੁੱਖ ਆਪਣੇ ਮਨ ਨੂੰ ਕਿਵੇਂ ਸੁਮੱਤੇ ਲਾ ਸਕਦਾ ਹੈ? ਗੁਰਮੁਖ ਸਬਦੇ ਸੱਚ ਲਿਵ ਲਾਗੈ, ਕਰ ਨਦਰੀ ਮੇਲ ਮਿਲਾਏ। ਉੱਤਰ, ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਗੁਰ ਸ਼ਬਦ ਦੇ ਰਾਹੀਂ ਉਸਦੀ ਲਿਵ ਸੱਚੇ ਪ੍ਰਭੂ ਵਿੱਚ ਲੱਗ ਜਾਂਦੀ ਹੈ ਅਤੇ ਪ੍ਰਭੂ ਮਿਹਰ ਦੀ ਨਜ਼ਰ ਕਰਕੇ ਉਸ ਨੂੰ ਆਪਣੇ ਵਿੱਚ ਜੋੜ ਲੈਂਦਾ ਹੈ। ਆਪੇ ਦਾਨਾ ਆਪੇ ਬਿਨਾ, ਪੂਰੇ ਭਾਗ ਸਮਾਏ। ਕਿਉਂਕਿ ਪ੍ਰਭੂ ਉਸਦੇ ਦਿਲ ਦੀ ਆਪ ਹੀ ਜਾਣਦਾ ਹੈ, ਆਪ ਹੀ ਪਛਾਣਦਾ ਹੈ। ਇਸ ਤਰ੍ਹਾਂ ਉੱਚੀ ਕਿਸਮਤ ਕਰਕੇ ਗੁਰਮੁਖ ਮਨੁੱਖ ਪ੍ਰਭੂ ਵਿੱਚ ਟਿਕਿਆ ਰਹਿੰਦਾ ਹੈ। ਸੋ ਸ਼ਬਦ ਕੋ ਨਿਰੰਤਰ ਵਾਸ ਅਲੰਖਣ,
ਜੈ ਦੇਖਾ ਤਹਿ ਸੋਈ। ਜਿਸ ਸ਼ਬਦ ਦੇ ਰਾਹੀਂ ਦੁੱਤਰ ਸਾਗਰ ਤਰੀਦਾ ਹੈ ਉਹ ਸ਼ਬਦ ਨੂੰ ਇੱਕ ਰਸ ਥਾਂ ਮਿਲਿਆ ਹੋਇਆ ਹੈ, ਭਾਵ ਉਹ ਸ਼ਬਦ ਹਰ ਥਾਂ ਭਰਪੂਰ ਹੈ। ਸ਼ਬਦ ਅਲੱਖ ਪ੍ਰਭੂ ਦਾ ਰੂਪ ਹੈ, ਮੈਂ ਜਿੱਧਰ ਵੇਖਦਾ ਹਾਂ ਉਹ ਸ਼ਬਦ ਹੀ ਸ਼ਬਦ ਹੈ। ਪਵਨ ਕਾ ਵਾਸਾ ਸੁਨ ਨਿਵਾਸਾ, ਅਕਲ ਕਲਾ ਧਰ ਸੋਈ। ਜਿਵੇਂ ਆਫਰ ਪ੍ਰਭੂ ਦਾ ਵਾਸ ਹਰ ਥਾਂ ਹੈ, ਤਿਵੇਂ ਸ਼ਬਦ ਦਾ ਵਾਸ ਹਰ ਥਾਂ ਹੈ। ਸ਼ਬਦ ਉਹੀ ਹੈ ਜੋ ਸੰਪੂਰਨ ਸੱਤਿਆਧਾਰੀ ਪ੍ਰਭੂ ਹੈ, ਭਾਵ ਪ੍ਰਭੂ ਅਤੇ ਪ੍ਰਭੂ ਦੀ ਸਿਫਸਲਾ ਦਾ ਸ਼ਬਦ ਇੱਕ ਹੀ ਹਨ। ਨਦਰ ਕਰੇ ਸ਼ਬਦ ਘੱਟ ਮਹਿ ਵਸੈ, ਵਿੱਚੋਂ ਭਰਮ ਗਵਾਏ। ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਉਸਦੇ ਹਿਰਦੇ ਵਿੱਚ ਇਹ ਸ਼ਬਦ ਵੱਸਦਾ ਹੈ, ਉਹ ਮਨੁੱਖ ਹਿਰਦੇ ਵਿੱਚੋਂ ਭਟਕਣਾ ਦੂਰ ਕਰ ਲੈਂਦਾ ਹੈ। ਤਨ ਮਨ ਨਿਰਮਲ ਨਿਰਮਲ ਬਾਣੀ, ਨਾਮੋ ਮਨ ਵਸਾਏ। ਉਸਦਾ ਤਨ ਅਤੇ ਉਸਦਾ ਮਨ ਅਤੇ ਉਸਦੀ ਬਾਣੀ ਪਵਿੱਤਰ ਹੋ ਜਾਂਦੇ ਹਨ। ਪ੍ਰਭੂ ਦਾ ਨਾਮ ਹੀ ਉਹ ਮਨੁੱਖ ਆਪਣੇ ਮਨ ਵਿੱਚ ਵਸਾਈ ਰੱਖਦਾ ਹੈ। ਸ਼ਬਦ ਗੁਰੂ ਭਵ ਸਾਗਰ ਤਰੀਐ, ਇਤ ਉਤ ਏਕੋ ਜਾਣੈ। ਸਤਿਗੁਰੂ ਦੇ ਸ਼ਬਦ ਦੇ ਰਾਹੀਂ ਸੰਸਾਰ ਸਮੁੰਦਰ ਤਰੀਦਾ ਹੈ। ਜੋ ਤਰਿਆ ਹੈ ਉਹ ਇੱਥੇ ਉੱਥੇ, ਭਾਵ ਲੋਕ ਪ੍ਰਲੋਕ ਵਿੱਚ ਹਰ ਥਾਂ ਇੱਕ ਪ੍ਰਭੂ ਨੂੰ ਵਿਆਪਕ ਜਾਣਦਾ ਹੈ। ਚਹਿਨ ਵਰਣ ਨਹੀਂ ਛਾਇਆ ਮਾਇਆ, ਨਾਨਕ ਸ਼ਬਦ ਪਛਾਣੈ। ਹੇ ਨਾਨਕ, ਜੋ ਮਨੁੱਖ ਇਸ ਸ਼ਬਦ ਨੂੰ ਪਛਾਣ ਲੈਂਦਾ ਹੈ, ਸ਼ਬਦ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਅਤੇ ਉਸਦਾ ਆਪਣਾ ਵੱਖਰਾ ਚਹਿਨ ਅਤੇ ਵਰਣ ਨਹੀਂ ਰਹਿ ਜਾਂਦਾ, ਭਾਵ ਉਸਦਾ ਵੱਖਰਾਪਨ ਮਿੱਟ ਜਾਂਦਾ ਹੈ, ਉਸਦੇ ਅੰਦਰੋਂ ਮੇਰ ਤੇਰ ਦੂਰ ਹੋ ਜਾਂਦੀ ਹੈ। ਤ੍ਰੈ ਸਤ ਅੰਗੁਲ ਵਾਈ ਓਦੂ, ਸੁਨ ਸੱਚ ਆਹਾਰੋ। ਉੱਤਰ: ਹੇ ਜੋਗੀ, 10 ਉਂਗਲ ਪ੍ਰਣਾਮ ਪ੍ਰਣਾਮਾਂ ਦੀ ਖੁਰਾਕ ਆਫੁਰ ਸੱਚਾ ਪ੍ਰਭੂ ਹੈ, ਭਾਵ ਸਵਾਸ ਸਵਾਸ ਪ੍ਰਭੂ ਦਾ ਨਾਮ ਹੀ ਜਪਣਾ ਹੈ, ਪ੍ਰਭੂ ਦਾ ਨਾਮ ਹੀ ਪ੍ਰਾਣਾ ਦਾ ਆਸਰਾ ਹੈ। ਗੁਰਮੁਖ ਬੋਲੈ ਤਤ ਬਿਰੋਲੈ, ਚੀਨੈ ਅਲਕ ਅਪਾਰੋ। ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰ ਕੇ ਸਵਾਸ ਸਵਾਸ ਪ੍ਰਭੂ ਦਾ ਨਾਮ ਜਪਦਾ ਹੈ, ਉਹ ਅਸਲੀਅਤ ਭਾਵ ਜਗਤ ਦਾ ਮੂਲ ਹਾਸਲ ਕਰ ਲੈਂਦਾ ਹੈ। ਉਹ ਅਲਖ ਅਤੇ ਅਪਾਰ ਪ੍ਰਭੂ ਨੂੰ ਪਛਾਣ ਲੈਂਦਾ ਹੈ, ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ। ਤ੍ਰੈ ਗੁਣ ਮੇਟੇ ਸ਼ਬਦ ਵਸਾਏ, ਤਾਂ ਮਨ ਚੁੱਕੈ ਅਹੰਕਾਰੋ। ਜੋ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਾਉਂਦਾ ਹੈ, ਸ਼ਬਦ ਦੀ ਬਰਕਤ ਨਾਲ ਮਾਇਆ ਦਾ ਤ੍ਰੈ ਗੁਣੀ ਪ੍ਰਭਾਵ ਮਿਟਾ ਲੈਂਦਾ ਹੈ, ਤਾਂ ਉਸਦੇ ਮਨ ਵਿੱਚੋਂ ਅਹੰਕਾਰ ਨਾਸ ਹੋ ਜਾਂਦਾ ਹੈ। ਅੰਤਰ ਬਾਹਰ ਏਕੋ ਜਾਣੈ, ਤਾਂ ਹਰ ਨਾਮ ਲੱਗੈ ਪਿਆਰੋ। ਇਸ ਤਰ੍ਹਾਂ ਜਦੋਂ ਉਹ ਆਪਣੇ ਅੰਦਰ ਅਤੇ ਬਾਹਰ ਜਗਤ ਵਿੱਚ ਇੱਕ ਪ੍ਰਭੂ ਨੂੰ ਹੀ ਵੇਖਦਾ ਹੈ, ਤਾਂ ਉਸਦਾ ਪਿਆਰ ਪ੍ਰਭੂ ਦੇ ਨਾਮ ਵਿੱਚ ਬਣ ਜਾਂਦਾ ਹੈ। ਸੁਖਮਣਾ ਏੜਾ ਪਿੰਗਲਾ ਬੂਝੈ, ਜਾਂ ਆਪੇ ਅਲਖ ਲਖਾਏ। ਹੇ ਨਾਨਕ, ਜਦੋਂ ਅਲਖ ਪ੍ਰਭੂ ਆਪਣਾ ਆਪ ਲਖਾਉਂਦਾ ਹੈ, ਭਾਵ ਆਪਣੇ ਸਰੂਪ ਦੀ ਸਮਝ ਬਖਸ਼ਦਾ ਹੈ, ਤਦੋਂ ਗੁਰਮੁਖ ਈੜਾ ਪਿੰਗਲਾ ਸੁਖਮਣਾ ਨੂੰ ਸਮਝ ਲੈਂਦਾ ਹੈ। ਨਾਨਕ ਤਹਿ ਤੇ ਉੱਪਰ ਸਾਚਾ, ਸਤਿਗੁਰ ਸ਼ਬਦ ਸਮਾਏ। ਭਾਵ ਗੁਰਮੁਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਈੜਾ ਪਿੰਗਲਾ ਸੁਖਮਣਾ ਦੇ ਅਭਿਆਸ ਤੋਂ ਉਤਾਂਹ ਹੈ, ਉਸ ਵਿੱਚ ਤਾਂ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਹੀ ਸਮਾਈਦਾ ਹੈ। ਮਨ ਕਾ ਜੀਓ ਪਵਨ ਕਥੀ ਅਲੇ, ਪਵਨ ਕਹਾਂ ਰਸ ਖਾਈ।
ਪ੍ਰਸ਼ਨ। ਮਨ ਦਾ ਆਸਰਾ ਪ੍ਰਾਣ ਕਹੀਦੇ ਹਨ, ਪ੍ਰਾਣ ਕਿੱਥੋਂ ਖੁਰਾਕ ਲੈਂਦੇ ਹਨ? ਭਾਵ ਪ੍ਰਾਣਾ ਦਾ ਆਸਰਾ ਕੌਣ ਹੈ? ਗਿਆਨ ਕੀ ਮੁੰਦਰਾ ਕਵਨ ਔਧੂ, ਸਿੱਧ ਕੀ ਕਵਨ ਕਮਾਈ? ਹੇ ਜੋਗੀ, ਗਿਆਨ ਦੀ ਪ੍ਰਾਪਤੀ ਦਾ ਕਿਹੜਾ ਸਾਧਨ ਹੈ? ਯੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਨੂੰ ਕੀ ਪ੍ਰਾਪਤ ਹੋ ਜਾਂਦਾ ਹੈ? ਬਿਨ ਸ਼ਬਦੈ ਰਸ ਨਾ ਆਵੈ ਔਧੂ, ਹੋ ਮੈਂ ਪਿਆਸ ਨਾ ਜਾਈ। ਉੱਤਰ। ਹੇ ਜੋਗੀ, ਸਤਿਗੁਰੂ ਦੇ ਸ਼ਬਦ ਤੋਂ ਬਿਨਾਂ ਪ੍ਰਾਣ ਨੂੰ ਰਸ ਨਹੀਂ ਆਉਂਦਾ। ਭਾਵ ਗੁਰੂ ਦਾ ਸ਼ਬਦ ਹੀ ਪ੍ਰਾਣਾ ਦਾ ਆਸਰਾ ਹੈ, ਪ੍ਰਾਣਾ ਦੀ ਖੁਰਾਕ ਹੈ। ਗੁਰੂ ਸ਼ਬਦ ਤੋਂ ਬਿਨਾਂ ਹੋਮੇ ਦੀ ਤ੍ਰੈ ਨਹੀਂ ਮਿਟਦੀ। ਸ਼ਬਦ ਰਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਆਗਾਈ। ਜੋ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਹਨ, ਉਹਨਾਂ ਨੂੰ ਸਦਾ ਟੱਕੇ ਰਹਿਣ ਵਾਲਾ ਨਾਮ ਰਸ ਮਿਲ ਜਾਂਦਾ ਹੈ। ਉਹ ਸੱਚੇ ਪ੍ਰਭੂ ਵਿੱਚ ਰੱਜੇ ਰਹਿੰਦੇ ਹਨ, ਭਾਵ ਨਾਮ ਵਿੱਚ ਜੁੜ ਕੇ ਸੰਤੋਖੀ ਹੋ ਜਾਂਦੇ ਹਨ। ਕਵਨ ਵਿਦ ਜਿਤ ਅਸਥਿਰ ਰਹੀ ਹੈ, ਕਿਤ ਭੋਜਨ ਤ੍ਰਿਪਤਾਸੈ। ਪ੍ਰਸ਼ਨ। ਉਹ ਕਿਹੜੀ ਮਤ ਹੈ ਜਿਸ ਦੇ ਰਾਹੀਂ ਮਨ ਸਦਾ ਟਿਕਿਆ ਰਹਿ ਸਕਦਾ ਹੈ? ਕਿਹੜੀ ਖੁਰਾਕ ਨਾਲ ਮਨ ਸਦਾ ਰੱਜਿਆ ਰਹਿ ਸਕੇ? ਨਾਨਕ ਦੁੱਖ ਸੁੱਖ ਸਮ ਕਰ ਜਾਪੈ, ਸਤਿਗੁਰ ਤੇ ਕਾਲ ਨਾ ਗ੍ਰਾਸੈ। ਉੱਤਰ। ਹੇ ਨਾਨਕ, ਸਤਿਗੁਰੂ ਤੋਂ ਜੋ ਮਤ ਮਿਲਦੀ ਹੈ, ਉਸ ਨਾਲ ਦੁੱਖ ਅਤੇ ਸੁੱਖ ਇੱਕ ਸਮਾਨ ਜਾਪਦਾ ਹੈ। ਸਤਿਗੁਰੂ ਤੋਂ ਜੋ ਨਾਮ ਭੋਜਨ ਮਿਲਦਾ ਹੈ, ਉਸ ਕਰਕੇ ਮੌਤ ਦਾ ਡਰ ਪੋ ਨਹੀਂ ਸਕਦਾ। ਰੰਗ ਨਾ ਰਾਤਾ, ਰਸ ਨਹੀਂ ਮਾਤਾ। ਸ਼ਬਦ ਦੀ ਕਮਾਈ ਤੋਂ ਬਿਨਾਂ ਮਨੁੱਖ ਦਾ ਮਨ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਨਹੀਂ ਜਾਂਦਾ ਅਤੇ ਉਹ ਪ੍ਰਭੂ ਦੇ ਆਨੰਦ ਵਿੱਚ ਖੀਵਾ ਨਹੀਂ ਹੁੰਦਾ। ਬਿਨ ਗੁਰ ਸ਼ਬਦੈ ਜਲ ਬਲ ਤਾਤਾ। ਸਤਿਗੁਰੂ ਦੇ ਸ਼ਬਦ ਦੀ ਕਮਾਈ ਕਰਨ ਤੋਂ ਬਿਨਾਂ ਮਨੁੱਖ ਮਾਇਕ ਧੰਦਿਆਂ ਵਿੱਚ ਸੜ ਬਲ ਕੇ ਖਿੱਚਦਾ ਰਹਿੰਦਾ ਹੈ। ਬਿੰਦ ਨਾ ਰਾਖਿਆ, ਸ਼ਬਦ ਨਾ ਭਾਖਿਆ। ਜਿਸ ਮਨੁੱਖ ਨੇ ਗੁਰ ਸ਼ਬਦ ਨਹੀਂ ਉਚਾਰਿਆ, ਉਸਨੇ ਜਤੀ ਬਣ ਕੇ ਕੁਝ ਨਹੀਂ ਖੱਟਿਆ। ਭਵਨ ਨਾ ਸਾਧਿਆ, ਸੱਚ ਨਾ ਆਰਾਧਿਆ। ਜਿਸ ਨੇ ਸੱਚੇ ਪ੍ਰਭੂ ਨੂੰ ਨਹੀਂ ਸਿਮਰਿਆ, ਉਸਨੇ ਪ੍ਰਾਣਾਯਾਮ ਕਰਕੇ ਕੀ ਲਿਆ? ਅਕਥ ਕਥਾ ਲੈ ਸਮ ਕਰ ਰਹਿ। ਜੇ ਮਨੁੱਖ ਅਕਥ ਪ੍ਰਭੂ ਦੇ ਗੁਣ ਗਾ ਕੇ ਦੁੱਖ ਸੁੱਖ ਨੂੰ ਇੱਕ ਸਮਾਨ ਜਾਣ ਕੇ ਜੀਵਨ ਬਤੀਤ ਕਰੇ, ਤੋ ਨਾਨਕ ਆਤਮ ਰਾਮ ਕੋ ਲਹੈ। ਤਾਂ ਹੇ ਨਾਨਕ, ਉਹ ਸਾਰੇ ਸੰਸਾਰ ਦੀ ਜਿੰਦ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ। ਗੁਰਪ੍ਰਸਾਦੀ ਰੰਗੇ ਰਾਤਾ। ਸਤਿਗੁਰੂ ਦੀ ਮਿਹਰ ਨਾਲ ਜੋ ਮਨੁੱਖ ਪ੍ਰਭੂ ਦੇ ਪਿਆਰ ਵਿੱਚ ਰੰਗੀਜਦਾ ਹੈ, ਅੰਮ੍ਰਿਤ ਪੀਆ ਸਾਚੇ ਮਾਤਾ। ਉਹ ਨਾਮ ਅੰਮ੍ਰਿਤ ਪੀ ਲੈਂਦਾ ਹੈ ਅਤੇ ਸੱਚੇ ਪ੍ਰਭੂ ਵਿੱਚ ਖੀਵਾ ਰਹਿੰਦਾ ਹੈ। ਗੁਰ ਵਿਚਾਰੀ ਅਗਨ ਨਿਵਾਰੀ। ਜੋ ਮਨੁੱਖ ਗੁਰੂ ਸ਼ਬਦ ਦੇ ਰਾਹੀਂ ਵਿਚਾਰਵਾਨ ਹੋ ਗਿਆ ਹੈ, ਉਸਨੇ ਤ੍ਰਿਸ਼ਨਾ ਅੱਗ ਬੁਝਾ ਲਈ ਹੈ। ਆਪਿਓ ਪੀਓ ਆਤਮ ਸੁੱਖ ਧਾਰੀ। ਉਸਨੇ ਨਾਮ ਅੰਮ੍ਰਿਤ ਪੀ ਲਿਆ ਹੈ, ਉਸਨੂੰ ਆਤਮਕ ਸੁੱਖ ਲੱਭ ਪਿਆ ਹੈ। ਸੱਚ ਆਰਾਧਿਆ ਗੁਰਮੁਖ ਤਰ ਤਾਰੀ। ਹੇ ਜੋਗੀ, ਗੁਰੂ ਦੇ ਰਾਹ 'ਤੇ ਤੁਰ ਕੇ ਸੱਚੇ ਪ੍ਰਭੂ ਦਾ ਸਿਮਰਨ ਕਰਕੇ ਦੁੱਤਰ ਸਾਗਰ ਤੋਂ ਪਾਰ ਲੰਘ। ਨਾਨਕ ਬੂਝੈ ਕੋ ਵਿਚਾਰੀ। ਪਰ ਹੇ ਨਾਨਕ, ਕੋਈ ਵਿਰਲਾ ਵਿਚਾਰਵਾਨ ਇਸ ਗੱਲ ਨੂੰ ਸਮਝਦਾ ਹੈ। ਇਹੋ ਮਨ ਮੈਗਲ ਕਹਾਂ ਬਸੀ ਅਲੇ, ਕਹਾਂ ਬਸੈ ਇਹੋ ਪਵਨਾ। ਪ੍ਰਸ਼ਨ।
ਮਸਤ ਹਾਥੀ ਵਰਗਾ ਇਹ ਮਨ ਕਿੱਥੇ ਵਸਦਾ ਹੈ? ਇਹ ਪ੍ਰਾਣ ਕਿੱਥੇ ਵਸਦੇ ਹਨ? ਕਹਾਂ ਬਸੈ ਸੋ ਸ਼ਬਦ ਔਧੂ, ਤਾਂ ਕੋ ਚੁੱਕੈ ਮਨ ਕਾ ਭਵਨਾ। ਹੇ ਜੋਗੀ ਨਾਨਕ, ਉਹ ਸ਼ਬਦ ਕਿੱਥੇ ਵਸਦਾ ਹੈ ਜਿਸ ਦੇ ਰਾਹੀਂ ਤੁਹਾਡੇ ਮਤ ਅਨੁਸਾਰ ਮਨ ਦੀ ਭਟਕਣਾ ਮੁੱਕਦੀ ਹੈ? ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜ ਕਰ ਵਾਸਾ ਇਹੋ ਮਨ ਪਾਏ। ਉੱਤਰ, ਜੇ ਪ੍ਰਭੂ ਮਿਹਰ ਦੀ ਨਿਗਾਹ ਕਰੇ ਤਾਂ ਉਹ ਸਤਿਗੁਰੂ ਮਿਲਾਉਂਦਾ ਹੈ, ਅਤੇ ਗੁਰੂ ਮਿਲਿਆ ਇਹ ਮਨ ਆਪਣੇ ਹੀ ਘਰ ਵਿੱਚ ਭਾਵ ਆਪਣੇ ਆਪ ਵਿੱਚ ਹੀ ਟਿਕ ਜਾਂਦਾ ਹੈ। ਆਪੇ ਆਪ ਖਾਏ ਤਾਂ ਨਿਰਮਲ ਹੋਵੇ, ਧਾਵਤ ਵਰਜ ਰਹਾਏ। ਗੁਰੂ ਦੇ ਸ਼ਬਦ ਵਿੱਚ ਤੁਰ ਕੇ ਜਦੋਂ ਮਨ ਆਪਣੇ ਆਪ ਨੂੰ ਖਾ ਜਾਂਦਾ ਹੈ, ਭਾਵ ਆਪਣੇ ਸੰਕਲਪ ਵਿਕਲਪ ਮੁਕਾ ਦਿੰਦਾ ਹੈ, ਜਦੋਂ ਮਨੁੱਖ ਮਨ ਦੇ ਪਿੱਛੇ ਤੁਰਨ ਦੀ ਥਾਂ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ, ਤਾਂ ਮਨ ਪਵਿੱਤਰ ਹੋ ਜਾਂਦਾ ਹੈ, ਕਿਉਂਕਿ ਇਸ ਤਰ੍ਹਾਂ ਗੁਰੂ ਦੇ ਉਪਦੇਸ਼ ਨਾਲ ਮਨੁੱਖ ਮਾਇਆ ਵੱਲ ਦੌੜਦੇ ਮਨ ਨੂੰ ਰੋਕ ਰੱਖਦਾ ਹੈ। ਕਿਉਂ ਮੂਲ ਪਛਾਣੈ ਆਤਮ ਜਾਣੈ, ਕਿਉਂ ਸੱਸ ਕਰ ਸੂਰ ਸਮਾਵੈ। ਪ੍ਰਸ਼ਨ, ਮਨੁੱਖ ਜਗਤ ਦੇ ਮੁੱਢ ਪ੍ਰਭੂ ਨੂੰ ਕਿਵੇਂ ਪਛਾਣੇ? ਆਪਣੇ ਆਤਮਾ ਨੂੰ ਕਿਵੇਂ ਸਮਝੇ? ਚੰਦਰਮਾ ਦੇ ਘਰ ਵਿੱਚ ਸੂਰਜ ਕਿਵੇਂ ਟਿਕੇ? ਗੁਰਮੁਖ ਹੋਮੇ ਵਿੱਚੋਂ ਖੋਵੈ, ਤੋਂ ਨਾਨਕ ਸਹਿਜ ਸਮਾਵੈ। ਉੱਤਰ, ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਹ ਆਪਣੇ ਅੰਦਰੋਂ ਹੋਮੇ ਦੂਰ ਕਰਦਾ ਹੈ, ਤਦੋਂ ਹੇ ਨਾਨਕ ਉਹ ਸਹਿਜ ਅਵਸਥਾ ਵਿੱਚ ਟਿਕ ਜਾਂਦਾ ਹੈ। ਇਹੋ ਮਨ ਨਿਰਮਲ ਹਿਰਦੈ ਵਸਿਆ ਲਈ ਗੁਰਮੁਖ ਮੂਲ ਪਛਾਣ ਰਹੈ। ਜਦੋਂ ਮਨੁੱਖ ਗੁਰੂ ਦੇ ਹੁਕਮ ਤੇ ਤੁਰ ਕੇ ਜਗਤ ਦੇ ਮੂਲ ਪ੍ਰਭੂ ਨੂੰ ਪਛਾਣਦਾ ਹੈ, ਪ੍ਰਭੂ ਨਾਲ ਸਾਂਝ ਪਾਉਂਦਾ ਹੈ, ਤਾਂ ਇਹ ਮਨ ਅਡੋਲ ਹੋ ਕੇ ਹਿਰਦੇ ਵਿੱਚ ਟਿਕਦਾ ਹੈ। ਨਾਭ ਪਵਨ ਕਰ ਆਸਨ ਬੈਸੈ, ਗੁਰਮੁਖ ਖੋਜਤ ਤਤ ਲਹੈ। ਪ੍ਰਾਣ ਭਾਵ ਸਵਾਸ ਨਾਭੀ ਰੂਪ ਘਰ ਵਿੱਚ ਆਸਨ ਤੇ ਬੈਠਦਾ ਹੈ, ਭਾਵ ਪ੍ਰਾਣਾ ਦਾ ਆਰੰਭ ਨਾਭੀ ਤੋਂ ਹੁੰਦਾ ਹੈ। ਗੁਰੂ ਦੇ ਰਾਹੀਂ ਖੋਜ ਕਰਕੇ ਮਨੁੱਖ ਅਸਲੀਅਤ ਲੱਭਦਾ ਹੈ। ਸੋ ਸ਼ਬਦ ਨਿਰੰਤਰ ਨਿਜ ਕਰ ਆਛੈ, ਤ੍ਰਿਪਵਨ ਜੋਤ ਸੋ ਸ਼ਬਦ ਲਹੈ। ਉਹ ਸ਼ਬਦ ਜੋ ਦੁੱਤਰ ਸਾਗਰ ਤੋਂ ਤਾਰਦਾ ਹੈ, ਇੱਕ ਰਸ ਆਪਣੇ ਅਸਲ ਘਰ ਵਿੱਚ ਭਾਵ ਸੁਨ ਪ੍ਰਭੂ ਵਿੱਚ ਟਿਕਦਾ ਹੈ। ਮਨੁੱਖ ਉਸ ਸ਼ਬਦ ਦੇ ਰਾਹੀਂ ਹੀ ਤ੍ਰਿਲੋਕੀ ਵਿੱਚ ਵਿਆਪਕ ਪ੍ਰਭੂ ਦੀ ਜੋਤ ਨੂੰ ਲੱਭਦਾ ਹੈ। ਖਾਵੈ ਦੁੱਖ ਭੋਗ ਸਾਚੇ ਕੀ, ਸਾਚੇ ਹੀ ਤਿਪਤਾਸ ਰਹੈ। ਜਿਉਂ ਜਿਉਂ ਸੱਚੇ ਪ੍ਰਭੂ ਨੂੰ ਮਿਲਣ ਦੀ ਤਾਂਗ ਵੱਧਦੀ ਹੈ, ਤਿਉਂ ਤਿਉਂ ਮਨੁੱਖ ਦੁੱਖਾਂ ਨੂੰ ਮੁਕਾ ਲੈਂਦਾ ਹੈ, ਸੱਚੇ ਪ੍ਰਭੂ ਵਿੱਚ ਹੀ ਤ੍ਰਿਪਤ ਰਹਿੰਦਾ ਹੈ। ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥਾਵੈ। ਇੱਕ ਰਸ ਵਿਆਪਕ ਰੱਬੀ ਜੀਵਨ ਰੋਹ ਨੂੰ ਕਿਸੇ ਵਿਰਲੇ ਗੁਰਮੁਖ ਨੇ ਜਾਣਿਆ ਹੈ, ਕਿਸੇ ਵਿਰਲੇ ਨੇ ਇਹ ਰਾਜ ਸਮਝਿਆ ਹੈ। ਨਾਨਕ ਆਖੈ ਸ਼ਬਦ ਸੁਭਾਖੈ, ਸੱਚ ਰਪੈ ਰੰਗ ਕਬੂ ਨਾ ਜਾਵੈ। ਧੰਨ ਗੁਰੂ ਨਾਨਕ ਦੇਵ ਜੀ ਆਖਦੇ ਹਨ, ਜਿਸ ਨੇ ਸਮਝਿਆ ਹੈ ਉਹ ਸੱਚੇ ਪ੍ਰਭੂ ਨੂੰ ਸਿਮਰਦਾ ਹੈ, ਸੱਚੇ ਵਿੱਚ ਰੰਗਿਆ ਰਹਿੰਦਾ ਹੈ, ਉਸਦਾ ਇਹ ਰੰਗ ਕਦੇ ਨਹੀਂ ਉਤਰਦਾ। ਜਾਂ ਇਹੋ ਹਿਰਦਾ ਦੇਹ ਨਾ ਹੋਤੀ, ਤੋ ਮਨ ਕੈਠੈ ਰਹਿਤਾ। ਪ੍ਰਸ਼ਨ, ਜਦੋਂ ਨਾ ਇਹ ਹਿਰਦਾ ਸੀ ਨਾ ਇਹ ਸਰੀਰ ਸੀ, ਤਦੋਂ ਮਨ ਚੇਤਨ ਸੱਤਾ ਕਿੱਥੇ ਰਹਿੰਦਾ ਸੀ? ਨਾਭ ਕਮਲ ਅਸਥਮਨ ਨਾ ਹੋਤੋ, ਤਾਂ ਪਵਨ ਕਵਨ ਕਰ ਸਹਿਤਾ।
ਜਦੋਂ ਨਾਭੀ ਦੇ ਚੱਕਰ ਦੀ ਥੰਮੀ ਨਹੀਂ ਸੀ ਤਾਂ ਪ੍ਰਾਣ ਸਵਾਸ ਕਿਸ ਘਰ ਵਿੱਚ ਆਸਰਾ ਲੈਂਦਾ ਸੀ। ਰੂਪ ਨਾ ਹੋਤੋ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਲਿਵ ਲਾਈ। ਜਦੋਂ ਕੋਈ ਰੂਪ ਰੇਖ ਨਹੀਂ ਸੀ ਤਦੋਂ ਸ਼ਬਦ ਨੇ ਕਿੱਥੇ ਲਿਵ ਲਾਈ ਹੋਈ ਸੀ। ਰਕਤ ਬਿੰਦ ਕੀ ਮੜੀ ਨਾ ਹੋਤੀ ਮਿੱਤ ਕੀਮਤ ਨਹੀਂ ਪਾਈ। ਜਦੋਂ ਮਾਂ ਦੀ ਰੱਤ ਤੇ ਪਿਤਾ ਦੇ ਬੀਰਜ ਤੋਂ ਬਣਿਆ ਇਹ ਸਰੀਰ ਨਹੀਂ ਸੀ ਤਦੋਂ ਜਿਸ ਪ੍ਰਭੂ ਦਾ ਅੰਦਾਜ਼ਾ ਅਤੇ ਮੁੱਲ ਨਹੀਂ ਪੈ ਸਕਦਾ ਉਸ ਵਿੱਚ ਲਿਵ ਕਿਵੇਂ ਇਹ ਮਨ ਲਾਂਦਾ ਸੀ। ਵਰਣ ਭੇਖ ਅਸਰੂਪ ਨਾ ਜਾਪੀ ਕਿਉਂ ਕਰ ਜਾਪਸ ਸਾਚਾ। ਜਿਸ ਪ੍ਰਭੂ ਦਾ ਰੰਗ ਭੇਖ ਅਤੇ ਸਰੂਪ ਨਹੀਂ ਦਿਸਦਾ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਕਿਵੇਂ ਲਖਿਆ ਜਾਂਦਾ ਹੈ। ਨਾਨਕ ਨਾਮ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ। ਉੱਤਰ ਹੇ ਨਾਨਕ, ਪ੍ਰਭੂ ਦੇ ਨਾਮ ਵਿੱਚ ਰਤੇ ਹੋਏ ਵੈਰਾਗਵਾਨ ਨੂੰ ਹਰ ਵੇਲੇ ਸੱਚਾ ਪ੍ਰਭੂ ਹੀ ਮੌਜੂਦ ਪ੍ਰਤੀਤ ਹੁੰਦਾ ਹੈ। ਹਿਰਦਾ ਦੇਹ ਨ ਹੋਤੀ ਉਦੂ ਤੋ ਮਨ ਸੁਣ ਰਹਿ ਬੈਰਾਗੀ। ਉੱਤਰ ਹੇ ਜੋਗੀ, ਜਦੋਂ ਨਾ ਹਿਰਦਾ ਸੀ ਨਾ ਸਰੀਰ ਸੀ ਤਦੋਂ ਵੈਰਾਗੀ ਮਨ ਨਿਰਗੁਣ ਪ੍ਰਭੂ ਵਿੱਚ ਟਿਕਿਆ ਹੋਇਆ ਸੀ। ਨਾਭ ਕਮਲ ਅਸਥਮ ਮਨ ਨਾ ਹੋਤੋ ਤਾਂ ਨਿਜ ਕਰ ਬਸਤੋ ਪਵਨ ਅਨਰਾਗੀ। ਜਦੋਂ ਨਾਭੀ ਚੱਕਰ ਰੋਬ ਥੰਮੀ ਨਹੀਂ ਸੀ ਤਦੋਂ ਪ੍ਰਾਣ ਪ੍ਰਭੂ ਦਾ ਪ੍ਰੇਮੀ ਹੋ ਕੇ ਆਪਣੇ ਅਸਲ ਘਰ ਪ੍ਰਭੂ ਵਿੱਚ ਵੱਸਦਾ ਸੀ। ਰੂਪ ਨਾ ਰੇਖਿਆ ਜਾਤ ਨਾ ਹੋਤੀ ਤੋ ਆਕੂਲੀਨ ਰਹਿਤੋ ਸ਼ਬਦ ਸੋ ਸਾਰ। ਜਦੋਂ ਜਗਤ ਦਾ ਕੋਈ ਰੂਪ ਰੇਖ ਨਹੀਂ ਸੀ ਤਦੋਂ ਉਹ ਸ੍ਰੇਸ਼ਟ ਸ਼ਬਦ ਜੋ ਦੁੱਤਰ ਸਾਗਰ ਤੋਂ ਉਤਾਰਦਾ ਹੈ ਕੁੱਲ ਰਹਿਤ ਪ੍ਰਭੂ ਵਿੱਚ ਰਹਿੰਦਾ ਸੀ। ਗੌਣ ਗਗਨ ਜਬ ਤਬੈ ਨਾ ਹੋਤੋ ਤ੍ਰਿਭਵਨ ਜੋਤ ਆਪੇ ਨਿਰੰਕਾਰ। ਜਦੋਂ ਜਗਤ ਦੀ ਹਸਤੀ ਨਹੀਂ ਸੀ ਆਕਾਸ਼ ਨਹੀਂ ਸੀ ਤਦੋਂ ਆਕਾਰ ਰਹਿਤ ਤ੍ਰਿਭਵਨੀ ਜੋਤ ਭਾਵ ਹੁਣ ਤ੍ਰਿਲੋਕੀ ਵਿੱਚ ਵਿਆਪਕ ਹੋਣ ਵਾਲੀ ਜੋਤ ਆਪ ਹੀ ਆਪ ਸੀ। ਵਰਣ ਭੇਖ ਅਸਰੂਪ ਸੋ ਏਕੋ ਏਕੋ ਸ਼ਬਦ ਵਿਡਾਣੀ। ਏਕੋ ਅਚਰਜ ਸ਼ਬਦ ਰੂਪ ਪ੍ਰਭੂ ਹੀ ਸੀ ਉਹੀ ਜਗਤ ਦਾ ਰੰਗ ਭੇਖ ਅਤੇ ਰੂਪ ਸੀ। ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਆਕਥ ਕਹਾਣੀ। ਹੇ ਨਾਨਕ, ਐਸੇ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਮਿਲਣ ਤੋਂ ਬਿਨਾਂ ਜਿਸਦਾ ਕੋਈ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਕੋਈ ਮਨੁੱਖ ਸੁੱਚਾ ਨਹੀਂ ਹੈ। ਕਿਤ ਕਿਤ ਵਿਦ ਜਗ ਉਪਜੈ ਪੁਰਖਾ ਕਿਤ ਕਿਤ ਦੁੱਖ ਬਿਣਸ ਜਾਈ। ਪ੍ਰਸ਼ਨ ਹੇ ਪੁਰਖ, ਜਗਤ ਕਿਸ ਕਿਸ ਵਿਧੀ ਨਾਲ ਉਪਜਦਾ ਹੈ ਕਿਸ ਤਰ੍ਹਾਂ ਦੁੱਖ ਵਿੱਚ ਪੈਂਦਾ ਹੈ ਅਤੇ ਕਿਵੇਂ ਨਾਸ ਹੋ ਜਾਂਦਾ ਹੈ। ਹੋਮੇ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰੀਐ ਦੁੱਖ ਪਾਈ। ਉੱਤਰ ਹੇ ਪੁਰਖ, ਜਗਤ ਹੋਮੇ ਵਿੱਚ ਪੈਦਾ ਹੁੰਦਾ ਹੈ ਜੇ ਇਸ ਨੂੰ ਪ੍ਰਭੂ ਦਾ ਨਾਮ ਵਿਸਰ ਜਾਏ ਤਾਂ ਦੁੱਖ ਪਾਉਂਦਾ ਹੈ। ਗੁਰਮੁਖ ਹੋਵੇ ਸੋ ਗਿਆਨ ਤੱਤ ਵਿਚਾਰੈ ਹੋਮੈ ਸ਼ਬਦ ਜਲਾਏ। ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਹ ਤੱਤ ਗਿਆਨ ਨੂੰ ਵਿਚਾਰਦਾ ਹੈ ਅਤੇ ਆਪਣੀ ਹੋਮੇ ਗੁਰੂ ਦੇ ਸ਼ਬਦ ਦੇ ਰਾਹੀਂ ਸਾੜਦਾ ਹੈ। ਤਨ ਮਨ ਨਿਰਮਲ ਨਿਰਮਲ ਬਾਣੀ ਸਾਚੈ ਰਹਿ ਸਮਾਏ। ਉਸਦਾ ਤਨ ਮਨ ਅਤੇ ਉਸਦੀ ਬਾਣੀ ਪਵਿੱਤਰ ਹੋ ਜਾਂਦੇ ਹਨ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਟਿਕਿਆ ਰਹਿੰਦਾ ਹੈ। ਨਾਮੇ ਨਾਮ ਰਹਿ ਬੈਰਾਗੀ ਸਾਚ ਰੱਖਿਆ ਉਰ ਤਾਰੇ।
ਉਹ ਮਨੁੱਖ ਪ੍ਰਭੂ ਚਰਨਾਂ ਦਾ ਮਤਵਾਲਾ ਹੋ ਕੇ ਨਿਰੋਲ ਪ੍ਰਭੂ ਨਾਮ ਵਿੱਚ ਹੀ ਜੁੜਿਆ ਰਹਿੰਦਾ ਹੈ, ਸਦਾ ਪ੍ਰਭੂ ਨੂੰ ਹਿਰਦੇ ਵਿੱਚ ਟਿਕਾਈ ਰੱਖਦਾ ਹੈ। ਨਾਨਕ ਬਿਨ ਨਾਮੈ ਜੋਗ ਕਦੇ ਨਾ ਹੋਵੇ, ਦੇਖੋ ਹਿਰਦੈ ਵਿਚਾਰੇ। ਹੇ ਨਾਨਕ, ਪ੍ਰਭੂ ਦੇ ਨਾਮ ਤੋਂ ਬਿਨਾਂ ਪ੍ਰਭੂ ਨਾਲ ਮਿਲਾਪ ਕਦੇ ਨਹੀਂ ਹੋ ਸਕਦਾ। ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖ ਲਵੋ, ਭਾਵ ਤੁਹਾਡਾ ਆਪਣਾ ਜਾਤੀ ਤਜਰਬਾ ਇਹੀ ਗਵਾਹੀ ਦੇਵੇਗਾ। ਗੁਰਮੁਖ ਸਾਚ ਸ਼ਬਦ ਵਿਚਾਰ ਹੈ ਕੋਏ। ਜੇ ਕੋਈ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ, ਉਹ ਸੱਚੇ ਸ਼ਬਦ ਨੂੰ ਵਿਚਾਰਦਾ ਹੈ, ਗੁਰਮੁਖ ਸੱਚ ਬਾਣੀ ਪ੍ਰਗਟ ਹੋਏ। ਸਤਿਗੁਰੂ ਦੀ ਬਾਣੀ ਦੇ ਰਾਹੀਂ ਸੱਚਾ ਪ੍ਰਭੂ ਉਸਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਏ। ਗੁਰਮੁਖ ਮਨੁੱਖ ਦਾ ਮਨ ਨਾਮ ਰਸ ਵਿੱਚ ਭਿੱਜਦਾ ਹੈ, ਪਰ ਇਸ ਗੱਲ ਨੂੰ ਕੋਈ ਵਿਰਲਾ ਸਮਝਦਾ ਹੈ। ਗੁਰਮੁਖ ਨਿਜ ਘਰ ਵਾਸਾ ਹੋਏ। ਗੁਰੂ ਦੇ ਸਨਮੁਖ ਮਨੁੱਖ ਦਾ ਨਿਵਾਸ ਆਪਣੇ ਅਸਲ ਸਰੂਪ ਵਿੱਚ ਹੋਇਆ ਰਹਿੰਦਾ ਹੈ। ਗੁਰਮੁਖ ਜੋਗੀ ਜੁਗਤ ਪਛਾਣੈ। ਜੋ ਮਨੁੱਖ ਸਤਿਗੁਰੂ ਦੇ ਹੁਕਮ ਵਿੱਚ ਤੁਰਦਾ ਹੈ, ਉਹੀ ਅਸਲ ਜੋਗੀ ਹੈ। ਉਹ ਪ੍ਰਭੂ ਨਾਲ ਮਿਲਾਪ ਦੀ ਜੁਗਤ ਪਛਾਣਦਾ ਹੈ। ਗੁਰਮੁਖ ਨਾਨਕ ਏਕੋ ਜਾਣੈ। ਹੇ ਨਾਨਕ, ਗੁਰੂ ਦੇ ਹੁਕਮ ਵਿੱਚ ਤੁਰਨ ਵਾਲਾ ਮਨੁੱਖ ਇੱਕ ਪ੍ਰਭੂ ਨੂੰ ਹਰ ਥਾਂ ਵਿਆਪਕ ਜਾਣਦਾ ਹੈ। ਬਿਨ ਸਤਿਗੁਰ ਸੇਵੇ ਜੋਗ ਨਾ ਹੋਈ। ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾਂ ਪ੍ਰਭੂ ਨਾਲ ਮੇਲ ਨਹੀਂ ਹੁੰਦਾ। ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ। ਗੁਰੂ ਨੂੰ ਮਿਲਣ ਤੋਂ ਬਿਨਾਂ ਮੁਕਤੀ ਨਹੀਂ ਲੱਭਦੀ। ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ। ਗੁਰੂ ਨੂੰ ਮਿਲਣ ਤੋਂ ਬਗੈਰ ਪ੍ਰਭੂ ਦਾ ਨਾਮ ਮਿਲ ਨਹੀਂ ਸਕਦਾ। ਬਿਨ ਸਤਿਗੁਰ ਭੇਟੇ ਮਹਾਂ ਦੁੱਖ ਪਾਏ। ਗੁਰੂ ਨੂੰ ਮਿਲਣ ਤੋਂ ਬਿਨਾਂ ਮਨੁੱਖ ਬੜਾ ਕਸ਼ਟ ਉਠਾਉਂਦਾ ਹੈ। ਬਿਨ ਸਤਿਗੁਰ ਭੇਟੇ ਮਹਾਂ ਗਰਭ ਗੁਬਾਰ। ਗੁਰੂ ਨੂੰ ਮਿਲਣ ਤੋਂ ਬਿਨਾਂ ਘੋਰ ਹਨੇਰੇ ਵਿੱਚ ਅਹੰਕਾਰ ਵਿੱਚ ਰਹਿੰਦਾ ਹੈ। ਨਾਨਕ ਬਿਨ ਗੁਰ ਮੂਆ ਜਨਮ ਹਾਰ। ਹੇ ਨਾਨਕ, ਸਤਿਗੁਰੂ ਤੋਂ ਬਿਨਾਂ ਮਨੁੱਖ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਆਤਮਕ ਮੌਤ ਸਹੇੜਦਾ ਹੈ। ਗੁਰਮੁਖ ਮਨ ਜੀਤਾ ਹੋ ਮੈਂ ਮਾਰ। ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ, ਉਸਨੇ ਆਪਣੀ ਹੋਮੇ ਨੂੰ ਮਾਰ ਕੇ ਆਪਣਾ ਮਨ ਜਿੱਤ ਲਿਆ ਹੈ। ਗੁਰਮੁਖ ਸਾਚ ਰੱਖਿਆ ਔਰ ਤਾਰ। ਗੁਰੂ ਦੇ ਹੁਕਮ ਵਿੱਚ ਤੁਰਨ ਵਾਲੇ ਨੇ ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਪਰੋ ਲਿਆ ਹੈ। ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ। ਗੁਰੂ ਦੇ ਹੁਕਮ ਵਿੱਚ ਤੁਰਨ ਵਾਲੇ ਨੇ ਮੌਤ ਦਾ ਡਰ ਮਾਰ ਮੁਕਾ ਕੇ ਉਸਨੇ ਜਗਤ ਜਿੱਤ ਲਿਆ ਹੈ। ਗੁਰਮੁਖ ਦਰਗਹਿ ਨਾ ਆਵੇ ਹਾਰ। ਗੁਰੂ ਦੇ ਹੁਕਮ ਵਿੱਚ ਤੁਰਨ ਵਾਲਾ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹਜ਼ੂਰੀ ਵਿੱਚ ਨਹੀਂ ਜਾਂਦਾ, ਭਾਵ ਜਿੱਤ ਕੇ ਜਾਂਦਾ ਹੈ। ਗੁਰਮੁਖ ਮੇਲ ਮਿਲਾਏ ਸੋ ਜਾਣੈ। ਗੁਰਮੁਖ ਮਨੁੱਖ ਨੂੰ ਪ੍ਰਭੂ ਸੰਯੋਗ ਬਣਾ ਕੇ ਆਪਣੇ ਵਿੱਚ ਮਿਲਾ ਲੈਂਦਾ ਹੈ। ਇਸ ਭੇਤ ਨੂੰ ਉਹ ਗੁਰਮੁਖ ਹੀ ਸਮਝਦਾ ਹੈ। ਨਾਨਕ ਗੁਰਮੁਖ ਸ਼ਬਦ ਪਛਾਣੈ। ਹੇ ਨਾਨਕ, ਗੁਰੂ ਦੇ ਸਨਮੁਖ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀਂ ਪ੍ਰਭੂ ਨਾਲ ਜਾਣ ਪਛਾਣ ਬਣਾ ਲੈਂਦਾ ਹੈ। ਸ਼ਬਦੈ ਕਾ ਨਿਬੇੜਾ ਸੁਣ ਤੂੰ ਓਦੂ, ਬਿਨ ਨਾਵੈ ਜੋਗ ਨਾ ਹੋਈ। ਹੇ ਜੋਗੀ ਸੁਣ, ਸਾਰੇ ਉਪਦੇਸ਼ ਦਾ ਸਾਰ ਇਹ ਹੈ ਕਿ ਪ੍ਰਭੂ ਦੇ ਨਾਮ ਤੋਂ ਬਿਨਾਂ ਜੋਗ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ।
ਨਾ ਮੇਰਾ ਤੇ ਅਣਦਿਨ ਮਾਤੇ, ਨਾ ਮੈਂ ਤੇ ਸੁੱਖ ਹੋਈ। ਜੋ ਨਾਮ ਵਿੱਚ ਰੱਤੇ ਹੋਏ ਹਨ, ਉਹੀ ਹਰ ਵੇਲੇ ਮਤਵਾਲੇ ਹਨ। ਨਾਮ ਤੋਂ ਹੀ ਸੁੱਖ ਮਿਲਦਾ ਹੈ, ਨਾਮੇ ਹੀ ਤੇ ਸਭ ਪ੍ਰਗਟ ਹੋਵੇ, ਨਾ ਮੈਂ ਸੋਝੀ ਪਾਈ। ਨਾਮ ਤੋਂ ਹੀ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ, ਨਾਮ ਤੋਂ ਹੀ ਸਾਰੀ ਸੂਝ ਪੈਂਦੀ ਹੈ। ਬਿਨ ਨਾਮੈ ਪੇਖ ਕਰੈ ਬਹੁ ਤੇਰੇ, ਸੱਚੈ ਆਪ ਖੁਆਈ। ਪ੍ਰਭੂ ਦਾ ਨਾਮ ਛੱਡ ਕੇ ਜੋ ਮਨੁੱਖ ਹੋਰ ਬਥੇਰੇ ਭੇਖ ਕਰਦੇ ਹਨ, ਉਹਨਾਂ ਨੂੰ ਸੱਚੇ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ। ਸਤਿਗੁਰ ਤੇ ਨਾਮ ਪਾਈਐ ਉਦੂ ਜੋਗ ਜੁਗਤ ਤਾਂ ਹੋਈ। ਹੇ ਜੋਗੀ, ਸਤਿਗੁਰੂ ਤੋਂ ਪ੍ਰਭੂ ਦਾ ਨਾਮ ਮਿਲਦਾ ਹੈ, ਨਾਮ ਮਿਲਿਆ ਹੀ ਜੋਗ ਦੀ ਸੁਰਤ ਸਿਰੇ ਚੜ੍ਹਦੀ ਹੈ। ਕਰ ਵੀ ਚਾਰ ਮਨ ਦੇਖੋ ਨਾਨਕ, ਬਿਨ ਨਾਮੈ ਮੁਕਤ ਨਾ ਹੋਈ। ਹੇ ਨਾਨਕ, ਮਨ ਵਿੱਚ ਵਿਚਾਰ ਕਰਕੇ ਵੇਖ ਲਵੋ, ਨਾਮ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਭਾਵ ਤੁਹਾਡਾ ਆਪਣਾ ਜਾਤੀ ਤਜਰਬਾ ਦੱਸ ਦੇਵੇਗਾ ਕਿ ਨਾਮ ਸਿਮਰਨ ਤੋਂ ਬਿਨਾਂ ਹੋਮੇ ਤੋਂ ਖਲਾਸੀ ਨਹੀਂ ਹੋ। ਤੇਰੀ ਗਤਮਿਤ ਤੂੰ ਹੈ ਜਾਣੈ, ਕਿਆ ਕੋ ਆਖ ਵਖਾਣੈ। ਤੂੰ ਕਿਹੋ ਜਿਹਾ ਹੈ ਅਤੇ ਕਿੰਨਾ ਵੱਡਾ ਹੈ, ਹੇ ਪ੍ਰਭੂ ਇਹ ਗੱਲ ਤੂੰ ਆਪ ਹੀ ਜਾਣਦਾ ਹੈ, ਕੋਈ ਹੋਰ ਕੀ ਕਹਿ ਕੇ ਦੱਸ ਸਕਦਾ ਹੈ। ਤੂੰ ਆਪੇ ਗੁਪਤਾ, ਆਪੇ ਪ੍ਰਗਟ, ਆਪੇ ਸਭ ਰੰਗ ਮਾਣੈ। ਤੂੰ ਆਪ ਹੀ ਲੁਕਿਆ ਹੋਇਆ ਹੈ, ਤੂੰ ਆਪ ਹੀ ਪ੍ਰਗਟ ਹੈ। ਭਾਵ ਸੂਖਮ ਅਤੇ ਅਸਥੂਲ ਤੂੰ ਆਪ ਹੀ ਹੈ, ਤੂੰ ਆਪ ਹੀ ਸਾਰੇ ਰੰਗ ਮਾਣ ਰਿਹਾ ਹੈ। ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰੈ ਫੁਰਮਾਣੈ। ਸਾਧਨ ਕਰਨ ਵਾਲੇ ਅਤੇ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਗੁਰੂ ਤੇ ਉਹਨਾਂ ਦੇ ਕਈ ਚੇਲੇ ਤੇਰੇ ਹੁਕਮ ਵਿੱਚ ਤੈਨੂੰ ਖੋਜਦੇ ਫਿਰਦੇ ਹਨ। ਮੰਗੈ ਨਾਮ ਪਾਏ ਇਹ ਭਿੱਖਿਆ, ਤੇਰੇ ਦਰਸ਼ਨ ਕੋ ਕੁਰਬਾਣੈ। ਤੇਰੇ ਤੋਂ ਤੇਰਾ ਨਾਮ ਮੰਗਦੇ ਹਨ, ਤੇਥੋਂ ਇਹ ਭਿੱਖਿਆ ਲੈ ਕੇ ਤੇਰੇ ਦੀਦਾਰ ਤੋਂ ਸਦਕੇ ਹੁੰਦੇ ਹਨ। ਅਭਿਨਾਸੀ ਪ੍ਰਭ ਖੇਰ ਰਚਾਇਆ, ਗੁਰਮੁਖ ਸੋਝੀ ਹੋਈ। ਅਭਿਨਾਸੀ ਪ੍ਰਭੂ ਨੇ ਇਹ ਜਗਤ ਦੀ ਖੇਡ ਰਚੀ ਹੈ, ਗੁਰਮੁਖ ਮਨੁੱਖ ਨੂੰ ਇਹ ਸਮਝ ਪੈਂਦੀ ਹੈ। ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰਨਾ ਕੋਈ। ਹੇ ਨਾਨਕ, ਸਾਰੇ ਹੀ ਜੁਗਾਂ ਵਿੱਚ ਉਹ ਆਪ ਹੀ ਮੌਜੂਦ ਹੈ, ਕੋਈ ਹੋਰ ਦੂਜਾ ਉਸ ਵਰਗਾ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।